Sky Channel 0130 DAB Digital Radio 558 AM Sujit Singh Hazar hai leke aaya tode aaj da program sab to pehla taqabool karo ji pyar bhari sat sri akal parmatma ke das ka dahan ke tusi theek thaak honge fit fat honge chadvi kala vich honge te weekend tusi mana rahe honge dhanwad karde jaiye Dr. Gurdeep Singh Jagveer ji da ਜਿਹਨਾਂ ਨੇ ਸਵੇਰ ਦੇ ਪ੍ਰੋਗਰਾਮ ਦੀ ਸੇਵਾ ਨਾਲ ਆਏ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਪੰਜਾਬੜੀ ਨੂੰ ਸਪੋਰਟ ਕਰ ਰਹੇ ਨੇ ਤੇ ਚਾਹੇ ਤੁਸੀਂ ਸਟੈਂਡਿੰਗ ਓਡ ਪਾਤੇ ਚਾਹੇ ਪ੍ਰੋਗਰਾਮ ਸਪੋਂਸਰ ਕਰਵਾਉਂਦੇ ਚਾਹੇ ਜਾਂ ਸੁਣ ਕੇ ਹੀ ਧੰਨਵਾਦੀ ਬਣਾਉਂਦੇ ਹੈਗਾ ਤੇ ਇਸ ਵੇਲੇ ਸਾਡੇ ਨਾਲ ਬੋਬ ਜਿਹੜਾ ਹੁਣੇ ਵੀ ਜੁੜੇ ਹੋਏ ਆ ਕਹਿੰਦੇ ਮੈਂ ਵੀ ਸੁਣ ਰਿਹਾ ਹੈਗਾ ਸੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਤੋ ਅੱਜ ਜਿਹੜਾ ਪ੍ਰੋਗਰਾਮ ਹੈ ਪੰਜਾਬੀ ਮਾਂ ਬੋਲੀ ਤੇ ਹੈਗਾ ਤੇ ਲੇਕਿਨ ਇਹ ਹੈਗੀ ਆ ਕਿ ਪੰਜਾਬੀ ਮਾਂ ਬੋਲੀ ਨੂੰ ਜਿਹੜੀ ਆ ਸਾਨੂੰ ਸਾਰਿਆਂ ਪਾਸੇ ਤੋਂ ਮਾਰ ਪੈ ਰਹੀ ਹੈਗੀ ਆ ਤੇ ਅੱਜ ਆਪਾਂ ਗੱਲ ਕਰੀ ਕੈਨੇਡਾ ਦੇ ਵਿੱਚ ਜਿਹੜੀ ਪ੍ਰੈਸ ਰਿਲੀਜ਼ ਕੀਤੀ ਸੀ ਉਹਦੇ ਬਾਰੇ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਵੀ ਸਪੋਂਸਰਡ ਹੈਗਾ ਪੰਜਾਬੀ ਭਾਸ਼ਾ ਚੇਤਨਾ ਬੋਰਡ ਵੱਲੋਂ ਯੂਕੇ ਵੱਲੋਂ ਹੈਗਾ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਹਰਮੀਤ ਸਿੰਘ ਪਖਨਾ ਉਹਨਾਂ ਦਾ ਜਦੋਂ ਵੀ ਕੋਈ ਆਪਣੀ ਮਾਂ ਬੋਲੀ ਦੀ ਪੰਜਾਬੀ ਦੀ ਗੱਲ ਹੁੰਦੀ ਹੈ ਤੇ ਉਹ ਜ਼ਰੂਰ ਕੰਟੈਕਟ ਕਰਦੇ ਨੇ ਕਿ ਆਹ ਭਾਜੀ ਚੀਜ਼ਾਂ ਜਿਹੜੀਆਂ ਹਾਈਲਾਈਟ ਕਰਨੇ ਵਾਲੀਆਂ ਹੈਗੀਆਂ ਜੇ ਅਸੀਂ ਨਾ ਇਹ ਚੀਜ਼ਾਂ ਹਾਈਲਾਈਟ ਕਰਾਂਗੇ ਨਾ ਤੇ ਫਿਰ ਕਿਸੇ ਹੋਰ ਤੋਂ ਆਪਾਂ ਕੀ ਉਮੀਦ ਰੱਖਾਂਗੇ ਤੇ ਸਾਡੇ ਕੋਲ ਹਰਮੀਤ ਸਿੰਘ ਪਖਨਾ ਇਸ ਵੇਲੇ ਲਾਈਨ ਤੇ ਨੇ ਤੇ ਉਹਨਾਂ ਨਾਲ ਗੱਲ ਕਰਦੇ ਪਹਿਲਾਂ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕਿੱਦਾਂ ਜੀ ਠੀਕ ਠਾਕ ਬਿਲਕੁਲ ਵਧੀਆ ਜੀ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਹਾਂਜੀ ਓਕੇ ਭਾਜੀ ਇਹ ਜਿਹੜੀ ਪ੍ਰੈਸ ਰਿਲੀਜ਼ ਉੱਥੋਂ ਆਈ ਹੈਗੀ ਕੈਨੇਡਾ ਤੋਂ ਉਹਦੇ ਬਾਰੇ ਥੋੜੀ ਜਿਹਾ ਦੱਸੋਗੇ ਜੀ ਵੀਰ ਜੀ ਆਪਾਂ ਸੈਂਸਸ ਇੱਥੇ ਜਿਹੜਾ ਸੈਂਸਸ ਡੇ ਸੀਗਾ ਯੂਕੇ ਦੇ ਵਿੱਚ 21 ਮਾਰਚ ਨੂੰ ਸੀਗਾ ਤੇ ਉਹ ਸੈਂਸਸ ਆਪਣਾ ਹੋ ਗਿਆ ਵਾ ਹੁਣ ਉਹਨਾਂ ਨੇ ਆਨਲਾਈਨ ਜਿਹੜੀਆਂ ਵਾ ਬੰਦ ਕਰ ਦਿੱਤੀਆਂ ਐਪਲੀਕੇਸ਼ਨ ਲੈਣੀਆਂ ਲੇਕਿਨ ਅਜੇ ਵੀ ਜੇ ਕੋਈ ਵੀਰ ਭੈਣ ਰਹਿ ਗਿਆ ਹੋਵੇ ਤਾਂ ਉਹ ਉਹਨਾਂ ਨੂੰ ਵੈਬਸਾਈਟ ਤੇ ਜਾ ਕੇ ਟੈਲੀਫੋਨ ਕਰਕੇ ਤੇ ਜਿਹੜਾ ਪੇਪਰ ਫਾਰਮ ਹੈ ਮੰਗਵਾ ਸਕਦੇ ਆ ਤੇ ਅਜੇ ਵੀ ਭਰ ਕੇ ਭੇਜ ਸਕਦਾ ਤੇ ਉਹ ਐਕਸੈਪਟ ਕਰ ਰਹੇ ਆ ਹਾਂਜੀ ਅੱਛਾ ਉਹ ਜਿਹੜਾ ਸੈਂਸਸ ਦਾ ਸੀਗਾ ਪਰ ਲੇਕਿਨ ਉਹਨਾਂ ਦੀ ਡੈਡਲਾਈਨ ਮੈਂ ਕਿ 25 ਮਈ ਦੀ ਨਹੀਂ ਸੀਗੀ ਨਹੀਂ 21 ਮਈ ਦੀ ਹੈ ਸੀ ਕੁਛ ਨਹੀਂ ਉਹਨਾਂ ਨੇ ਆਨਲਾਈਨ ਕਲੋਜ਼ ਕਰ ਦਿੱਤੀ ਆ ਓਕੇ ਤੇ ਹੁਣ ਲੇਕਿਨ ਫਿਰ ਵੀ ਉਹ ਐਕਸੈਪਟ ਕਰ ਰਹੇ ਆ ਜੇ ਕੋਈ ਰਹਿ ਗਿਆ ਹੋਵੇ ਤੇ ਫਿਰ ਫੋਨ ਹੀ ਕਰਨਾ ਵਾ ਹਾਂਜੀ ਜਾਂ ਚੈਟ ਵੀ ਕਰ ਸਕਦੇ ਆਨਲਾਈਨ ਜਾ ਕੇ ਵੈਬਸਾਈਟ ਤੋਂ ਠੀਕ ਹੈ ਜੀ ਤੇ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਜਿਹੜਾ ਸੈਂਸਸ ਆ ਉਹ ਸੈਂਸਸ ਡੇ 11 ਮਈ ਸੀਗਾ ਹਾਂਜੀ ਮਹੀਨੇ ਦਾ ਹਾਂਜੀ ਤੇ ਉੱਥੇ ਬੜਾ ਜ਼ੋਰ ਲੱਗਾ ਇੱਥੇ ਤੇ ਉੱਥੇ ਚ ਫਰਕ ਇਹ ਰਿਹਾ ਵਾ ਵੀ ਇੱਥੇ ਆਪਾਂ ਥੋੜੀ ਪਹਿਲਾਂ ਤਿਆਰੀ ਸ਼ੁਰੂ ਕਰ ਦਿੱਤੀ ਸੀਗੀ ਇੰਡੀਅਨ ਹਾਈ ਕਮਿਸ਼ਨ ਤੇ ਪਾਕਿਸਤਾਨ ਹਾਈ ਕਮਿਸ਼ਨ ਨੂੰ ਚਿੱਠੀਆਂ ਪਾਈਆਂ ਸੀਗੀਆਂ ਮੈਂ ਮੇਰੇ ਵੱਲੋਂ ਤੇ ਉਹ 1.5 ਸਾਲ ਪਹਿਲਾਂ ਚਿੱਠੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਤੇ ਉਹਨਾਂ ਨੂੰ ਨਾਲ ਇਨਵੋਲਵ ਕਰ ਲਿਆ ਸੀਗਾ ਇਹਦੇ ਵਿੱਚ ਸਾਰੀ ਜਾਣਕਾਰੀ ਉਹਨਾਂ ਨੂੰ ਦਿੰਦੇ ਰਹੇ ਹਾਂ ਗੱਲਾਂ ਕਰਦੇ ਰਹੇ ਹਾਂ ਔਰ ਉਹ ਖੁਦ ਉਹਨਾਂ ਨੇ ਵਿੱਚ ਹੋ ਕੇ ਸਾਰਾ ਜਿਹੜਾ ਸੀ ਉਹ ਪੰਜਾਬੀ ਦੀ ਕੈਂਪੇਨ ਕੀਤੀ ਇਸ ਕਰਕੇ ਉਹ ਹਿੰਦੀ ਦੀ ਜਾਂ ਉਰਦੂ ਦੀ ਜੇ ਇੱਥੇ ਕੈਂਪੇਨ ਚਲਾਉਣ ਬਾਰੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਤੇ ਉਹ ਚਿੱਠੀਆਂ ਸਾਰੀਆਂ ਜਿਹੜੀਆਂ ਮੇਰੀ ਵੈਬਸਾਈਟ ਜਿਹੜੀ ਆ ਪੰਜਾਬੀ 2021.co.uk ਤੇ ਪਈਆਂ ਵਾ ਕੋਈ ਵੀ ਦੇਖ ਸਕਦਾ ਹਾਂਜੀ ਭਾਜੀ ਉਹਦੇ ਸਪੈਲਿੰਗ ਪੀ ਉਹਦੇ ਨਾਲ ਹੈ ਕਿ ਪੀ ਏ ਦੇ ਨਾਲ ਹੈ ਨਹੀਂ ਪੰਜਾਬ ਰੇਡੀਓ ਵਾਲੇ ਸਪੈਲਿੰਗ ਹੈ ਜੀ TANJABI 2021.co.uk ਤੇ ਪਰ ਜੇ ਕੋਈ PUN ਵੀ ਲਿਖਦੇ ਤਾਂ ਵੀ ਪਹੁੰਚ ਜੂਗਾ ਉੱਥੇ ਰੀਡਾਇਰੈਕਟ ਕੀਤੀ ਆ ਮੈਂ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਇਸੇ ਤਰ੍ਹਾਂ ਜਿਹੜਾ ਕੈਨੇਡਾ ਦਾ ਮਸਲਾ ਉੱਥੇ ਸੈਂਸਸ ਡੇ ਸੀਗਾ 11 ਮਈ ਤੇ ਉੱਥੇ ਜਿਹੜਾ ਵਾ 5 ਸਾਲ ਬਾਅਦ ਹੁੰਦਾ ਸੈਂਸਸ ਇੱਥੇ 10 ਸਾਲ ਬਾਅਦ ਹੁੰਦਾ ਵਾ ਲੇਕਿਨ ਜਿਹੜਾ 5 ਸਾਲ ਬਾਅਦ ਫਾਰਮ ਹੁੰਦਾ ਉਹਦੇ ਵਿੱਚ ਤੇ 10 ਸਾਲ ਬਾਅਦ ਜਿਹੜਾ ਫਾਰਮ ਹੁੰਦਾ ਕੈਨੇਡਾ ਦੇ ਵਿੱਚ ਉਹਦੇ ਵਿੱਚ ਥੋੜਾ ਬਹੁਤਾ ਅੰਤਰ ਹੁੰਦਾ ਵਾ ਓਕੇ ਅੱਛਾ ਉੱਥੇ ਜਿਹੜਾ ਕੈਂਪੇਨ ਆ ਸ਼ੁਰੂ ਤੋਂ ਜਿਹੜੀ ਆ ਸੈਂਸਸ ਦਾ ਬੜਾ ਜ਼ੋਰ ਲੱਗਦਾ ਵਾ ਜਿਹੜੇ ਆ
ਇੰਡੀਆ ਹਾਊਸ ਜਾਂ ਪਾਕਿਸਤਾਨ ਹਾਊਸ ਵਾਲੇ ਹਾਈ ਕਮਿਸ਼ਨ ਵਾਲੇ ਜਿਹੜੇ ਆ ਉਹ ਵੀ ਇਨਵੋਲਵ ਹੁੰਦੇ ਡਾਇਰੈਕਟਲੀ ਇਨਡਾਇਰੈਕਟਲੀ ਤੇ ਉਹ ਕੈਂਪੇਨ ਚਲਾਉਂਦੇ ਆਪੋ ਆਪਣੀ ਉਰਦੂ ਦੀ ਹਿੰਦੀ ਦੀ ਸਾਰਿਆਂ ਦੀ ਨਾ ਲੇਕਿਨ ਪੰਜਾਬੀ ਨੂੰ ਜਿਹੜਾ ਵਾ ਉੱਥੇ ਕੋਈ ਕੈਂਪੇਨ ਜਿਹੜੀ ਆ ਉਹ ਇੰਡੀਵਿਜੁਅਲੀ ਜਿਹੜੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਉਹ ਹੀ ਵਿਚਾਰੇ ਜ਼ੋਰ ਲਾਉਂਦੇ ਆ ਤੇ ਉੱਥੇ ਫਿਰ ਵੀ ਜਿਹੜੀ ਪੰਜਾਬੀ ਆ ਉਹ ਕਾਫੀ ਅੱਗੇ ਜਿਹੜੀ ਆ ਉਹ ਪਹੁੰਚ ਵੀ ਜਾ ਰਹੀ ਆ ਲੇਕਿਨ ਐਰਕੀ ਇੱਕ ਗੱਲ ਵੱਖਰੀ ਹੋਈ ਆ ਵੀ ਐਰਕੀ ਜਿਹੜਾ ਪਾਕਿਸਤਾਨ ਹਾਈ ਕਮਿਸ਼ਨ ਆ ਕੈਨੇਡਾ ਦੇ ਵਿੱਚ ਉਹ ਖੁੱਲ ਕੇ ਸਾਹਮਣੇ ਆ ਗਿਆ ਵਾ ਤੇ ਉਹਨਾਂ ਨੇ ਇੱਕ ਪ੍ਰੈਸ ਰਿਲੀਜ਼ ਕੀਤੀ ਅੱਜ ਤੋਂ 10 ਦਿਨ ਪਹਿਲਾਂ May 19 ਨੂੰ ਔਰ 3 ਕਪਹਿਰਿਆਂ ਦੀ ਪ੍ਰੈਸ ਰਿਲੀਜ਼ ਆ ਤੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਵਾ ਕੈਨੇਡੀਅਨ ਅਥਾਰਟੀ ਨੂੰ ਰਿਕੁਐਸਟ ਕੀਤੀ ਆ ਕਿ ਪੰਜਾਬੀ ਸ਼ਾਹਮੁਖੀ ਤੇ ਪੰਜਾਬੀ ਗੁਰਮੁਖੀ ਨੂੰ ਜਿਹੜਾ ਵਾ ਉਹ ਵੱਖੋ ਵੱਖ ਐਂਟਰੀ ਮਿਲਣੀ ਚਾਹੀਦੀ ਆ ਸੈਂਸਸ ਦੇ ਵਿੱਚ ਕਿਉਂਕਿ ਉਹਨਾਂ ਨੇ ਐਗਜ਼ਾਮਪਲ ਦਿੱਤੀ ਆ ਕਿ ਜਿਸ ਤਰ੍ਹਾਂ ਉਰਦੂ ਤੇ ਹਿੰਦੀ ਜਿਹੜੀ ਆ ਉਹਨਾਂ ਦੀਆਂ ਸਕ੍ਰਿਪਟ ਵੱਖਰੀਆਂ ਵਾ ਲੇਕਿਨ ਬੋਲਣ ਚ ਇੱਕੋ ਹੀ ਆ ਇਸੇ ਤਰ੍ਹਾਂ ਪੰਜਾਬੀ ਜਿਹੜੀ ਆ ਉਹ ਗੁਰਮੁਖੀ ਤੇ ਸ਼ਾਹਮੁਖੀ ਜਿਹੜੀ ਆ ਉਹ ਸਕ੍ਰਿਪਟ ਵੱਖਰੀ ਆ ਬੋਲਣ ਚ ਇੱਕੋ ਹੀ ਆ ਤੇ ਜਿਸ ਤਰ੍ਹਾਂ ਹਿੰਦੀ ਤੇ ਉਰਦੂ ਵੱਖਰੀਆਂ ਵੱਖਰੀਆਂ ਦੋ ਭਾਸ਼ਾਵਾਂ ਵਾ ਇਸੇ ਤਰ੍ਹਾਂ ਸ਼ਾਹਮੁਖੀ ਤੇ ਗੁਰਮੁਖੀ ਜਿਹੜੀਆਂ ਦੋ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਕਹਿ ਰਿਹਾ ਉਹ ਹਨਾ ਲੇਕਿਨ ਭਾਸ਼ਾ ਇੱਕ ਆ ਪੰਜਾਬੀ ਔਰ ਉਹਦੀਆਂ ਦੋ ਜਿਹੜੀਆਂ ਵਾ ਉਹ ਸਕ੍ਰਿਪਟ ਆ ਉਹਦੀਆਂ ਲਿਪੀਆਂ ਵਾ ਦੋ ਤੇ ਇਸ ਗੱਲ ਦੇ ਉੱਤੇ ਡਿਸਕਸ਼ਨ ਕਰਨ ਵਾਸਤੇ ਆਪਾਂ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਰੱਖਿਆ ਵਾ ਤੇ ਅੱਜ ਆਪਾਂ ਜਿਹੜਾ ਵਾ ਰਿਕੁਐਸਟ ਕੀਤੀ ਆ ਬੇਨਤੀ ਕੀਤੀ ਆ ਜਿਹੜੇ ਆਪਣੇ ਇੰਡੀਆ ਤੋਂ ਵੀ ਆ ਤੇ ਕੈਨੇਡਾ ਤੋਂ ਵੀ ਆ ਤੇ ਪਾਕਿਸਤਾਨ ਤੋਂ ਵੀ ਆ ਬੜੇ ਨੌਜਵਾਨ ਬੁਲਾਰੇ ਆ ਤੇ ਜਿਹੜੇ ਭਾਸ਼ਾ ਵਿਗਿਆਨੀ ਆ ਲਿੰਗੁਇਸਟਿਕ ਜਿਹਨਾਂ ਨੇ PhD ਤੱਕ ਵੀ ਕੀਤੀਆਂ ਵਾ ਤੇ ਬੜੇ ਹਾਈ ਲੈਵਲ ਦੇ ਜਿਹੜੇ ਐਕਸਪੀਰੀਅੰਸ ਵਾਲੇ ਪ੍ਰੋਫੈਸਰ ਸਾਹਿਬ ਆ ਪ੍ਰੋਫੈਸਰ ਜੋਗਾ ਸਿੰਘ ਜੀ ਉਹਨਾਂ ਨੂੰ ਰਿਕੁਐਸਟ ਕੀਤੀ ਸੀਗੀ ਮੈਂ ਚਾਹੁੰਦਾ ਵਾ ਕਿ ਤੁਸੀਂ ਉਹਨਾਂ ਨੂੰ ਲੈ ਕੇ ਆਓ ਤੇ ਉਹਨਾਂ ਦੇ ਕੋਲੋਂ ਆਪਾਂ ਸੁਣੀਏ ਵੀ ਇਹ ਕੀ ਸਾਰਾ ਮਸਲਾ ਵਾ ਇਹ ਮਤਲਬ ਪਾਕਿਸਤਾਨ ਹਾਈ ਕਮਿਸ਼ਨ ਨੇ ਇਹ ਜਿਹੜਾ ਮੁੱਦਾ ਕਿਉਂ ਖੜਾ ਕੀਤਾ ਜਿੰਨਾ ਵੀ ਪ੍ਰਚਾਰ ਹੋ ਸਕਦਾ ਆਪਾਂ ਕਰੀ ਜਾਈਏ ਸਾਰੇ ਰਲ ਮਿਲ ਕੇ ਥੈਂਕ ਯੂ ਜੀ ਸਾਡੇ ਹਰਮੀਤ ਸਿੰਘ ਪਖਨਾ ਜਿਹੜੇ ਕਿ ਪੰਜਾਬੀ ਭਾਸ਼ਾ ਚੇਤਨਾ ਬੋਰਡ UK ਵੱਲੋਂ ਅੱਜ ਗੱਲ ਕਰ ਰਹੇ ਸੀਗੇ ਸੋ ਉਹ ਜਿਹੜੀ ਪ੍ਰੈਸ ਰਿਲੀਜ਼ ਆ ਉਹਦੇ ਬਾਰੇ ਸਾਨੂੰ ਡਾਕਟਰ ਜੋਗਾ ਸਿੰਘ ਵਿਰਕ ਜਿਹੜੇ ਕਿ ਪਟਿਆਲਾ ਤੋਂ ਨੇ ਰਿਟਾਇਰਡ ਪ੍ਰੋਫੈਸਰ ਨੇ ਉਹ ਉਹਦੇ ਬਾਰੇ ਦੱਸਣਗੇ ਹੋਮ ਅਵੇ ਫਰਮ ਹੋਮ ਦਿਸ ਇਜ਼ ਪੰਜਾਬ ਰੇਡੀਓ ਔਨ 558 AM ਵੈਲਕਮ ਬੈਕ ਜੀ ਤੁਸੀਂ ਸਭ ਦੇ ਪੰਜਾਬੀਆਂ ਦੀ ਆਵਾਜ਼ ਪੰਜਾਬ ਰੇਡੀਓ ਸੁਰਜੀਤ ਸਿੰਘ ਹਾਜ਼ਰਿਆ ਤੇ ਧੰਨਵਾਦ ਕਰਦੇ ਜਾਈਏ ਪੰਜਾਬੀ ਭਾਸ਼ਾ ਚੇਤਨਾ ਬੋਰਡ UK ਵਾਲਿਆਂ ਦਾ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਸਪੋਂਸਰ ਕਰਾਇਆ ਹੈਗਾ ਤੇ ਜਿੱਦਾਂ ਭਾਜੀ ਹਰਮੀਤ ਸਿੰਘ ਭਕਨਾ ਹੁਣੀ ਆ ਕੇ ਦੱਸ ਕੇ ਗਏ ਸੀਗੇ ਕਿ ਸਾਡੇ ਕੋਲ ਇਸ ਵੇਲੇ ਲਾਈਨ ਤੇ ਨੇ ਡਾਕਟਰ ਜੋਗਾ ਸਿੰਘ ਵਿਰਕ ਪਟਿਆਲਾ ਤੋਂ ਜਿਹੜੇ ਰਿਟਾਇਰਡ ਪ੍ਰੋਫੈਸਰ ਨੇ ਤੇ ਬਾਕੀ ਉਹਨੇ ਜੋ ਕੁਛ ਕੀਤਾ ਹੈਗਾ ਆਪਾਂ ਉਹਨਾਂ ਤੋਂ ਪੁੱਛ ਲੈਂਦੇ ਹਾਂ ਡਾਕਟਰ ਸਾਹਿਬ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੰਜਾਬ ਦਾ ਕੀ ਹਾਲ ਚਾਲ ਆ ਪੰਜਾਬ ਦਾ ਹਾਲ ਠੀਕ ਹੈ ਕੋਈ ਚਲੋ ਹਾਲ ਤੇ ਮਾੜੇ ਚੰਗੇ ਹੁੰਦੇ ਰਹਿੰਦੇ ਨੇ ਕਦੀ ਪੰਜਾਬ ਦੁਨੀਆਂ ਦੇ ਵਿੱਚ ਇਤਿਹਾਸ ਦੇ ਵਿੱਚ ਦੁਨੀਆਂ ਦੀ ਸਭ ਤੋਂ ਥਾਂ ਇਹੋ ਜਿਹੀ ਰਹੀ ਜੋ ਸਾਰੇ ਦੁਨੀਆਂ ਇੱਧਰ ਨੂੰ ਭੱਜਦੀ ਸੀ ਹਾਂਜੀ ਇੱਥੇ ਸਿੱਕੋਇਡਾ ਨੀ ਆਇਆ ਔਰ ਜਿਹੜਾ ਆਇਆ ਵਾਪਸ ਹੀ ਨੀ ਗਿਆ ਅੰਗਰੇਜ਼ਾਂ ਛੱਡ ਕੇ ਹਾਂਜੀ ਬਾਕੀ ਜਿਹੜਾ ਉਹ ਜਿਹੜਾ ਇਤਿਹਾਸ ਹੈ ਪੰਜਾਬ ਦਾ ਪੰਜਾਬੀਆਂ ਦੇ ਅੰਦਰ ਹੈ ਪੰਜਾਬ ਨੂੰ ਹੁਣ ਥੋੜਾ ਉਦਾਸੀ ਦੇ ਮਾਹੌਲ ਪਿੱਛੇ ਲੱਗਿਆ ਪਰ ਪੰਜਾਬੀਆਂ ਤੇ ਮੈਨੂੰ ਆਸ ਹੈ ਕਿ ਬੜਾ ਪਏਗਾ ਛੋਟ ਵਿੱਚ ਦੱਸ ਦਿਓ ਜੀ ਬਸ ਜੀ ਇੰਨੀ ਬਹੁਤ ਹੈ ਕਿ ਮੈਂ ਭਾਸ਼ਾ ਵਿਗਿਆਨ ਦਾ ਸੇਵਾ ਮੁਕਤ ਪ੍ਰੋਫੈਸਰ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਮੈਂ ਇੱਥੋਂ ਰਿਟਾਇਰ ਹੋਇਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੁਣ ਮੈਂ ਕਰ ਰਿਹਾ ਤੇ ਅੱਜ ਕੱਲ ਮੈਂ ਮਾਤ ਭਾਸ਼ਾ ਬੋਲਣ ਚ ਔਰ ਸਾਰੇ ਦੇਸ਼ ਦੇ ਵਿੱਚ ਮੈਂ ਭਾਰਤ ਦੇ ਵਿੱਚ ਤੁਰਿਆ ਫਿਰਨਾ ਵਾ ਸਾਡਾ ਇੱਕ ਸੰਗਠਨ ਹੈ ਭਾਸ਼ਾ ਸਮਾਨਤਾ ਤੇ ਅਧਿਕਾਰ ਅੰਦੋਲਨ ਕੈਂਪੇਨ ਫਾਰ ਲੈਂਗੁਏਜ ਇਕੁਆਲਿਟੀ ਐਂਡ ਰਾਈਟਸ ਤਾਂ ਕੋਈ 40 ਭਾਸ਼ਾਵਾਂ ਦੇ ਕਰੀਬ ਜਿਹੜੇ ਨੇ ਕਾਰਕੁਨ ਨੇ ਭਾਸ਼ਾਵਾਂ ਦੇ ਮਾਤ ਭਾਸ਼ਾਵਾਂ ਦੇ ਉਹ ਸਾਡੇ ਨਾਲ ਨੇ ਔਰ ਅਸੀਂ ਸਾਰੇ ਭਾਰਤ ਦੇ ਵਿੱਚ
ਇਸ ਗੱਲ ਦਾ ਜਿਹੜਾ ਪ੍ਰਚਾਰ ਪ੍ਰਸਾਰ ਕਰ ਰਹੇ ਹਾਂ, ਹਰ ਤਰ੍ਹਾਂ ਦਾ ਜਿਹੜਾ ਰੋਸ ਮੁਜ਼ਾਹਰੇ ਵੀ ਖਰੀਦੇ ਨੇ ਜੀ ਜੀ। ਮੇਰੇ ਇੱਕ ਛੋਟੇ ਜਿਹੇ ਮੈਂ 20 ਕੁ ਪੰਨਿਆਂ ਦਾ ਇੱਕ ਟੈਕਸਟ ਵੀ ਲਿਖਿਆ, ਪਾਠ ਲਿਖਿਆ ਤੇ ਕਿਤਾਬ ਚ, ਜਿਹੜਾ ਇੱਕ ਤਰ੍ਹਾਂ ਨਾਲ ਭਾਸ਼ਾ ਦੇ ਮਾਮਲਿਆਂ ਬਾਰੇ ਇੱਕ ਸਾਰੀ ਦੁਨੀਆਂ ਦੀ ਖੋਜ ਤੇ ਤਜਰਬਾ ਜਿਹੜਾ ਔਰ ਵਿਹਾਰ ਜਿਹੜਾ ਸਫਲ ਵਿਹਾਰ ਹੈ ਉਹਦਾ ਇੱਕ ਤਰ੍ਹਾਂ ਨਾਲ ਉਹ ਸਾਰ ਹੈ। ਉਹ ਭਾਰਤ ਦੀਆਂ 12 ਭਾਸ਼ਾਵਾਂ ਦੇ ਵਿੱਚ, ਉਹ ਜਿਹੜਾ ਅੰਗਰੇਜ਼ੀ ਤੋਂ ਇਲਾਵਾ ਹੋਰ 11 ਭਾਸ਼ਾਵਾਂ ਦੇ ਵਿੱਚ ਉਹਦਾ ਅਨੁਵਾਦ ਹੋਇਆ ਹੈ। ਔਰ ਮੈਂ ਬੇਨਤੀ ਕਰੂੰਗਾ ਕਿ ਮੈਂ ਤੁਹਾਨੂੰ ਉਹਦਾ ਪੇਜ ਵੀ ਦਿਆਂਗਾ ਜਿਹੜਾ ਉੱਥੇ ਮੇਰੀਆਂ ਹੋਰ ਲਿਖਤਾਂ ਵੀ ਪਈਆਂ ਨੇ ਇਸ ਮਾਮਲੇ ਬਾਰੇ ਜਿਹੜੀਆਂ ਜੀ। ਬਸ ਇੰਨੇ ਬਹੁਤ ਠੀਕ ਹੈ, ਥੈਂਕ ਯੂ ਜੀ। ਓਕੇ, ਜਿਹੜੀ ਪਾਕਿਸਤਾਨੀ ਐਮਬੈਸੀ ਨੇ ਜਾਂ ਪਾਕਿਸਤਾਨੀ ਹਾਈ ਕਮਿਸ਼ਨ ਨੇ ਕੈਨੇਡਾ ਦੇ ਵਿੱਚ ਪ੍ਰੈਸ ਰਿਲੀਜ਼ ਕੀਤੀ ਹੈਗੀ, ਉਹਦੇ ਬਾਰੇ ਥੋੜ੍ਹਾ ਦੱਸਿਓ। ਅੱਛਾ, ਉਹਨਾਂ ਨੇ ਇਹ ਕਿਹਾ, ਇੱਕ ਤਾਂ ਦੋ ਗੱਲਾਂ ਨੇ ਉਹਦੇ ਵਿੱਚ। ਇੱਕ ਤਾਂ ਇਹ ਕਿ ਉਰਦੂ ਪਾਕਿਸਤਾਨ ਦੀ ਉਹਨਾਂ ਕਿਹਾ ਰਾਸ਼ਟਰੀ ਭਾਸ਼ਾ ਹੈ, ਤੇ ਇਸ ਕਰਕੇ ਇਹਨੂੰ ਉਰਦੂ ਨੂੰ ਵੀ ਉਹਦੇ ਚ ਇੱਕ ਅੰਦਰਾਜ ਵਜੋਂ ਐਂਟਰੀ ਵਜੋਂ ਸ਼ਾਮਿਲ ਕੀਤਾ ਜਾਏ। ਔਰ ਦੂਜੀ ਗੱਲ ਉਹਨੇ ਕਹੀ ਹੈ ਕਿ ਪੰਜਾਬੀ ਨੂੰ ਦੋ ਸਬ ਗਰੁੱਪ ਬਣਾਇਆ ਜਾ ਰਿਹਾ, ਇੱਕ ਗੁਰਮੁਖੀ ਲਿਪੀ ਵਾਲੀ ਪੰਜਾਬੀ ਤੇ ਇੱਕ ਸ਼ਾਹਮੁਖੀ ਵਾਲੀ ਪੰਜਾਬੀ। ਮੈਂ ਸਮਝਦਾ ਕਿ ਪਹਿਲੀ ਗੱਲ ਜਿਹੜੀ ਉਰਦੂ ਵਾਲੀ ਉਹਦੇ ਬਾਰੇ ਗੱਲ ਕਰਨੀ ਬੜੀ ਜ਼ਰੂਰੀ ਹੈ। ਉਹ ਇਸ ਵਾਸਤੇ ਕਿ ਇਹ ਜਿਹੜੀ ਉਰਦੂ ਭਾਸ਼ਾ ਬਾਰੇ ਸਮਝ ਹੈ, ਉਰਦੂ ਦਾ ਭਾਸ਼ਾ ਦਾ ਮਾਮਲਾ ਜਿਵੇਂ ਰਾਜਨੀਤੀ ਨਾਲ ਔਰ ਚੀਜ਼ਾਂ ਨਾਲ ਜੁੜਦਾ, ਤਾਂ ਉਹਦੇ ਕਰਕੇ ਪੰਜਾਬ ਦੇ ਪਿਛਲੇ 150 ਸਾਲ ਦਾ ਇਤਿਹਾਸ ਜਿਹੜਾ ਉਹ ਭੁਗਤਿਆ ਪੰਜਾਬ ਨੇ, ਜਾਂ ਜੋ ਵੀ ਹੋਇਆ ਪੰਜਾਬ ਚ ਔਰ ਹੁਣ ਵੀ ਹੋ ਰਿਹਾ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਪ੍ਰਭਾਵੀ ਕਰੇਗਾ। ਇਸ ਕਰਕੇ ਜਿਹੜਾ ਮਾਮਲਾ ਉਰਦੂ ਵਾਲਾ ਥੋੜਾ ਜਿਹਾ, ਇਹਦੇ ਬਾਰੇ ਇੱਕ ਦੋ ਗੱਲਾਂ ਮੈਂ ਤੁਹਾਡੇ ਨਾਲ 5-4 ਮਿੰਟ ਕਰਨੀਆਂ ਚਾਹਾਂਗਾ। ਹਾਂਜੀ, ਜ਼ਰੂਰ ਕਰੋ। ਮੈਂ ਨਾ ਕੁਝ ਵਾਕ ਬੋਲਦਾ, ਤੁਸੀਂ ਉਰਦੂ ਵੀ ਸਮਝ ਲੈਂਦੇ ਹੋ ਤੇ ਹਿੰਦੀ ਵੀ ਸਮਝ ਲੈਂਦੇ ਹੋ ਮੇਰੇ ਹਿਸਾਬ ਚ। ਮੈਂ 2-4 ਵਾਕ ਬੋਲਾਂਗਾ ਤੇ ਤੁਸੀਂ ਸੁਣਿਆ ਜੀ। ਆਪਕਾ ਨਾਮ ਕਿਆ ਹੈ, ਆਪ ਕਹਾਂ ਸੇ ਆਏ ਹੈ, ਆਪ ਕਿਆ ਖਾਤੇ ਹੈ, ਆਪ ਕਿਆ ਕਰ ਰਹੇ ਹੈ, ਆਪ ਮਾਨਤੇ ਕਿਉਂ ਨਹੀਂ, ਆਪਕੇ ਪਿਤਾ ਜੀ ਆਪਕੋ ਕਿਸ ਬੋਲੀ ਮੈਂ ਬੋਲਤੇ ਥੇ, ਹਾਂਜੀ ਆਪ ਕਭੀ ਹੱਸਤੇ ਹੈ ਜਾਂ ਨਹੀਂ, ਆਪ ਕਭੀ ਰੋਏ ਹੈ ਜਾਂ ਨਹੀਂ, ਮੇਰੀ ਬਾਤ ਸੁਣਕਰ ਆਪ ਰੋਏਗੇ ਤੋ ਨਹੀਂ, ਇਹ ਵਾਕ ਨੇ। ਹਾਂਜੀ, ਇਹ ਕਿਹੜੀ ਕਿਹੜੀ ਭਾਸ਼ਾ ਦੇ ਵਾਕ ਨੇ? ਪਰ ਹਿੰਦੀ ਚ ਵੀ ਤੁਸੀਂ ਕਹਿ ਸਕਦੇ, ਉਰਦੂ ਚ ਵੀ ਕਹਿ ਸਕਦੇ, ਲੇਕਿਨ ਉਹਦੇ ਇੱਕੋ ਲਾਈਨ ਮੈਂ ਪਿੱਕ ਕੀਤੀ ਹੈਗੀ ਆ ਜਿੱਥੇ ਤੁਸੀਂ ਕਿਹਾ ਕਿ ਤੁਹਾਡੇ ਬਾਪ ਕਾ ਨਾਮ ਕਿਆ ਹੈ। ਜੇ ਉਰਦੂ ਵਿੱਚ ਬੋਲਦੇ ਤੇ ਫਿਰ ਉਹਨੇ ਕਹਿਣਾ ਸੀ ਆਪਕੇ ਅੱਬੂ ਕਾ ਕਿਆ ਨਾਮ ਹੈ। ਚਲੋ, ਉਹ ਤਾਂ ਅੰਗਰੇਜ਼ੀ ਦੇ ਵਿੱਚ ਵੀ ਤੁਸੀਂ ਇੰਗਲੈਂਡ ਦੇ ਇੱਕ ਇਲਾਕੇ ਤੋਂ ਦੂਜੇ ਇਲਾਕੇ ਤੋਂ ਜਾਓ ਤਾਂ ਉਹਨਾਂ ਫਰਕ ਭਾਸ਼ਾਵਾਂ ਚ ਹੁੰਦਾ, ਇੱਕ ਭਾਸ਼ਾ ਦੇ ਅੰਦਰ ਵੀ ਹੁੰਦਾ। ਤਾਂ ਇਹ 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 ਹੁਣ ਵਾਕ ਨੇ, ਇਹਨੂੰ ਕੋਈ ਉਰਦੂ ਵਾਲਾ ਕਹੇਗਾ ਕਿ ਇਹ ਉਰਦੂ ਦੇ ਵਾਕ ਨਹੀਂ, ਨਾ ਇਹਨਾਂ ਨੂੰ ਕੋਈ ਹਿੰਦੀ ਵਾਲਾ ਆਖੇਗਾ ਕਿ ਹਿੰਦੀ ਦੇ ਵਾਕ ਨਹੀਂ। ਫਿਰ ਮਸਲਾ, ਫਿਰ ਇਹ ਉਰਦੂ ਤੇ ਹਿੰਦੀ ਕੀ ਵੱਖ ਭਾਸ਼ਾਵਾਂ ਨੇ? ਪਹਿਲੀ ਗੱਲ ਤੇ ਇਹ ਨਜਿੱਠਣ ਵਾਲੀ ਹੈ ਕਿ ਕੀ ਉਰਦੂ ਤੇ ਹਿੰਦੀ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਹੈ ਨੇ ਕਿ ਨਹੀਂ? ਠੀਕ ਹੈ, ਬੋਲਣ ਦੇ ਵਿੱਚ ਜਿਹੜੇ ਜਿਹੜੇ ਬੋਲਣ ਚ ਵੀ ਲਿਖਣ ਚ ਵੀ, ਮੈਂ ਕਹਿ ਰਿਹਾ ਉਸ ਗੱਲ ਵੱਲ ਮੈਂ ਬਾਅਦ ਚ ਆਵਾਂਗਾ। ਥੋੜਾ ਜਿਹੜਾ ਸ਼ਬਦਾਵਲੀ ਦਾ ਫਰਕ ਹੈ, ਜਿਹਦੇ ਵਿੱਚ ਉਰਦੂ ਦੇ ਵਿੱਚ ਫਾਰਸੀ, ਅਰਬੀ, ਫਾਰਸੀ ਨੁਮਾ ਸ਼ਬਦਾਵਲੀ ਜਿਹੜੀ ਹੈ ਉਹ ਵਧੇਰੇ ਹੋ ਗਈ, ਤੇ ਜਿਹੜੀ ਹਿੰਦੀ ਹੈ ਉਹ ਸੰਸਕ੍ਰਿਤ ਨੁਮਾ ਵਧੇਰੇ ਹੋ ਗਈ। ਲੇਕਿਨ ਜਦੋਂ ਅਸੀਂ ਭਾਸ਼ਾਵਾਂ ਦਾ ਨਿਰਣਾ ਕਰਦੇ ਹਾਂ ਵੀ ਇਹ ਕਿਹੜੀ ਭਾਸ਼ਾ ਹੈ, ਇਹਦਾ ਕਿਹਦੇ ਨਾਲ ਸੰਬੰਧ ਹੈ, ਭਾਸ਼ਾ ਹੈ ਜਾਂ ਕਿਸੇ ਭਾਸ਼ਾ ਬੋਲੀ ਸ਼ਾਖ ਹੈ, ਤਾਂ ਉਹਦੇ ਸ਼ਬਦਾਵਲੀ ਨੀ ਵੇਖੀ ਜਾਂਦੀ। ਜੇ ਸ਼ਬਦਾਵਲੀ ਵੇਖੀਏ ਤਾਂ ਹੁਣ ਇੰਨੀ ਸ਼ਬਦਾਵਲੀ ਅੰਗਰੇਜ਼ੀ ਦੀ ਆ ਗਈ ਹੈ ਪੰਜਾਬੀ ਦੇ ਵਿੱਚ ਔਰ ਭਾਰਤੀ ਭਾਸ਼ਾਵਾਂ ਔਰ ਹੋਰ ਭਾਸ਼ਾਵਾਂ ਚ, ਤਾਂ ਹੁਣ ਇਹਨਾਂ ਨੂੰ ਅਸੀਂ ਅੰਗਰੇਜ਼ੀ ਥੋੜੀ ਆਖ ਦਿਆਂਗੇ ਜਾਂ ਅੰਗਰੇਜ਼ੀ ਦੀਆਂ ਭਾਸ਼ਾਵਾਂ ਥੋੜੀ ਆਖ। ਜਦੋਂ ਅਸੀਂ ਕਿਸੇ ਭਾਸ਼ਾ ਦਾ ਨਿਰਣਾ ਕਰਦੇ ਹਾਂ ਵੀ ਇਹ ਭਾਸ਼ਾ ਕਿਹੜੀ ਹੈ, ਤੇ ਅਸੀਂ ਉਹਦੀ ਵਿਆਕਰਣ ਵੇਖਦੇ ਹਾਂ, ਗਰਾਮਰ ਵੇਖਦੇ ਹਾਂ, ਅਸੀਂ ਉਹਦੀ ਗਰਾਮਰ ਵੇਖਦੇ ਹਾਂ ਵੀ ਗਰਾਮਰ ਇਹਦੀ ਕਿਹਦੇ ਨਾਲ ਮਿਲਦੀ ਹੈ। ਉਰਦੂ ਦੀ ਹਿੰਦੀ ਦੀ ਆ, ਮੈਂ ਜਿੰਨੇ ਵਾਕ ਬੋਲੇ ਨੇ ਇਹਦੇ ਸਾਰੇ ਗਰਾਮਰ ਤੇ ਜਿਹੜੀ ਮਿਲਦੀ ਹੈ, ਸਾਂਝੀ ਹੈ ਇਹਨਾਂ ਦੇ। ਖਾਸ ਤੌਰ ਤੇ 2-3 ਜਿਹੜੇ ਨੇ ਉਹਨਾਂ ਨੂੰ ਬਹੁਤ ਮੁੱਖ ਤੌਰ ਤੇ 3 ਚੀਜ਼ਾਂ ਲਈਆਂ ਜਾਂਦੀਆਂ ਨੇ। ਇੱਕ ਤੇ ਜਿਹੜੇ ਪ੍ਰੋਨਾਉਨ ਹੁੰਦੇ ਨੇ, ਪੜਨਾਮ ਜਿਹੜੇ ਨੇ, ਪ੍ਰੋਨਾਉਨ, ਇੱਕ ਜਿਹੜੀਆਂ ਵਰਬਲ ਫਾਰਮ ਜਿਵੇਂ ਜਾਤਾ, ਗਿਆ, ਜਾਏਗਾ, ਹਾਂਜੀ, ਜਾਊਂ, ਇਹ ਵਰਬਲ ਫਾਰਮ ਨੇ ਸਾਰੀਆਂ। ਇਹ ਭਾਸ਼ਾ ਵਿਗਿਆਨੀ ਜਦੋਂ ਕਿਸੇ ਭਾਸ਼ਾ ਦਾ ਨਿਰਣਾ ਕਰਦੇ ਨੇ ਵੀ ਵੱਖਰੀ ਭਾਸ਼ਾ ਹੈ ਕਿ ਨਹੀਂ ਹੈ, ਤਾਂ ਉਹ ਪਹਿਲਾਂ ਇਹ 2 ਚੀਜ਼ਾਂ ਵੇਖਦੇ ਨੇ ਕਿ ਉਹਦੇ ਵਿੱਚ ਜਿਹੜਾ ਪ੍ਰੋਨਾਉਨਸ ਨੇ, ਪੜਨਾਮ ਨੇ, ਔਰ ਉਹਦੇ ਜਿਹੜੀਆਂ ਵਰਬਲ ਫਾਰਮ ਨੇ, ਕਿਰਿਆ ਦੇ ਰੂਪ ਨੇ, ਉਹਨਾਂ ਦਾ ਕਿੰਨਾ ਫਰਕ ਹੈ।
ਇਸ ਪੱਖੋਂ ਤੇ ਹਿੰਦੀ ਉਰਦੂ ਦਾ ਕੋਈ ਫਰਕ ਹੀ ਨਹੀਂ ਹੈ। ਔਰ ਭਾਸ਼ਾ ਵਿਗਿਆਨੀ ਜਿਹੜੇ ਨੇ ਉਹ ਹਿੰਦੀ ਤੇ ਉਰਦੂ ਨੂੰ ਇੱਕ ਭਾਸ਼ਾ ਮੰਨਦੇ ਨੇ ਜੀ। ਮੈਂ ਤੁਹਾਨੂੰ ਬ੍ਰਿਟੈਨਿਕਾ ਚੋਂ ਮੈਂ ਤੁਹਾਨੂੰ ਦੇ ਸਕਦਾ ਟੂਪ ਦੇ ਸਕਦਾ ਜਿਹੜਾ ਸਾਈਕਲੋਪੀਡੀਆ ਬ੍ਰਿਟੈਨਿਕਾ ਉਹ ਕਹਿੰਦੇ ਆ ਵੀ ਇਹ ਇੱਕੋ ਹੀ ਭਾਸ਼ਾ ਨੇ। ਹਾਂਜੀ ਬ੍ਰਿਟੈਨਿਕਾ ਵਾਲੇ ਕਹਿੰਦੇ ਨੇ ਕਿ ਇੱਕੋ ਹੀ ਭਾਸ਼ਾ ਨੇ। ਫਰੋਮ ਦਾ ਗ੍ਰਾਮੈਟੀਕਲ ਪੁਆਇੰਟ ਆਫ ਵਿਊ ਦੇਰ ਇਜ ਨਾਟ ਮਚ ਡਿਫਰੈਂਸ ਬਿਟਵੀਨ ਹਿੰਦੀ ਐਂਡ ਉਰਦੂ। ਇਹ ਬ੍ਰਿਟੈਨਿਕਾ ਸਾਈਕਲੋਪੀਡੀਆ ਬ੍ਰਿਟੈਨਿਕਾ ਦੀ ਕੋਟੇਸ਼ਨ ਨਹੀਂ। ਵੈਸੇ ਤੁਸੀਂ ਆਮ ਵੀ ਜ਼ਿੰਦਗੀ ਚ ਦੇਖੋ ਨਾ ਸਾਰੇ ਇਹੀ ਕਹਿੰਦੇ ਕਿ ਬਹੁਤਾ ਫਰਕ ਨਹੀਂ ਗਾ ਪਰ ਜਦੋਂ ਤੱਕ ਤੁਸੀਂ ਲਿਖਦੇ ਨਹੀਂ ਗੇ। ਹਾਂਜੀ ਲਿਖਣ ਚੋਂ ਲਿਪੀ ਦਾ ਫਰਕ ਹੈ। ਲਿਪੀ ਦਾ ਭਾਸ਼ਾ ਨਾਲ ਲਿਪੀ ਤੇ ਭਾਸ਼ਾ ਜਿਹੜੀਆਂ ਕਈ ਨੇ ਦੋ ਦੋ ਲਿਪੀਆਂ ਚ ਲਿਖੀਆਂ ਜਾਂਦੀਆਂ ਨੇ ਜਾਂ ਇੱਕ ਲਿਪੀ ਨਾਲ ਕਿੰਨੀਆਂ ਕਿੰਨੀਆਂ ਭਾਸ਼ਾਵਾਂ ਲਿਖੀਆਂ ਜਾ ਰਹੀਆਂ ਨੇ। ਦੇਵਨਾਗਰੀ ਦੇ ਵਿੱਚ ਕਿੰਨੀਆਂ ਭਾਸ਼ਾਵਾਂ ਭਾਰਤੀਆਂ ਲਿਖੀਆਂ ਜਾ ਰਹੀਆਂ ਨੇ ਉਹਦੇ ਨਾਲ ਇਹ ਥੋੜੀ ਜਿਹੀ ਕਿ ਉਹ ਹਿੰਦੀ ਹੋ ਜਾਂਦੀਆਂ। ਦੇਵਨਾਗਰੀ ਵਿੱਚ ਲਿਖਣ ਨਾਲ ਨਾ ਤਾਂ ਰਾਜਸਥਾਨੀ ਹਿੰਦੀ ਹੋ ਜਾਂਦੀ ਹੈ ਨਾ ਭੋਜਪੁਰੀ ਹਿੰਦੀ ਹੋ ਜਾਂਦੀ ਹੈ ਨਾ ਮੈਥਲੀ ਹਿੰਦੀ ਹੋ ਜਾਂਦੀ ਹੈ ਨਾ ਗੜਵਾਲੀ ਹਿੰਦੀ ਹੋ ਜਾਂਦੀ ਹੈ ਜਾਂ ਹੋਰ ਛੱਤੀਸਗੜ੍ਹੀ ਹੋਰ ਕਿੰਨੀਆਂ ਨੇ ਉਹ ਹਿੰਦੀ ਤੇ ਹੋਰ ਨਹੀਂ ਜਾਂਦੀਆਂ ਪਹਿਲੀ ਗੱਲ। ਦੂਜੀ ਗੱਲ ਜਿਹੜੀ ਲੈਂਦੇ ਨੇ ਭਾਸ਼ਾ ਵਿਗਿਆਨੀ ਸਾਡੇ ਲਿੰਗੁਇਸਟ ਨੇ ਭਾਸ਼ਾ ਦੇ ਬਾਹਰ ਉਹ ਜਦੋਂ ਨਿਰਣਾ ਕਰਦੇ ਨੇ ਕਿ ਵੱਖਰੀ ਭਾਸ਼ਾ ਕਿ ਨਹੀਂ ਤਾਂ ਉਹਦਾ ਇੱਕ ਟੈਸਟ ਹੈ ਉਹਦੀ ਪਰਖ ਹੈ ਉਹ ਪਰਖ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਮਿਊਚੁਅਲ ਇੰਟੈਲੀਜੀਬਿਲਿਟੀ। ਮੈਂ ਅੰਗਰੇਜ਼ੀ ਦੇ ਸ਼ਬਦ ਇਸ ਕਰਕੇ ਬੋਲ ਰਿਹਾ ਕਿ ਸਰੋਤੇ ਜ਼ਿਆਦਾ ਤੁਹਾਡੇ ਜਿਹੜੇ ਨੇ ਗਲੋਬਲ ਨੇ ਇਸ ਕਰਕੇ ਮੈਂ ਤੁਹਾਡੇ ਅੰਗਰੇਜ਼ੀ ਦੇ ਸ਼ਬਦ ਵੀ ਬੋਲ ਰਿਹਾ। ਮਿਊਚੁਅਲ ਇੰਟੈਲੀਜੀਬਿਲਿਟੀ ਕਿ ਜੇ ਦੋ ਬੋਲਣ ਵਾਲੇ ਇਕੱਠੇ ਹੋ ਜਾਣ ਬਿਨਾਂ ਕਿਸੇ ਸਿਖਲਾਈ ਦੇ ਉਹ ਇੱਕ ਦੂਜੇ ਨੂੰ ਕਾਫੀ ਬਹੁਤ ਜ਼ਿਆਦਾ ਸਮਝ ਲੈਂਦੇ ਨੇ ਇਹਦਾ ਮਤਲਬ ਹੈ ਕੋਈ ਇੱਕੋ ਭਾਸ਼ਾ ਬੋਲ ਰਿਹਾ ਨੇ। ਤਾਂ ਜੇ ਉਰਦੂ ਤੇ ਹਿੰਦੀ ਵਾਲੇ ਨੂੰ ਇਕੱਠਿਆਂ ਕਰ ਦਿਓ ਤੇ ਸਮਝ ਲੈਂਦੇ ਨੇ ਜੀ ਇਹ ਫਿਰ ਵੱਖਰੀ ਭਾਸ਼ਾ ਕਿਵੇਂ ਹੋ ਗਈ। ਤਾਂ ਇਹ ਠੀਕ ਹੈ ਕਿ ਹੁਣ ਤੁਸੀਂ ਕਹੋਗੇ ਲੋਕ ਕਹਿੰਦੇ ਉਰਦੂ ਦੇ ਵਿੱਚ ਇੰਨਾ ਗਾਲਿਬ ਨੇ ਮੀਰ ਨੇ ਏਡੇ ਵੱਡੇ ਵੱਡੇ ਸ਼ਾਇਰ ਨੇ ਤੇ ਉਹਨੂੰ ਤੁਸੀਂ ਕਿਵੇਂ ਭਾਸ਼ਾ ਨਹੀਂ ਮੰਨ ਸਕਦੇ। ਮੈਂ ਕਹਿੰਦਾ ਵਾ ਕਿ ਜਿਹੜੀ ਜਿੱਥੋਂ ਦਾ ਸਾਹਿਤ ਦਾ ਸਵਾਲ ਹੈ ਲਿਖਣ ਦਾ ਸਵਾਲ ਹੈ ਉਹ ਤੇ ਕਿੰਨੇ ਭਾਰਤ ਦੇ ਲੋਕ ਨੇ ਜਿਹੜੇ ਅੰਗਰੇਜ਼ੀ ਚ ਲਿਖਦੇ ਨੇ ਔਰ ਚੰਗਾ ਚੰਗਾ ਲਿਖਦੇ ਨੇ ਕੋਈ ਐਸੀ ਵੀ ਗੱਲ ਨਹੀਂ ਆ। ਹੁਣੇ ਪਿੱਛੇ ਜਿਹੜਾ ਭਾਰਤ ਦਾ ਭਾਸ਼ਾ ਅਕਾਦਮੀ ਦਾ ਨਾਮ ਮਿਲਿਆ ਅੰਗਰੇਜ਼ੀ ਦੇ ਲਿਖ ਅੰਗਰੇਜ਼ੀ ਦੀ ਮਾਂ ਬੋਲੀ ਤੇ ਹੋ ਨੀ ਜਾਂਦੀ ਜੇ ਅੰਗਰੇਜ਼ੀ ਦੇ ਵਿੱਚ ਲਿਟਰੇਚਰ ਉਹ ਲਿਖਦੇ ਨੇ ਜਾਂ ਭਾਰਤ ਵਾਲੇ ਲਿਖਦੇ ਨੇ। ਇਸ ਕਰਕੇ ਮੇਰੀ ਬੇਨਤੀ ਇਹ ਕਿ ਪਹਿਲੀ ਗੱਲ ਤੇ ਉਰਦੂ ਨੂੰ ਇਸ ਤਰ੍ਹਾਂ ਭਾਸ਼ਾ ਹੀ ਵੱਖਰੀ ਹਿੰਦੀ ਤੋਂ ਮੰਨਣਾ ਇਹ ਆਪਣੇ ਆਪ ਚ ਕਿਸੇ ਵੀ ਵਿਗਿਆਨਿਕ ਨਜ਼ਰੀਏ ਤੋਂ ਠੀਕ ਨਹੀਂ। ਉਹਦੇ ਕਾਰਨ ਜਿਹੜੇ ਨਿਰਾਜਸੀ ਨੇ ਜਾਂ ਧਾਰਮਿਕ ਨੇ ਉਹ ਗੱਲ ਵੱਖਰੀ ਹੈ ਪਰ ਠੋਸ ਵਿਗਿਆਨਿਕ ਆਧਾਰਾਂ ਦੇ ਉੱਤੇ ਜੇ ਆਪਾਂ ਵੇਖੀਏ ਮੈਂ ਤੁਹਾਨੂੰ ਬ੍ਰਿਟਾਨਿਕਾ ਹੀ ਦੱਸਿਆ ਸਾਈਕਲੋਪੀਡੀਆ ਬ੍ਰਿਟਾਨਿਕਾ ਜਿਹੜਾ ਆ ਬੜੀ ਤੁਸੀਂ ਪਤਾ ਹੀ ਕਿੱਡੀ ਵਿਕਾਰੀ ਸੰਸਥਾ ਆ ਔਰ ਇਹ ਐਵੇਂ ਨੀ ਕੋਈ ਵਾਕ ਲਿਖਦੇ ਔਰ ਉਹ ਲਿਖਦੇ ਨੇ ਜਿਹੜੇ ਮੈਂ ਤੁਹਾਨੂੰ ਦੱਸੀ ਹੈ ਮਿਊਚੁਅਲ ਇੰਟੈਲੀਜੀਬਿਲਿਟੀ ਉਹ ਕਹਿੰਦੇ ਨੇ ਉਰਦੂ ਐਂਡ ਹਿੰਦੀ ਆਰ ਮਿਊਚੁਅਲੀ ਇੰਟੈਲੀਜੀਬਲ ਇਹ ਬ੍ਰਿਟਾਨਿਕਾ ਵਾਲੇ ਲਿਖ ਰਹੇ ਜੇ ਮਿਊਚੁਅਲੀ ਇੰਟੈਲੀਜੀਬਲ ਆ ਤੇ ਫਿਰ ਭਾਸ਼ਾਵਾਂ ਵੱਖਰੀਆਂ ਕਿਵੇਂ ਹੋ ਗਈਆਂ। ਤੋ ਇੱਕ ਤੇ ਮੈਂ ਪਹਿਲੀ ਗੱਲ ਜਦੋਂ ਇਹ ਜਿਹੜੀ ਗੱਲ ਹੋ ਰਹੀ ਹੈ ਉਰਦੂ ਨੂੰ ਮਾਂ ਬੋਲੀ ਲਿਖਾਇਆ ਜਾਏ ਜਾਂ ਨਾ ਲਿਖਾਇਆ ਜਾਏ ਖਾਸ ਤੌਰ ਤੇ ਪਾਕਿਸਤਾਨ ਦੇ ਜਿਹੜੇ ਭੈਣ ਭਰਾ ਨੇ ਉਹ ਉਰਦੂ ਨੂੰ ਮਾਂ ਬੋਲੀ ਲਿਖਾਉਣ ਜਾਂ ਨਾ ਲਿਖਾਉਣ ਜਾਂ ਭਾਰਤ ਤੋਂ ਜਿਹੜੇ ਗਏ ਨੇ ਉਹ ਜਿਹੜੇ ਬੁਲਾਰੇ ਨੇ ਹਿੰਦੀ ਜਾਂ ਉਰਦੂ ਦੇ ਬੁਲਾਰੇ ਨੇ ਤਾਂ ਉਹ ਵੱਖ ਲਿਖਾਉਣ ਜਾਂ ਨਾ ਪਹਿਲੀ ਗੱਲ ਤੇ ਆਵੇ। ਤਾਂ ਜਿਹੜੇ ਪੰਜਾਬੀ ਨੇ ਔਰ ਪਰ ਉਰਦੂ ਨੂੰ ਆਪਣੀ ਮਾਂ ਬੋਲੀ ਲਿਖਾਉਣ ਦੀ ਇੱਛਾ ਰੱਖਦੇ ਨੇ ਜਾਂ ਉਹਨਾਂ ਨੂੰ ਕਿਹਾ ਜਾ ਰਿਹਾ ਇਹਦਾ ਤੇ ਕੋਈ ਮਤਲਬ ਹੀ ਨਹੀਂ। ਜੇ ਕਿਸੇ ਨੇ ਉਰਦੂ ਨੂੰ ਮਾਂ ਬੋਲੀ ਲਿਖਾਉਣਾ ਆ ਤਾਂ ਉਹ ਲਿਖਾਇਆ ਜਿਹਦੀ ਮਾਂ ਬੋਲੀ ਸਮਝ ਲਓ ਜਿਹਨੂੰ ਮੈਂ ਹਿੰਦੀ ਉਰਦੂ ਕਹਿ ਰਿਹਾ। ਸਾਡੇ ਕਈ ਭਾਸ਼ਾ ਵਿਗਿਆਨੀ ਨੇ ਉਰਦੂ ਹਿੰਦੀ ਨੂੰ ਹਿੰਦੀ ਉਰਦੂ ਇਕੱਠੇ ਹੀ ਲਿਖਦੇ ਹਿੰਦੀ ਹਾਈਫਨ ਉਰਦੂ ਹਿੰਦੀ ਉਰਦੂ ਉਹ ਇੱਕ ਨਾਂ ਇਕੱਠਾ ਦਿੱਤਾ ਹੋਇਆ। ਤੋ ਆਪਣੇ ਆਪ ਨੂੰ ਹਿੰਦੀ ਉਰਦੂ ਲਿਖ ਲੈਣ ਉਰਦੂ ਲਿਖ ਲੈਣ ਹਿੰਦੀ ਲਿਖ ਲੈਣ ਉਹਨਾਂ ਦੀ ਆਪਣੀ ਇੱਛਾ ਹੈ ਜੀ। ਨਹੀਂ ਪਰ ਜੇ ਆਪਾਂ ਦੇਖੀਏ ਨਾ ਹੁਣ ਜਦੋਂ ਆਪਾਂ ਇੰਡੀਆ ਦੀ ਗੱਲ ਕਰਦੇ ਹਾਂ ਠੀਕ ਆ ਤੇ ਉੱਥੇ ਇੰਡੀਆ ਦੇ ਵਿੱਚ ਮੁਸਲਿਮ ਕਮਿਊਨਿਟੀ ਵੀ ਹੈਗੀ ਸਿੱਖ ਵੀ ਹੈਗੀ ਬਹੁਤ ਸਾਰੇ ਹੈਗੇ ਆ ਪਰ ਲੇਕਿਨ ਜਦੋਂ ਫਿਰ ਇੰਡੀਆ ਨੂੰ ਉਹ ਕਹਿੰਦੇ ਆ ਕਿ ਅਸੀਂ ਹਿੰਦੂ ਸਾਰਿਆਂ ਨੂੰ ਬਣਾ ਦੇਣਾ ਹੈਗਾ ਤੇ ਇਹ ਜਿਹੜੇ ਇਹ ਮੁਸਲਿਮ ਜਿਹੜੇ ਹੈਗੇ ਆ ਹੁਣ ਜਿਹੜੀ ਉੱਥੇ ਜੋ ਕੁਛ ਵੀ ਚੱਕਰ ਚੱਲ ਰਿਹਾ ਹੋਵੇ ਅਗਲਾ ਕਹਿੰਦਾ ਕਿ ਜਦੋਂ ਤੋਂ ਤੁਸੀਂ ਸਾਨੂੰ ਆਪਣੇ ਇੰਡੀਆ ਦਾ ਹਿੱਸਾ ਹੀ ਨਹੀਂ ਮੰਨਦੇ ਤੇ ਫੇਰ ਅਸੀਂ ਤੁਹਾਡੀ ਬੋਲੀ ਨੂੰ ਕਾਹਦੇ ਕਰੀਏ ਫੇਰ ਸਾਡੀ ਬੋਲੀ ਵੀ ਵੱਖਰੀ ਕਰਦੇ ਹੋ ਜੇ ਤੁਹਾਨੂੰ ਉਦਾਂ ਤੁਸੀਂ ਸਾਡੇ ਵੱਖਰੇ ਕਰਦੇ ਹੋ ਫੇਰ ਸਾਡੀ ਬੋਲੀ ਵੀ ਵੱਖਰੀ ਕਰਦੇ ਹੋ। ਨਹੀਂ ਬੋਲੀ ਸਵਾਲ ਆ ਕਿ ਉਹਨਾਂ ਦੀ ਬੋਲੀ ਕਿਹੜੀ ਆ ਪਹਿਲੀ ਗੱਲ ਤੇ ਜਿਹੜੇ ਜਿਹੜੇ ਭਾਰਤ ਦੇ ਵਿੱਚ ਮੁਸਲਮਾਨ ਭਰਾ ਨੇ ਉਹਨਾਂ ਦੀ ਬੋਲੀ ਕਿਹੜੀ ਹੈ
ਉਹਨਾਂ ਦੀ ਬੋਲੀ ਜਿਹੜੀ ਮੈਂ ਦੱਸ ਰਿਹਾ ਤੁਹਾਨੂੰ ਉਹਨੂੰ ਹਿੰਦੀ ਉਹਨਾਂ ਦੀ ਹੋਈ ਹੈ ਨਾ, ਪੰਜਾਬੀ ਤੇ ਕਿਸੇ ਦੀ ਨੀ ਨਾ ਉਹ। ਹਾਂਜੀ ਯੂਪੀ ਚ ਜਿਹੜੇ ਨੇ ਜਿਹੜੇ ਮਲੇਰਕੋਟਲੇ ਵਿੱਚ ਮੁਸਲਿਮ ਭੈਣ ਭਰਾ ਰਹਿ ਰਹੇ ਨੇ ਉਹਨਾਂ ਦੀ ਬੋਲੀ ਉਰਦੂ ਹੈ ਜੀ ਨਾ, ਜਾਂ ਹਿੰਦੀ ਹੈ ਨੀ ਨਾ, ਕੁਝ ਵੀ ਕਹਿ ਲਓ ਉਹਨੂੰ, ਉਹਨਾਂ ਦੀ ਬੋਲੀ ਤੇ ਪੰਜਾਬੀ ਹੈ ਨਾ। ਹਾਂਜੀ ਉਹ ਕੀ ਮਲੇਰਕੋਟਲੇ ਦਾ ਬੰਦਾ ਜੇ ਆਪਣੇ ਆਪ ਨੂੰ ਪੰਜਾਬੀ ਲਿਖੇ ਤੇ ਮੁਸਲਮਾਨ ਉਹ ਹਿੰਦੂ ਹੋ ਜਾਂਦਾ ਜਾਂ ਮੁਸਲਮਾਨ ਨਹੀਂ ਰਹਿੰਦਾ? ਭੋਜਪੁਰੀ ਬੋਲਦਾ ਹੈ, ਜਿਹੜਾ ਆਂਧਰ ਪ੍ਰਦੇਸ਼ ਚ ਰਹਿੰਦਾ ਉਹ ਤੇਲਗੂ ਬੋਲਦਾ, ਜਾਂ ਦੱਖਣੀ ਦਾ ਇਲਾਕਾ ਹੈ, ਜਿਹੜਾ ਤਮਿਲਨਾਡੂ ਚ ਮੁਸਲਮਾਨ ਭੈਣ ਭਰਾ ਲੈਂਦਾ ਉਹ ਤਮਿਲ ਬੋਲਦਾ। ਤਾਂ ਉਰਦੂ ਨੂੰ ਇਹਦਾ ਮਤਲਬ ਹੈ ਕਿ ਜੇ ਜੇ ਕੋਈ ਭਾਰਤ ਦੇ ਵਿੱਚ ਤਮਿਲ ਵੱਲ ਇਸਲਾਮ ਭਰਾ ਤਮਿਲ ਬੋਲਦਾ ਹੈ ਭੈਣ ਭਰਾ ਜਿਹੜਾ ਇਸਲਾਮੀ ਵਿਚਾਰਧਾਰਾ ਵਾਲਾ ਤੇ ਉਹ ਮੁਸਲਮਾਨ ਨਹੀਂ ਰਹਿੰਦਾ? ਤੁਸੀਂ ਇਹ ਨੀ ਕਹਿ ਸਕਦੇ ਕਿ ਮੁਸਲਮਾਨਾਂ ਜਿਹੜੇ ਮੁਸਲਮਾਨਾਂ ਦੀ ਬੋਲੀ ਆ ਉਹ ਉਰਦੂ ਹੈਗੀ ਆ, ਕਿਉਂਕਿ ਹੁਣ ਦੂਸਰੇ ਇਕੱਲਾ ਪਾਕਿਸਤਾਨ ਤੇ ਨੀ ਗਾ, ਹੋਰ ਵੀ ਬਹੁਤ ਸਾਰੀਆਂ ਕੰਟਰੀਆਂ ਹੈਗੀਆਂ, ਅਰਬਿਕ ਕੰਟਰੀ ਉਹ ਵੀ ਮੁਸਲਿਮ ਕੰਟਰੀਜ਼ ਆ, ਉਹਨਾਂ ਦੀ ਜਿਹੜੀ ਬੋਲੀ ਆ ਉਹਨਾਂ ਦੀ ਜਿਹੜੀ ਭਾਸ਼ਾ ਉਹ ਹੋਰ ਆ। ਪਰ ਲੇਕਿਨ ਉਹਨਾਂ ਦੇ ਜਦੋਂ ਕੋਈ ਵਿਤਕਰਾ ਕਰਦਾ ਨਾ ਕਿ ਤੁਸੀਂ ਅਸੀਂ ਤੁਹਾਨੂੰ ਆਪਣੇ ਨਹੀਂ ਸਮਝਦੇ, ਅਗਲਾ ਕਹਿੰਦਾ ਫਿਰ ਜੇ ਆਪਣੇ ਨਹੀਂ ਤੁਸੀਂ ਸਮਝਦੇ ਤਾਂ ਫਿਰ ਅਸੀਂ ਤੁਹਾਡੇ ਰਹਿਣਾ ਵੀ ਨਹੀਂ, ਕਿ ਫਿਰ ਅਸੀਂ ਆਪਣੀ ਬੋਲੀ ਦੀ ਰਾਸ਼ਟਰ ਭਾਸ਼ਾ ਜਿਹੜੀ ਆ ਉਹਨੂੰ ਹਿੰਦੀ ਦੀ ਅਸੀਂ ਕਹਿਣ ਲੱਗ ਪੈਣਾ ਕਿ ਉਰਦੂ ਕਹਿਣ ਲੱਗ ਪਈਏ? ਠੀਕ ਹੈ ਤੁਹਾਡੀ ਗੱਲ, ਪਰ ਵਿਤਕਰਾ ਭਾਰਤ ਦੇ ਵਿੱਚ ਪੰਜਾਬੀ ਨਾਲ ਨਹੀਂ ਹੋ ਰਿਹਾ, ਜਿੰਨੀ ਵੀ ਐਥਨਿਕ ਮਾਇਨੋਰਿਟੀ ਆ ਇੰਡੀਆ ਦੇ ਵਿੱਚ ਨਹੀਂ, ਜਿੰਨਾ ਵੀ ਵਿਤਕਰਾ ਹੈਗਾ ਨਾ, ਜਿੰਨੀ ਵੀ ਘੱਟ ਗਿਣਤੀ ਦੇ ਉੱਥੇ ਹੈਗੀ ਆ ਕਮਿਊਨਿਟੀ, ਵਿਤਕਰਾ ਤਾਂ ਉਹਨਾਂ ਦਾ ਸਾਰਿਆਂ ਦੇ ਨਾਲ ਹੋ ਰਿਹਾ। ਸਾਰਿਆਂ ਨਾਲ ਠੀਕ ਗੱਲ, ਮੈਂ ਮੰਨਣਾ ਤੁਹਾਡੀ ਗੱਲ, ਪਰ ਸਿਰਫ ਘੱਟ ਗਿਣਤੀ, ਸਿਰਫ ਧਰਮ ਘੱਟ ਗਿਣਤੀ ਨਹੀਂ ਹੁੰਦੀ, ਪਛਾਈ ਘੱਟ ਗਿਣਤੀ ਵੀ ਹੁੰਦੀ ਹੈ। ਹਾਂਜੀ ਦੋਨੋਂ ਹੀ ਆ ਨਾ, ਬਲਕਿ ਪਛਾਈ ਘੱਟ ਗਿਣਤੀ ਉਹ ਕਿਸੇ ਕੌਮ ਦੀ ਪ੍ਰਤੀਨਿਧਤਾ ਕਰਦੀ ਹੁੰਦੀ, ਜਿਹੜੀ ਭਾਸ਼ਾ ਹੈ ਕਿਸੇ ਕੌਮ ਦੀ ਪ੍ਰਤੀਨਿਧਤਾ ਕਰਦੀ ਜੀ। ਅੱਛਾ ਆਪਾਂ ਜਦੋਂ ਘੱਟ ਗਿਣਤੀ ਦੀ ਗੱਲ ਕਰਦੇ ਹਾਂ ਤਾਂ ਆਪਾਂ ਭਾਸ਼ਾਈ ਘੱਟ ਗਿਣਤੀ ਨੂੰ ਘੱਟ ਕਿਉਂ ਮੰਨਦੇ ਹਾਂ ਜਿਹੜੀ ਧਰਮ ਘੱਟ ਗਿਣਤੀ ਦੇ ਜਿਹੜਾ ਮਾਮਲੇ ਦਾ? ਡਾਕਟਰ ਸਾਹਿਬ ਮੇਰੀ ਬ੍ਰੇਕ, ਹਾਂਜੀ ਮੇਰੀ ਬ੍ਰੇਕ ਦਾ ਟਾਈਮ ਹੋਇਆ ਤੇ ਮੈਨੂੰ 2 ਮਿੰਟ ਦੀ ਬ੍ਰੇਕ ਲੈਣੀ ਪੈਣੀ ਆ, ਪਲੀਜ਼ ਲਾਈਨ ਤੇ ਰਹੋ ਤੇ ਮੈਂ ਤੁਹਾਡੇ ਵੱਲ ਆਉਣਾ। ਠੀਕ ਹੈ ਜੀ, ਥੈਂਕ ਯੂ ਜੀ। ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਜੀ ਪੰਜਾਬੀ ਤੇ ਚੱਲ ਰਿਹਾ ਹੈਗਾ ਜਾਂ ਉਰਦੂ ਤੇ ਚੱਲ ਰਿਹਾ ਹੈਗਾ, ਤੇ ਜਿਹੜੀ ਪ੍ਰੈਸ ਰਿਲੀਜ਼ ਕੀਤੀ ਹੈਗੀ ਪਾਕਿਸਤਾਨੀ ਹਾਈ ਕਮਿਸ਼ਨ ਨੇ ਕੈਨੇਡਾ ਦੇ ਵਿੱਚ, ਉਹਦੇ ਬਾਰੇ ਗੱਲ ਚੱਲਦੀ ਹੈ। London's biggest Punjabi radio. This is Punjab Radio on 558 AM. ਇੱਕ ਵਾਰੀ ਫਿਰ ਜੀ ਜੀ ਆਇਆਂ ਨੂੰ ਪੰਜਾਬ ਰੇਡੀਓ ਤੇ ਚੱਲਦੇ ਹਾਂ ਸਾਡੇ ਡਾਕਟਰ ਜੋਗਾ ਸਿੰਘ ਵਿਰਕ ਪਟਿਆਲੇ ਤੋਂ। ਵਿਜੇ ਇੱਕ ਵਾਰੀ ਫਿਰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਬਹੁਤ ਸਾਰੀਆਂ ਗੱਲਾਂ ਕਰ ਲਈਆਂ ਤੁਸੀਂ, ਬਹੁਤ ਕੁਛ ਦੱਸਿਆ ਵੀ ਹੈਗਾ, ਜਿਹੜੀ ਕਿ ਜਾਣਕਾਰੀ ਚਾਹੀਦੀ ਵੀ ਹੁੰਦੀ ਹੈ ਸਮੇਂ ਸਮੇਂ ਸਿਰ। ਤੇ ਹੁਣ ਜੇ ਆਪਾਂ ਪ੍ਰੈਸ ਰਿਲੀਜ਼ ਵੱਲ ਜਾਈਏ ਜਿਹੜੀ ਕਿ ਪਾਕਿਸਤਾਨੀ ਹਾਈ ਕਮਿਸ਼ਨ ਨੇ ਕੈਨੇਡਾ ਤੋਂ ਕੀਤੀ ਹੈਗੀ, ਉਹਦੇ ਬਾਰੇ ਦੱਸੋ ਜੀ। ਹਾਂਜੀ, ਉਹਦੇ 2 ਨੁਕਤੇ ਫਿਰ ਮੈਂ ਦੱਸਿਆ ਕਿ ਇੱਕ ਉਰਦੂ ਵਾਲਾ ਤੇ ਇੱਕ ਜਿਹੜਾ ਲਿਪੀਆ ਵਾਲਾ। ਹਾਂਜੀ, ਉਰਦੂ ਵਾਲੇ ਬਾਰੇ ਵੀ 2 ਗੱਲਾਂ ਨੇ। ਇੱਕ ਤੇ ਆ ਕੋਨੇ ਕਿ ਉਰਦੂ ਪਾਕਿਸਤਾਨ ਦੀ ਨੈਸ਼ਨਲ ਲੈਂਗੁਏਜ ਹੈ। ਹਾਂਜੀ, ਔਰ ਇਹ ਪਹਿਲੀ ਤੇ ਜਿਹੜੀ ਬਿਆਨ ਹੈ ਪਾਕਿਸਤਾਨ ਨੈਸ਼ਨਲ ਲੈਂਗੁਏਜ ਉਰਦੂ ਹੈ, ਇਹ ਬਿਆਨ ਹੀ ਉਹਦਾ ਪਾਕਿਸਤਾਨ ਵਾਲਿਆਂ ਦਾ ਗਲਤ ਹੈ। ਓਕੇ, ਕਿਉਂਕਿ ਪਾਕਿਸਤਾਨ ਉਹਨਾਂ ਨੇ ਆਪਣੇ ਐਲਾਨ ਕੀਤਾ ਹੋਇਆ ਉਰਦੂ ਸਾਡੀ ਨੈਸ਼ਨਲ ਲੈਂਗੁਏਜ ਹੈ, ਔਰ ਇਹਦੇ ਕਰਕੇ ਉਹਨਾਂ ਨੂੰ ਇੰਨਾ ਨੁਕਸਾਨ ਉਠਾਉਣਾ ਪਿਆ ਕਿ ਬੰਗਲਾਦੇਸ਼ ਵੱਖ ਦੇਸ਼ ਹੋ ਗਿਆ। ਇਹ ਜਿਹੜੀ ਗੱਲ ਛਿੜੀ ਸੀ ਉਹਦੇ ਤੇ ਗਿੜੀ ਸੀ। ਤੇ ਇਹ ਸਥਾਪਨਾ, ਇਹ ਜਿਹੜੀ ਇਹਦੀ ਪ੍ਰੋਪੋਜੀਸ਼ਨ ਹੈ ਕਿ ਉਰਦੂ ਪਾਕਿਸਤਾਨ ਦੀ ਨੈਸ਼ਨਲ ਲੈਂਗੁਏਜ ਹੈ, ਇਹ ਸਾਰੀ ਪੋਲੀਟੀਕਲ ਹੈ, ਇਹਦਾ ਕੋਈ ਆਧਾਰ ਨਹੀਂ ਹੈ, ਨਾ ਕੋਈ ਇਹਦਾ ਕੋਈ ਪੋਲੀਟੀਕਲ ਆਧਾਰ ਹੈ, ਇਹ ਇੱਕ ਸਿਰਫ ਕਮਿਊਨਲ ਆਧਾਰ ਹੈ, ਪੋਲੀਟੀਕਲ ਆਧਾਰ ਵੀ ਨਹੀਂ, ਕਿਉਂਕਿ ਨੈਸ਼ਨਲ ਨੈਸ਼ਨ ਕੀ ਹੁੰਦਾ, ਨੈਸ਼ਨ ਨੂੰ ਆਮ ਤੌਰ ਤੇ ਅਸੀਂ ਲੈਂਗੁਏਜ ਦੇ ਨਾਲ ਜੋੜਦੇ ਹਾਂ, ਔਰ ਪਾਕਿਸਤਾਨ ਦੇ ਵਿੱਚ ਜਿਹੜੇ ਨੇ ਉਹ ਉੱਥੇ ਪੰਜਾਬੀ ਨੇ, ਸਿੰਧੀ ਨੇ, ਬਲੋਚ ਨੇ, ਪਸ਼ਤੂਨ ਨੇ, ਉਹ ਸਾਰੇ ਉਹ ਪਾਕਿਸਤਾਨ ਦੀਆਂ ਨੈਸ਼ਨਲ ਲੈਂਗੁਏਜ ਨੇ। ਨਹੀਂ ਪਰ ਉਰਦੂ ਤੇ ਦੇਸ਼ ਦੇਸ਼ ਦੀਆਂ ਰਾਸ਼ਟਰੀ ਭਾਸ਼ਾ ਜਿਹੜੀ ਆ ਨਾ ਉਹ ਕਈ ਨਹੀਂ ਹੋ ਸਕਦੀ, ਰਾਸ਼ਟਰੀ ਭਾਸ਼ਾ ਤਾਂ ਇੱਕੋ ਹੀ ਹੋ ਸਕਦੀ ਆ ਨਾ, ਪਰ ਲੇਕਿਨ ਇੰਡੀਆ ਦੇ ਵਿੱਚ ਇੱਕੋ ਹੀ ਹੈਗੀ ਆ ਨਾ, ਤੇ ਜਿਹੜੀ ਇਹਨਾਂ ਦੀ ਨੈਸ਼ਨਲ ਲੈਂਗੁਏਜ ਆ ਉਹ ਹਿੰਦੀ ਤੇ ਇੰਗਲਿਸ਼ ਆ। ਭਾਰਤ ਦੇ ਵਿੱਚ ਕੋਈ ਨੈਸ਼ਨਲ ਲੈਂਗੁਏਜ ਨਹੀਂ ਹੈ ਸੰਵਿਧਾਨ ਦੇ ਵਿੱਚ, ਕਨਸਟੀਟਿਊਸ਼ਨ ਚ। ਇੰਡੀਆ ਦੀ, ਭਾਰਤ ਦੀ ਕੋਈ ਵੀ ਨੈਸ਼ਨਲ ਲੈਂਗੁਏਜ ਨਹੀਂ ਹੈ, ਹਿੰਦੀ ਤੇ ਅੰਗਰੇਜ਼ੀ ਆਫੀਸ਼ੀਅਲ ਲੈਂਗੁਏਜਿਸ ਨੇ। ਨੈਸ਼ਨਲ ਇੰਡੀਆ ਦੀਆਂ ਜਿੰਨੀਆਂ ਵੀ ਜਿਹੜੀਆਂ ਏਟ ਸ਼ਡਿਊਲ ਦੇ ਵਿੱਚ 22 ਭਾਸ਼ਾਵਾਂ ਨੇ, ਸਾਰੀਆਂ ਨੈਸ਼ਨਲ ਲੈਂਗੁਏਜ।
ਠੀਕ ਹੈ ਸੰਵਿਧਾਨ ਦੇ ਵਿੱਚ ਲਿਖਿਆ ਕਿ ਦੀਜ਼ ਆਰ ਆਵਰ ਨੈਸ਼ਨਲ ਲੈਂਗੁਏਜਸ ਹਾਂਜੀ ਮੈਂ ਤਾਂ ਉਸ ਤੋਂ ਵੀ ਅੱਗੇ ਜਾਣਾ ਕਿ ਜਿੰਨੀਆਂ ਵੀ ਭਾਰਤ ਚ ਬੋਲੀਆਂ ਜਾਂਦੀਆਂ ਨੇ ਭਾਸ਼ਾਵਾਂ ਉਹ ਸਾਰੀਆਂ ਭਾਰਤ ਦੀਆਂ ਨੈਸ਼ਨਲ ਲੈਂਗੁਏਜ ਨੇ ਔਰ ਤੁਸੀਂ ਕਿਸੇ ਇੱਕ ਭਾਸ਼ਾ ਨੂੰ ਦੂਜੇ ਦੇ ਉੱਤੇ ਜਦੋਂ ਕਹਿ ਦਿੰਦੇ ਹੋ ਕਿ ਨੈਸ਼ਨਲ ਲੈਂਗੁਏਜ ਇੱਥੋਂ ਹੀ ਵਿਤਕਰਾ ਸ਼ੁਰੂ ਹੋ ਜਾਂਦਾ ਹੈ ਤੇ ਜਦੋਂ ਤੁਸੀਂ ਕਹੋਗੇ ਉਸਨੂੰ ਨੈਸ਼ਨਲ ਲੈਂਗੁਏਜ ਇਹਦਾ ਮਤਲਬ ਹੈ ਸਿੰਧੀ ਪੰਜਾਬੀ ਬਲੋਚੀ ਸਾਰੀ ਪਸ਼ਤੂਨੀ ਉਹਨਾਂ ਸਾਰਿਆਂ ਨਾਲ ਜਿਹੜਾ ਵਿਤਕਰਾ ਸ਼ੁਰੂ ਹੋ ਗਿਆ ਪੰਜਾਬੀ ਨਾਲ ਸਭ ਤੋਂ ਵੱਧ ਵਿਤਕਰਾ ਹੋ ਗਿਆ ਉਰਦੂ ਪੰਜਾਬ ਉਹਨਾਂ ਨੂੰ ਆਪਣੀਆਂ ਨੈਸ਼ਨਲ ਲੈਂਗੁਏਜ ਦਾ ਤਾਂ ਪਤਾ ਨੀ ਪਾਕਿਸਤਾਨ ਵਾਲਿਆਂ ਨੂੰ ਪੰਜਾਬ ਦੇ ਵਿੱਚ ਇੱਕ ਵੀ ਸਕੂਲ ਨਹੀਂ ਜਿਹੜਾ ਪੰਜਾਬੀ ਪੜ੍ਹਾਉਂਦਾ ਹੋਵੇ ਪੰਜਾਬ ਚ ਇੱਕ ਵੀ ਸਕੂਲ ਨਹੀਂ ਪੰਜਾਬੀ ਮਾਧਿਅਮ ਚ ਪੜ੍ਹਾਉਂਦਾ ਮਾਧਿਅਮ ਤੇ ਗੱਲ ਦੂਰ ਸਬਜੈਕਟ ਵੀ ਨਹੀਂ ਪੜ੍ਹਾਉਂਦਾ ਸਿੰਧ ਦੇ ਵਿੱਚ 37,000 ਸਕੂਲ ਹੈ ਜਿਹੜਾ ਸਿੱਧੀ ਮਾਧਿਅਮ ਚ ਪੜ੍ਹਾਉਂਦਾ 7,000 ਸਕੂਲ ਜਿਹੜਾ ਪਸ਼ਤੋ ਚ ਪੜ੍ਹਾ ਰਿਹਾ ਪਾਕਿਸਤਾਨ ਦੇ ਵਿੱਚ ਉਹ ਤਾਂ ਆਪਣੀਆਂ ਉਹਨਾਂ ਨੂੰ ਪਤਾ ਹੀ ਨੀ ਨੈਸ਼ਨਲ ਲੈਂਗੁਏਜ ਉਹਨਾਂ ਦੀ ਹੈ ਕਿਹੜੀਆਂ ਉਹ ਤਾਂ ਸਾਰੀ ਇੱਕ ਰਾਜਨੀਤੀ ਹੈ ਜਿਹੜੀ ਪਿਛਲੇ 100 ਸਾਲ ਦੀ 150 ਸਾਲ ਦੀ ਬ੍ਰਿਟਿਸ਼ ਇੰਪੀਰੀਅਲਿਜ਼ਮ ਦੇ ਆ ਕੇ ਕੀਤੀ ਕਮਿਊਨਲ ਔਰ ਉਹਦੇ ਵਿੱਚ ਜਿਹੜੀ ਸਾਡੀ ਇਲੀਟ ਸੀ ਜਿਹੜੀ ਭਾਰਤ ਪਾਕਿਸਤਾਨ ਦੀ ਉਹ ਵੀ ਸ਼ਾਮਿਲ ਹੋਈ ਤੇ ਉਹ ਕਮਿਊਨਲਾਈਜ਼ ਉਹਨਾਂ ਸਾਰੂ ਫਿਰਕੂਕਰਨ ਕੀਤਾ ਤੇ ਕਿਸੇ ਨੂੰ ਜਿਹੜੀਆਂ ਨੇ ਜਿਹੜੀ ਇੱਕ ਬਾਜ਼ਾਰ ਦੀ ਭਾਸ਼ਾ ਬਣੀ ਉਹ ਨੈਸ਼ਨਲ ਲੈਂਗੁਏਜ ਆਪਣੀ ਮਦਰ ਟੰਗ ਬਣੇ ਪਾਕਿਸਤਾਨ ਦੇ ਵਿੱਚ 1,60,00,000 ਲੋਕਾਂ ਨੇ ਕਿਹਾ ਕਿ ਸਾਡੀ ਮਾਤ ਭਾਸ਼ਾ ਉਰਦੂ ਹੈ ਸਿਰਫ ਤੇ ਪਾਕਿਸਤਾਨ ਦੀ ਆਬਾਦੀ ਤੇ 20 ਕਰੋੜ ਤੋਂ ਵੱਧ ਹੈ ਮਤਲਬ ਤੁਹਾਡੀ ਨੈਸ਼ਨਲ ਲੈਂਗੁਏਜ ਨੂੰ ਮਾਂ ਬੋਲੀ ਮੰਨਣ ਵਾਲੇ ਸਿਰਫ 1.5 ਕਰੋੜ ਬੰਦੇ ਨੇ ਉੱਥੇ ਔਰ 20 ਕਰੋੜ ਦੀ ਆਬਾਦੀ ਹੈ ਉਹਨੂੰ ਤੁਸੀਂ ਨੈਸ਼ਨਲ ਲੈਂਗੁਏਜ ਬਣਾਏ ਭੇਜੋ 18.5 ਕਰੋੜ ਜਿਹੜਾ ਉਹ ਦੂਜੀਆਂ ਭਾਸ਼ਾਵਾਂ ਨੂੰ ਆਪਣੀਆਂ ਮਾਂ ਬੋਲੀਆਂ ਲਿਖ ਰਿਹਾ ਉਹਨਾਂ ਨੂੰ ਨੈਸ਼ਨਲ ਲੈਂਗੁਏਜ ਨਹੀਂ ਕਹਿੰਦੇ ਇਸ ਕਰਕੇ ਇਹ ਸਥਾਪਨਾ ਹੈ ਕਿ ਪਾਕਿਸਤਾਨ ਦੀ ਉਰਦੂ ਨੈਸ਼ਨਲ ਲੈਂਗੁਏਜ ਗਲਤ ਹੈ ਦੂਜੀ ਗੱਲ ਠੀਕ ਹੈ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਲੋਕ ਗਏ ਨੇ ਇੱਧਰੋਂ ਭਾਰਤ ਦੇ ਵਿੱਚੋਂ ਗਏ ਨੇ ਕਰਾਚੀ ਵਗੈਰਾ ਜਾ ਕੇ ਬੈਠੇ ਨੇ ਮੁਹਾਜਰ ਉਹਨਾਂ ਦੀ ਨਾ ਪੰਜਾਬੀ ਬੋਲੀ ਹੈ ਨਾ ਉਹਨਾਂ ਦੀ ਸਿੱਧੀ ਹੈ ਨਾ ਉਹਨਾਂ ਦੀ ਪਸ਼ਤੋ ਹੈ ਨਾ ਕੁਛ ਹੈ ਉਹ ਉਹਨਾਂ ਦੀ ਆਪਣੀ ਜਿਹਨੂੰ ਉਰਦੂ ਕਹਿ ਲਓ ਤੁਸੀਂ ਉਹ ਇੱਥੋਂ ਗਏ ਉਹਨਾਂ ਇਲਾਕਿਆਂ ਚੋਂ ਗਏ ਜਿੱਥੇ ਹਿੰਦੀ ਕਹਿ ਲਓ ਉਰਦੂ ਕਹਿ ਲਓ ਜੋ ਮਰਜ਼ੀ ਉਹਨੂੰ ਨਾ ਦੇ ਉਹ ਬੋਲਦੇ ਉਹਨਾਂ ਦਾ ਹੱਕ ਬਣਦਾ ਉਹਨਾਂ ਕਰਾਚੀ ਵਾਲਿਆਂ ਦਾ ਹੱਕ ਬਣਦਾ ਹੈ ਕਿ ਉਹ ਆਪਣੀ ਬੋਲੀ ਨੂੰ ਉਰਦੂ ਕਹਿਣਾ ਚਾਹੁਣ ਉਰਦੂ ਕਹਿ ਲੈਣ ਅਵਧੀ ਕਹਿਣਾ ਚਾਹੁਣ ਅਸਲ ਤੇ ਬਹੁਤੇ ਅਵਧ ਦੇ ਇਲਾਕੇ ਚੋਂ ਅਵਧੀ ਕਹਿਣਾ ਚਾਹੁਣ ਅਵਧ ਕਹਿ ਲੈਣ ਇਹ ਉਹਨਾਂ ਲੋਕਾਂ ਦਾ ਆਪਣਾ ਨਿਰਣਾ ਹੈ ਜਾਂ ਜਿਹੜੀ ਵੀ ਉਹਨਾਂ ਦੀ ਬੋਲੀ ਉਹ ਕਹਿ ਲੈਣ ਲੇਕਿਨ ਪਾਕਿਸਤਾਨ ਉਰਦੂ ਨੂੰ ਨੈਸ਼ਨਲ ਲੈਂਗੁਏਜ ਕਹਿਣਾ ਇਹਦੇ ਬਹੁਤ ਵੱਡੇ ਪਾਕਿਸਤਾਨ ਨੂੰ ਮੁੱਲ ਦੇਣੇ ਪਏ ਨੇ ਔਰ ਅੱਗੇ ਵੀ ਦੇਣੇ ਪੈਣਗੇ ਜੇ ਉਹਨਾਂ ਨੇ ਆਪਣੀ ਨੀਤੀ ਨੂੰ ਠੀਕ ਨਾ ਕੀਤਾ ਇਹਦਾ ਮਤਲਬ ਇਹੀ ਹੋਇਆ ਕਿ ਜਿਹੜੀ ਤੁਸੀਂ ਗੱਲ ਕਰਦੇ ਆ ਕਿ ਜੇ ਇੰਡੀਆ ਦੀ ਕੋਈ ਨੈਸ਼ਨਲ ਲੈਂਗੁਏਜ ਨਹੀਂ ਹੈਗੀ ਤੇ ਇਹਦਾ ਮਤਲਬ ਫਿਰ ਜਿਹੜੀ ਪਾਕਿਸਤਾਨ ਹੈ ਉਹਦੀ ਵੀ ਕੋਈ ਨੈਸ਼ਨਲ ਲੈਂਗੁਏਜ ਨਹੀਂ ਹੈਗੀ ਫਿਰ ਨਹੀਂ ਉਹ ਪਾਕਿਸਤਾਨ ਨੇ ਉਹ ਸੰਵਿਧਾਨ ਚ ਲਿਖਿਆ ਹੋਇਆ ਆਪਣੇ ਆਇਨ ਚ ਉਹਨਾਂ ਨੇ ਕਾਨਸਟੀਟਿਊਸ਼ਨ ਲਿਖਿਆ ਹੋਇਆ ਕਿ ਉਰਦੂ ਸਾਡੀ ਨੈਸ਼ਨਲ ਲੈਂਗੁਏਜ ਹੈ ਪਿੱਛੇ ਕਮੇਟੀ ਵੀ ਬਣੀ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਦੂਜਿਆਂ ਨੂੰ ਨੈਸ਼ਨਲ ਲੈਂਗੁਏਜ ਐਲਾਨੋ ਮੈਂ ਉਹਨਾਂ ਨੂੰ ਚਿੱਠੀ ਵੀ ਲਿਖੀ ਸੀ ਔਰ ਉਹਨਾਂ ਨੇ ਫਿਰ ਕੀਤਾ ਨਹੀਂ ਔਰ ਅਫਰੀਕਾ ਦੀਆਂ 10 ਨੈਸ਼ਨਲ ਲੈਂਗੁਏਜਿਸ ਨੇ ਅਫਰੀਕਾ ਦੀਆਂ ਸਾਊਥ ਅਫਰੀਕਾ ਦੀਆਂ 10 ਨੈਸ਼ਨਲ ਲੈਂਗੁਏਜਿਸ ਨੇ ਬਹੁਤ ਲੋਕ ਅਮਰੀਕਾ ਦੀ ਤਾਂ ਕੋਈ ਅਫੀਸ਼ੀਅਲ ਲੈਂਗੁਏਜ ਵੀ ਹੈ ਨਹੀਂ ਐਲਾਨੀਆ ਤੌਰ ਤੇ ਨਹੀਂ ਪਰ ਜਿਹੜੀ 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 ਦੇਖੋ ਜਿਹੜੀ ਤੁਸੀਂ ਗੱਲ ਕਰਦੇ ਨਾ ਜਿਹੜਾ ਅਫਰੀਕਾ ਆ ਨਾ ਉਹ ਕੰਟੀਨੈਂਟ ਆ ਉਹਦੇ ਵਿੱਚ ਕੰਟਰੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਆ ਤੇ ਪਾਕਿਸਤਾਨ ਤੇ ਇੰਡੀਆ ਵੀ ਕੰਟੀਨੈਂਟ ਨੇ ਏਸ਼ੀਆ ਦੇ ਕੰਟੀਨੈਂਟ ਵਿੱਚ ਹੈਗੀ ਆ ਜਿਹਦੇ ਚ ਬੰਗਲਾਦੇਸ਼ ਵੀ ਆਉਂਦਾ ਨਹੀਂ ਕੰਟਰੀਜ਼ ਆ ਨਾ ਸਬ ਕੰਟੀਨੈਂਟ ਤੋਂ ਕੋਈ ਮੈਂ ਸੁਣਿਆ ਨੀ ਕਦੇ ਸਬ ਕੰਟੀਨੈਂਟ ਹੁੰਦਾ ਕੰਟੀਨੈਂਟ ਦੇ ਵਿੱਚ ਹੁੰਦੇ ਆ ਤੇ ਕੰਟੀਨੈਂਟ ਦੇ ਵਿੱਚ ਉਹ ਵੱਖਰੀਆਂ ਵੱਖਰੀਆਂ ਕੰਟਰੀਆਂ ਹੋਗੀਆਂ ਸਬ ਕੰਟੀਨੈਂਟ ਕਿੱਥੋਂ ਆ ਗਿਆ ਲੇਕਿਨ ਕੰਟਰੀਜ਼ ਦੇ ਵਿੱਚ ਤੇ ਕਿੰਨੀਆਂ ਨੈਸ਼ਨੈਲਿਟੀਜ਼ ਵੀ ਹੋ ਸਕਦੀਆਂ ਨੇ ਇੱਕ ਕੰਟਰੀ ਚ ਨਹੀਂ ਭਾਜੀ ਇੱਕ ਨਹੀਂ ਨਹੀਂ ਇੱਕ ਭਾਜੀ ਸੌਰੀ ਆ ਇੱਕ ਕੰਟਰੀ ਦੇ ਵਿੱਚ ਨੈਸ਼ਨੈਲਿਟੀ ਕਿੱਦਾਂ ਵੱਖਰੀ ਵੱਖਰੀ ਹੋ ਜੂਗੀ ਹੁਣ ਅਸੀਂ ਯੂਕੇ ਦੇ ਵਿੱਚ ਰਹਿੰਦੇ ਆ ਸਾਡੀ ਜਿਹੜੀ ਨੈਸ਼ਨੈਲਿਟੀ ਉਹ ਬ੍ਰਿਟਿਸ਼ ਆ ਹਾਂ ਉਹਦਾ ਜਿਹੜਾ ਪਾਸਪੋਰਟ ਹੈ ਉਹ ਸਾਡੇ ਵਰਗਾ ਹੀ ਹੈ ਪਾਸਪੋਰਟ ਠੀਕ ਹੈ ਲੇਕਿਨ ਸਕੋਟਿਸ਼ ਨੈਸ਼ਨੈਲਿਟੀ ਗਿਣ ਸਕਦੇ ਹੋ ਪਰ ਜਿਹੜੀ ਪੋਲੀਟੀਕਲ ਨੈਸ਼ਨੈਲਿਟੀ ਉਹ ਇੱਕ ਲੋਕ ਜਿਨ੍ਹਾਂ ਦੀ ਇੱਕ ਭਾਸ਼ਾ ਹੈ ਇੱਕ ਖਿੱਤਾ ਹੈ ਇੱਕ ਸਾਂਝਾ ਆਰਥਿਕ ਉਹਨਾਂ ਦਾ ਢਾਂਚਾ ਹੈ ਇਹ ਉਹ ਨੈਸ਼ਨੈਲਿਟੀ ਪੋਲੀਟੀਕਲ ਸਾਇੰਸ ਦੀਆਂ ਕਿਤਾਬਾਂ ਦੇ ਵਿੱਚ ਉਹਦੀ ਪਰਿਭਾਸ਼ਾ ਕੀਤੀ ਗਈ ਹੈ ਡਿਫਾਈਨ ਕੀਤਾ ਗਿਆ ਨੈਸ਼ਨੈਲਿਟੀ ਕੀ ਹੁੰਦੀ ਹੈ ਜਿਹੜੀ ਤੁਸੀਂ ਜਿਹੜੀ ਤੁਸੀਂ ਅਫਰੀਕਾ ਦੀ ਗੱਲ ਕਰਦੇ ਆ ਨਾ ਅਫਰੀਕਾ ਦੇ ਵਿੱਚ ਬਹੁਤ ਸਾਰੀਆਂ ਕੰਟਰੀਆਂ ਆ ਜਿਹਨਾਂ ਦੀ ਆਪਣੀ ਆਪਣੀ ਬੋਲੀ ਹੈ ਤੇ ਆਪਣੀ ਆਪਣੀ ਉਹਨਾਂ ਦੀ ਨੈਸ਼ਨੈਲਿਟੀ ਹੈਗੀ
ਮੈਂ ਸਾਊਥ ਅਫਰੀਕਾ ਕੰਟਰੀ ਦੀ ਗੱਲ ਕਰ ਰਿਹਾ, ਮੈਂ ਅਫਰੀਕਾ ਕੰਟੀਨੈਂਟ ਦੀ ਗੱਲ ਕਰ ਰਿਹਾ। ਸੌਰੀ, ਤੁਸੀਂ ਪਹਿਲਾਂ ਸਾਊਥ ਦੀ ਸੀ ਕਿਹਾ ਨਾ, ਤੁਸੀਂ ਪਹਿਲਾਂ ਸਾਊਥ ਦੀ ਸੀ ਕਿਹਾ ਤੁਸੀਂ। ਹਾਂਜੀ ਹਾਂਜੀ, ਸਾਊਥ ਅਫਰੀਕਾ ਇੱਕ ਕੰਟਰੀ ਹੈ, ਉਹਦੀਆਂ 10 ਅਫੀਸ਼ੀਅਲ ਲੈਂਗੁਏਜ। ਠੀਕ ਹੈ, ਇਸ ਕਰਕੇ ਇਹ ਸਾਰਾ ਜਿਹੜੀਆਂ ਇੱਕ ਕਲੋਨੀਅਲ ਜਿਹੜੀਆਂ ਕਲੋਨੀਜ਼ ਪਹਿਲਾਂ ਰਹੀਆਂ ਨੇ, ਇਹਨਾਂ ਦੇ ਵਿੱਚ ਬਹੁਤ ਵੱਡੇ ਵਿਗਾੜ ਪਏ ਹੋਏ ਨੇ ਜਿਹੜੇ ਠੀਕ ਕਰਨ ਦੀ ਲੋੜ ਹੈ ਭਾਸ਼ਾ ਦੇ ਪੱਖੋਂ ਸਾਰੇ ਦੇ। ਇਸ ਕਰਕੇ ਪਾਕਿਸਤਾਨ ਨੂੰ ਪਹਿਲਾਂ ਤੇ ਆਪਣੀਆਂ ਸਾਰੀਆਂ ਨੈਸ਼ਨਲ ਭਾਸ਼ਾਵਾਂ ਨੂੰ ਕਹਿਣ ਵੀ ਆ ਸਾਡੀਆਂ ਨੈਸ਼ਨਲ ਭਾਸ਼ਾਵਾਂ ਨੇ, ਜਿਵੇਂ ਭਾਰਤ ਦੇ ਕਿਸੇ ਇੱਕ ਭਾਸ਼ਾ ਨੂੰ ਨੈਸ਼ਨਲ ਭਾਸ਼ਾ ਨਹੀਂ ਮੰਨਿਆ। ਸੌਰੀ ਡਾਕਟਰ ਸਾਹਿਬ, ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਇੱਕ ਕੰਟਰੀ ਦੀਆਂ 4-5 ਨੈਸ਼ਨਲ ਭਾਸ਼ਾਵਾਂ ਕਿੱਦਾਂ ਹੋ ਸਕਦੀਆਂ, ਜਦਕਿ ਸਟੇਟ ਦੀ ਲੈਂਗੁਏਜ ਤੁਸੀਂ ਕਹਿ ਸਕਦੇ ਆ। ਜਿੱਦਾਂ ਹੁਣ ਪੰਜਾਬ ਦੇ ਵਿੱਚ ਪੰਜਾਬੀ ਆ, ਆਪਾਂ ਕਹਿੰਦੇ ਹਾਂ ਕਿ ਜਿਹੜੇ ਪੰਜਾਬੀ ਹੈਗੇ ਆ ਉਹ ਸਾਡੀ ਮਾਂ ਬੋਲੀ ਜਿਹੜੀ ਆ ਪੰਜਾਬੀ ਹੈਗੀ ਆ, ਪਰ ਲੇਕਿਨ ਤੁਸੀਂ ਇੱਕ ਕੰਟਰੀ ਦੇ ਵਿੱਚ ਜਦੋਂ ਸਟੇਟ ਤੁਸੀਂ ਜਿਹੜੀ ਆ ਨੈਸ਼ਨਲ ਲੈਂਗੁਏਜ ਜਿਹੜੀ ਆ ਨਾ, ਉਹ ਤਾਂ ਕੰਟਰੀ ਦੀ ਇੱਕੋ ਹੀ ਹੁੰਦੀ ਆ ਨਾ। ਕੀ ਪੰਜਾਬੀ ਨੈਸ਼ਨੈਲਿਟੀ ਨਹੀਂ ਆ? ਪੰਜਾਬੀ ਨੈਸ਼ਨੈਲਿਟੀ ਕਿੱਥੋਂ ਆ ਭਾਜੀ, ਤੁਸੀਂ ਮੈਨੂੰ ਇਹ ਦੱਸੋ। ਸਾਡੇ ਜਿਹੜਾ ਦੇ ਕੋਲ ਇੰਡੀਅਨ ਪਾਸਪੋਰਟ ਆ, ਉਹਨਾਂ ਦੇ ਉੱਤੇ ਤਾਂ ਇੰਡੀਆ ਲਿਖਿਆ ਜਾਂ ਭਾਰਤ ਲਿਖਿਆ ਹੈਗਾ। ਸਿਟੀਜ਼ਨਸ਼ਿਪ ਤੇ ਨੈਸ਼ਨੈਲਿਟੀ ਨੂੰ ਤੁਸੀਂ ਵੱਖਰਾ ਕਰੋ। ਇੰਡੀਅਨ ਸਿਟੀਜ਼ਨਸ਼ਿਪ ਹੋ ਰਿਹਾ, ਇੰਡੀਅਨ ਤਮਿਲ ਨੈਸ਼ਨੈਲਿਟੀ ਹੈ ਕਿ ਨਹੀਂ? ਜੇ ਕੋਈ ਤੁਹਾਨੂੰ ਪੁੱਛਦਾ ਕਿ ਤੁਹਾਡੀ, ਜੇ ਤੁਹਾਨੂੰ ਕੋਈ ਪੁੱਛਦਾ ਆ ਕਿ ਤੁਹਾਡੀ ਨੈਸ਼ਨੈਲਿਟੀ ਕੀ ਹੈਗੀ ਆ, ਤੇ ਤੁਸੀਂ ਕੀ ਕਹਿੰਦੇ ਹੁੰਦੇ ਆ? ਮੈਂ ਤਾਂ ਪੰਜਾਬੀ ਕਹਿੰਦਾ, ਮੇਰੀ ਵੀ ਨੈਸ਼ਨੈਲਿਟੀ ਪੰਜਾਬੀ ਹੈ, ਮੈਂ ਪੰਜਾਬੀ ਹਾਂ। ਪਰ ਪੰਜਾਬੀ ਤਾਂ ਬੋਲੀ ਆ, ਨੈਸ਼ਨੈਲਿਟੀ ਕਿੱਦਾਂ ਹੋ ਗਈ? ਪੰਜਾਬੀ ਤਾਂ ਬੋਲੀ ਆ, ਲੈਂਗੁਏਜ ਆ, ਪੰਜਾਬੀ ਤਾਂ ਲੈਂਗੁਏਜ ਆ, ਉਹ ਨੈਸ਼ਨੈਲਿਟੀ ਕਿੱਦਾਂ ਹੋ ਗਈ? ਦੁਨੀਆਂ ਦੇ ਉੱਤੇ ਜਿਹੜੀਆਂ ਨੈਸ਼ਨੈਲਿਟੀਜ਼ ਨੇ ਉਹ ਲੈਂਗੁਏਜ ਹੀ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਆ ਉਹ ਟੈਸਟ ਲਿਆ ਜਾਂਦਾ। ਫਰਾਂਸ ਕਿਉਂ ਵੱਖਰਾ ਜਰਮਨੀ ਨਾਲੋਂ? ਕਿਉਂਕਿ ਫਰੈਂਚ ਬੋਲਦੇ ਨੇ, ਜਰਮਨੀ ਜਰਮਨ ਬੋਲਦਾ ਹੈ। ਜਿੰਨੇ ਕੰਟਰੀਜ਼ ਬਣੇ ਨੇ ਲਗਭਗ ਉਹ ਥੋੜੇ ਬਹੁਤ ਫਰਕ ਲੈਂਦਾ, ਤੇ ਉਹਨਾਂ ਦੀ ਨੈਸ਼ਨੈਲਿਟੀ ਵੀ ਫਰੈਂਚ ਹੀ ਹੈਗੀ ਆ। ਜਿਹੜੇ ਫਰਾਂਸ ਵਾਲੇ ਆ, ਜੇ ਉਹਨਾਂ ਦੀ ਬੋਲੀ ਫਰੈਂਚ ਆ, ਤੇ ਉਹਨਾਂ ਦੇ ਪਾਸਪੋਰਟ ਜਿਹੜੇ, ਉਹਨਾਂ ਦੀ ਨੈਸ਼ਨੈਲਿਟੀ ਆ ਉਹ ਵੀ ਫਰੈਂਚ ਹੀ ਹੈਗੀ ਆ। ਨਹੀਂ, ਉਹ ਤਾਂ ਉਹਨਾਂ ਨੇ ਸਿਟੀਜ਼ਨਸ਼ਿਪ ਮੰਨ ਲਿਆ। ਜਦੋਂ ਕੋਈ ਫਾਰਮ ਭਰਿਆ ਜਾਂਦਾ ਨਾ, ਉੱਥੇ ਪੁੱਛਿਆ ਜਾਂਦਾ ਕਿ ਵਾਟ ਇਜ਼ ਯੋਰ ਨੈਸ਼ਨੈਲਿਟੀ। ਠੀਕ ਆ, ਅਸੀਂ ਹੁਣ ਲਿਖਦੇ ਹਾਂ ਬ੍ਰਿਟਿਸ਼। ਠੀਕ ਆ, ਜਦੋਂ ਕਿ ਜਿਹੜੀ ਇੱਥੇ ਦੀ ਨੈਸ਼ਨਲ ਲੈਂਗੁਏਜ ਆ ਉਹ ਇੰਗਲਿਸ਼ ਆ। ਉਹ ਜਿਹੜੀ ਲਿਖਿਆ ਹੁੰਦਾ ਨਾ ਜੀ, ਉਹ ਫਾਰਮ ਵੀ ਗਲਤ ਨੇ। ਉਹਨਾਂ ਚ ਸਿਟੀਜ਼ਨਸ਼ਿਪ ਹੋਣਾ ਚਾਹੀਦਾ। ਸਿਟੀਜ਼ਨਸ਼ਿਪ ਤੇ ਨੈਸ਼ਨੈਲਿਟੀ ਵੱਖਰੀਆਂ ਚੀਜ਼ਾਂ ਨੇ। ਇੰਡੀਅਨ ਸਿਟੀਜ਼ਨਸ਼ਿਪ ਔਰ ਨੈਸ਼ਨੈਲਿਟੀ, ਮੈਂ ਨੈਸ਼ਨੈਲਿਟੀ ਮੇਰੀ ਪੰਜਾਬੀ ਹੈ, ਮੈਂ ਇੰਡੀਅਨ ਸਿਟੀਜ਼ਨ ਹਾਂ, ਮੇਰੇ ਕੋਲ ਇੰਡੀਅਨ ਸਿਟੀਜ਼ਨਸ਼ਿਪ ਹੈ। ਠੀਕ ਹੈ, ਓਕੇ। ਹੁਣ ਸੌਰੀ, ਆਪਾਂ ਕੋਲ ਟਾਈਮ ਬਹੁਤ ਘੱਟ ਰਹਿ ਗਿਆ ਹੈਗਾ ਭਾਜੀ, ਆਪਾਂ ਕੋਲ 2 ਮਿੰਟ ਹੈਗੇ ਆ। ਮੈਂ ਉਹ ਉੱਥੋਂ ਸੋ ਜਿਹੜੇ ਉੱਥੋਂ ਦੀ ਪਾਕਿਸਤਾਨੀ ਐਮਬੈਸੀ ਆ, ਉਹਨੇ ਇਹ ਕਿਹਾ ਕਿ ਜਿਹੜੀ ਉਰਦੂ ਆ ਤੇ ਪੰਜਾਬੀ ਆ ਉਹਨੂੰ ਵੱਖਰਾ ਕੀਤਾ ਜਾਵੇ ਉੱਥੇ। ਜਿਹੜੇ ਉਰਦੂ ਬੋਲਣ ਵਾਲੇ ਨੇ, ਜਿਹੜੇ ਉਰਦੂ ਵਾਲੇ ਨੇ ਉਰਦੂ ਲਿਖਾਉਣ ਆਪਣੀ ਕਰਾਚੀ ਤੋਂ ਜਿਹੜੇ ਗਏ ਹੋਏ ਨੇ ਕੈਨੇਡਾ ਚ, ਉਹ ਆਪਣੀ ਲਿਖਾਉਣ ਉਰਦੂ, ਲੇਕਿਨ ਜਿਹੜਾ ਪੰਜਾਬ ਚੋਂ ਗਿਆ ਪਾਕਿਸਤਾਨ ਚ ਔਰ ਪੰਜਾਬੀ ਬੋਲਦਾ, ਉਹ ਕਿਉਂ ਉਰਦੂ ਲਿਖਾਇਆ? ਸਮੱਸਿਆ ਇਹ ਹੋ ਰਹੀ ਹੈ, ਉਹ ਕਹਿ ਰਹੇ ਕਿ ਸਾਰੇ ਤੁਸੀਂ ਉਰਦੂ ਲਿਖਾਓ। ਹਾਂ, ਕਿਉਂਕਿ ਸਾਡੇ ਹਾਂਜੀ ਸਾਡੇ ਵੀ ਇੱਥੇ ਇਹੀ ਗੱਲ ਹੋਈ ਸੀਗੀ ਕਿ ਜਿਹੜੇ ਪੰਜਾਬੀ ਹੈਗੇ ਆ ਉਹ ਪੰਜਾਬੀ ਲਿਖਣ, ਜਿਹੜੇ ਜਿਹਨਾਂ ਦਾ ਧਰਮ ਸਿੱਖ ਹੈਗਾ ਉਹ ਸਿੱਖ ਲਿਖਣ। ਇੱਥੇ ਵੀ ਇਹੀ ਕਹਿੰਦੇ ਸੀ ਨਾ ਕਿ ਇੰਡੀਅਨ ਉੱਥੇ ਲਿਖੋ ਜੀ, ਪੰਜਾਬੀ ਨਹੀਂ ਲਿਖਣਾ ਤੁਸੀਂ। ਜਿਹੜੀ ਸਾਡੀ ਐਥਨੀਸਿਟੀ ਆ ਨਾ ਉਹ ਪੰਜਾਬੀ ਆ, ਸਾਡੀ ਜਿਹੜੀ ਐਥਨੀਸਿਟੀ ਆ ਐਥਨੀਸਿਟੀ ਜਿਹੜੀ ਆ ਨਾ ਉਹ ਸਾਡੀ ਪੰਜਾਬੀ ਆ। ਮੈਂ ਕਹੋ ਉੱਥੇ ਤੁਹਾਨੂੰ ਜਿਹੜੇ ਭਰਾ ਕੈਨੇਡਾ ਦੇ ਵਿੱਚ ਇਸਲਾਮ ਨਾਲ ਸੰਬੰਧ ਰੱਖਦੇ ਨੇ, ਜਿਹੜੇ ਉਰਦੂ ਬੋਲਣ ਵਾਲੇ ਨੇ, ਕਰਾਚੀ ਤੋਂ ਗਏ ਨੇ, ਉਰਦੂ ਬੋਲਦੇ ਨੇ, ਉਹ ਲਿਖਾਉਣੇ ਉਰਦੂ। ਪਰ ਜਿਹਨਾਂ ਦੀ ਮਾਂ ਬੋਲੀ ਪੰਜਾਬੀ ਹੈ, ਪੰਜਾਬ ਦੇ ਜੰਮਪਲ ਨੇ, ਜਿਹਨਾਂ ਦੇ ਵੱਡੇ ਪੰਜਾਬੀ ਬੋਲਦੇ ਨੇ, ਉਹ ਘਰਾਂ ਚ ਪੰਜਾਬੀ ਬੋਲਦੇ ਨੇ, ਗਾਉਂਦੇ ਨੱਚਦੇ ਹੱਸਦੇ ਖੇਡਦੇ ਸਾਰੇ ਪੰਜਾਬੀ ਚ ਨੇ, ਉਹਨਾਂ ਦੇ ਸਾਰੇ ਲੋਕ ਗੀਤ ਪੰਜਾਬੀ ਚ, ਉਹ ਪੰਜਾਬੀ ਲਿਖਾਉਣ। ਇਹ ਤੇ ਨਹੀਂ ਉੱਥੇ ਸਮੱਸਿਆ ਆ ਰਹੀ ਹੈ ਕਿ ਉਹ ਕਹਿ ਰਹੇ ਜਿੰਨੇ ਇਸਲਾਮ ਮੁਸਲਮਾਨ ਭੈਣ ਭਰਾ ਨੇ ਉਹ ਸਾਰੇ ਉਰਦੂ ਲਿਖਾਉਣ, ਇਹ ਸਮੱਸਿਆ ਹੈ। ਡਾਕਟਰ ਸਾਹਿਬ, ਇੱਥੇ ਵੀ ਇਹੀ ਪ੍ਰੋਬਲਮ ਪੈਂਦੀ ਸੀਗੀ ਕਿ ਇੱਥੇ ਵੀ ਸਾਰੇ ਇਹੀ ਕਹਿੰਦੇ ਸੀ ਕਿ ਜਿਹੜੀ ਤੁਹਾਡੀ ਐਥਨੀਸਿਟੀ ਆ ਉੱਥੇ ਤੁਸੀਂ ਪੰਜਾਬੀ ਲਿਖੋ, ਜਿਹੜੀ ਤੁਹਾਡੀ ਲੈਂਗੁਏਜ ਆ ਉਹ ਤੁਸੀਂ ਆਪਣੀ ਪੰਜਾਬੀ ਲਿਖੋ, ਠੀਕ ਆ, ਤੇ ਜਿਹੜਾ ਤੁਹਾਡਾ ਰਿਲੀਜਨ ਆ ਉਹਨੂੰ ਸਿੱਖ ਲਿਖੋ।
ਠੀਕ ਹੈ ਨਾ। ਇਹੀ ਗੱਲ ਤੇ ਇੱਥੇ ਜੋਰ ਲਿਆ ਸੀ, ਪਰ ਲੇਕਿਨ ਸਾਡੀਆਂ ਆਪਣੀਆਂ ਜਥੇਬੰਦੀਆਂ ਕਹਿ ਰਹੀਆਂ ਸੀ, ਜਿਹੜੀ ਪਾਕਿਸਤਾਨੀ ਐਮਬੈਸੀ ਵਾਲੇ ਕਹਿ ਰਹੇ ਹੈ ਨਾ ਉੱਥੇ, ਜਿਹੜੀ ਪ੍ਰੈਸ ਰਿਲੀਜ਼ ਕੀਤੀ ਆ, ਉਹ ਵੀ ਇਹੀ ਚੀਜ਼ ਕਹਿ ਰਿਹਾ, ਜਿਹੜੀਆਂ ਇੱਥੇ ਦੀਆਂ ਸਾਡੀਆਂ ਕੁਝ ਜਥੇਬੰਦੀਆਂ ਕਹਿੰਦੀਆਂ ਸੀ ਕਿ ਤੁਸੀਂ ਨਹੀਂ ਜੀ ਉੱਥੇ ਉੱਥੇ ਤੁਸੀਂ ਐਥਨਿਸਿਟੀ ਤੇ ਜਿਹੜਾ ਨਾ ਉੱਥੇ ਸਿੱਖ ਨਾ, ਆਪਣੇ ਪੰਜਾਬੀ ਨਾ ਲਿਖੋ, ਉੱਥੇ ਆਪਣੇ ਇੰਡੀਅਨ ਲਿਖੋ। ਉਹ ਬਹੁਤ ਗਲਤ ਕਹਿ ਰਹੇ ਨੇ, ਉਹ ਬੜੇ ਭਟਕਣ ਚ ਨੇ, ਔਰ ਇਹਦਾ ਨੁਕਸਾਨ ਪਾਕਿਸਤਾਨ ਨੂੰ ਬਹੁਤ ਜ਼ਿਆਦਾ ਹੋ ਰਿਹਾ ਔਰ ਹੋਏਗਾ। ਜੇ ਉਹਨਾਂ ਨੇ ਸਿੰਧੀ ਨੂੰ, ਬਲੋਚੀ ਨੂੰ, ਪੰਜਾਬੀ ਨੂੰ, ਪਸ਼ਤੋ ਨੂੰ, ਉਰਦੂ ਨੂੰ ਸਿਰ ਤੇ ਬਾਈ ਰੱਖਿਆ ਤਾਂ ਬਹੁਤ ਵੱਡੇ ਨੁਕਸਾਨ ਪਹਿਲਾਂ ਹੀ ਪਾਕਿਸਤਾਨ ਦੇ ਹੋ ਚੁੱਕੇ ਨੇ। ਤਾਂ ਪਾਕਿਸਤਾਨ ਅੱਡ ਹੋ ਗਿਆ ਬੰਗਲਾਦੇਸ਼ ਭਾਸ਼ਾ ਕਰਕੇ, ਔਰ ਇਹ ਪਾਕਿਸਤਾਨ ਨੂੰ ਬਹੁਤ ਵੱਡੀ ਕੀਮਤ ਉਹਨਾਂ ਨੇ ਦੇਣੀ, ਔਰ ਇਹ ਭਾਰਤ ਚ ਵੀ ਸਮੱਸਿਆ। ਭਾਰਤ ਦੇ ਵਿੱਚ ਵੀ ਹਿੰਦੀ ਥੋਪਣ ਦੀ, ਸਾਰਿਆਂ ਦੇ ਉੱਤੇ ਹਿੰਦੀ ਥੋਪਣ ਦਾ ਬਹੁਤ ਵੱਡਾ ਪਿਛਲੇ ਕੁਛ ਸਾਲਾਂ ਚ ਹੋਰ ਵੱਧ ਗਿਆ, ਔਰ ਇਹ ਭਾਰਤ ਨੂੰ ਵੀ ਬਹੁਤ ਵੱਡੀਆਂ ਸਮੱਸਿਆਵਾਂ ਉਸ ਤਰ੍ਹਾਂ ਆਉਣਗੀਆਂ ਜਿਵੇਂ ਪਾਕਿਸਤਾਨ ਦੇ ਸਾਹਮਣੇ। ਤੁਹਾਨੂੰ ਪਤਾ ਸਿੰਧ ਦੀ ਪੁਲਿਸ ਨੇ ਪਾਕਿਸਤਾਨ ਦੀ ਫੌਜ ਦੇ ਖਿਲਾਫ਼ ਬਗਾਵਤ ਕਰ ਦਿੱਤੀ ਸੀ, ਪਰ ਪਾਕਿਸਤਾਨ ਦੀ ਫੌਜ ਸਿੰਧ ਦੀ ਪੁਲਿਸ ਦੇ ਉੱਤੇ ਤਸ਼ੱਦਦ ਨਹੀਂ ਕਰ ਸਕੀ। ਹਰਮੀਤ ਸਿੰਘ ਭਖਣਾ ਹੋਣਾ ਦਾ, ਪੰਜਾਬੀ ਭਾਸ਼ਾ ਚੇਤਨਾ ਬੋਰਡ ਵਾਲਿਆਂ ਦਾ, ਜਿਹਨਾਂ ਨੇ ਅੱਜ ਦਾ ਪ੍ਰੋਗਰਾਮ ਸਪੋਂਸਰ ਕਰਾਇਆ। ਤੇ ਸਾਡੇ ਕੋਲ ਇਸ ਵੇਲੇ ਸਾਡੇ ਭਾਈ ਨੇ ਲਾਹੌਰ ਤੋਂ ਨਜ਼ੀਰ ਕਾਹੂਤ ਨੇ, ਤੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਭਾਈ ਕੀ ਹਾਲ ਚਾਲ ਹੈ ਜੀ? ਜੀ ਜੀ ਦੋਵਾਂ ਬਿਲਕੁਲ, ਸਤਿ ਸ੍ਰੀ ਅਕਾਲ, ਸਲਾਮ ਅਲੈਕੁਮ। ਮੈਂ ਠੀਕ ਹਾਂ, ਮੈਂ ਇਸ ਵੇਲੇ ਕੈਨੇਡਾ ਚ ਹੈਗਾ, ਮੈਂ ਪਿੱਛੋਂ ਲਾਹੌਰ। ਓ ਅੱਛਾ ਅੱਛਾ, ਠੀਕ ਹੈ ਠੀਕ ਹੈ ਠੀਕ ਹੈ, ਟੋਰਾਂਟੋ ਕੈਨੇਡਾ ਚ ਬੈਠਾ ਹਾਂ। ਸੋਰੀ, ਫੇਰ ਤੁਹਾਨੂੰ ਤੜਕੇ ਤੜਕੇ ਜਗਾਤਾ ਸੀ। ਨਹੀਂ ਨਹੀਂ ਨਹੀਂ, ਬਿਲਕੁਲ ਅੱਛੇ, ਸੂਰਜ ਨਿਕਲੇ, ਦਿਨ ਨਿਕਲੇ, ਬਿਲਕੁਲ ਆਰਾਮ ਨਾਲ ਬੈਠੇ, 8 ਵਜ ਗਏ, 8 ਚਲੋ ਕੋਈ ਬਹੁਤ ਵਧੀਆ। ਓਕੇ ਭਾਜੀ, ਜਿਹੜੀ ਅੱਜ ਗੱਲਬਾਤ ਹੋ ਰਹੀ ਹੈ, ਜਿਹੜੀ ਪਾਕਿਸਤਾਨੀ ਹਾਈ ਕਮਿਸ਼ਨ ਨੇ ਕੈਨੇਡਾ ਦੇ ਵਿੱਚ ਇੱਕ ਪ੍ਰੈਸ ਰਿਲੀਜ਼ ਕੀਤੀ ਹੈਗੀ ਆ, ਉਹਦੇ ਬਾਰੇ ਗੱਲ ਚੱਲਦੀ ਹੈਗੀ ਆ, ਤੇ ਉਹਦਾ ਫਾਇਦਾ ਕੀ ਹੈਗਾ ਤੇ ਨੁਕਸਾਨ ਕੀ ਹੈਗਾ? ਪਹਿਲਾਂ ਮੈਂ ਪੰਜਾਬ ਰੇਡੀਓ ਦਾ ਸ਼ੁਕਰੀਆ ਅਦਾ ਕਰਦੇ, ਤੁਸੀਂ ਇੱਕ ਬੜੇ ਅਹਿਮ ਮੁੱਦੇ ਤੇ ਗੱਲ ਕਰ ਰਹੇ ਹੋ ਔਰ ਤੁਸੀਂ ਤਾਰੀਫ ਲਿਖ ਰਹੇ ਹੋ। ਥੈਂਕ ਯੂ ਭਰਾ। ਅਰਜ਼ ਇਹ ਹੈ, ਮੈਂ ਜੇ ਤੁਸੀਂ ਇਜਾਜ਼ਤ ਦਿਓ ਤੇ ਮੈਂ ਇਸ ਇਸ਼ੂ ਦਾ ਕੁਝ ਪਿਛੋਕੜ ਮੈਂ ਤੁਹਾਡੇ ਜਿਹੜੇ ਲਿਸਨਰਸ ਹੈ ਨੇ ਉਹਨਾਂ ਦੀ ਮੈਂ ਲਿਆਉਣਾ ਚਾਹ ਰਿਹਾ। ਹੋਇਆ ਕਿ ਜਿਹੜੀ ਕੈਨੇਡਾ ਚ ਮਰਦਮਸ਼ੁਮਾਰੀ ਆ, ਪੰਜਾਬੀ ਚ ਮਰਦਮਸ਼ੁਮਾਰੀ ਆਖਦੇ ਆ ਤੇ ਅੰਗਰੇਜ਼ੀ ਨੂੰ ਸੈਂਸਸ ਆਖਦੇ ਆ, ਇਹ ਜਿਹੜਾ 2016 ਚ ਕੈਨੇਡਾ ਦਾ ਸੈਂਸਸ ਹੋਇਆ ਜੀ, ਉਸ ਸੈਂਸਸ ਵਿਚ ਇਹਨਾਂ ਨੇ ਜਿਹੜੇ ਉਰਦੂ ਵਾਲੇ ਨੇ ਤੇ ਕੁਝ ਪੰਜਾਬੀ ਨੇ, ਇਹਨਾਂ ਨੇ ਰਲ ਕੇ ਕਿੱਥੇ ਉਰਦੂ ਮੀਡੀਆ, ਉਰਦੂ ਜਿਹੜਾ ਮਤਲਬ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਦੇ ਜ਼ਰੀਏ ਟੋਰਾਂਟੋ ਵਿੱਚ ਮੂਵਮੈਂਟ ਸ਼ੁਰੂ ਕਰਤੀ ਔਰ ਬੜੀ ਖੌਫਨਾਕ ਬੁੱਕੀ, ਔਰ ਮੈਂ ਉਦੋਂ ਦਾ ਇਸ ਮੂਵਮੈਂਟ ਨੂੰ ਮੋਨੀਟਰ ਕਰ ਰਿਹਾ, ਇਹਦੇ ਖਿਲਾਫ਼ ਪ੍ਰੋਟੈਸਟ ਕਰ ਰਿਹਾ ਤੇ ਲੋਕਾਂ ਚ ਅਪੀਲ ਲਿਆ ਰਿਹਾ। ਇਹਨਾਂ ਨੇ ਮੂਵਮੈਂਟ ਇਹ ਸ਼ੁਰੂ ਕੀਤੀ ਕਿ ਇਹਨਾਂ ਨੇ ਜਿਹੜਾ ਜਿਹੜਾ ਇਸ਼ੂ ਫਿਰਕਾਵਾਰੀਅਤ ਦਾ, ਕਮਿਊਨਲਿਜ਼ਮ ਦਾ, ਲੈਂਗੁਏਜ ਬੇਸਡ ਪਾਰਟੀਸ਼ਨ ਆਫ ਇੰਡੀਆ ਤੇ ਨਹੀਂ ਆਖਾਂਗਾ, ਪਾਰਟੀਸ਼ਨ ਆਫ ਪੰਜਾਬ ਵਿੱਚ ਜਿਹੜਾ ਖੜਾ ਕਰਕੇ ਤੇ ਪੰਜਾਬੀਆਂ ਨੂੰ 6 ਮਹੀਨੇ ਦੇ ਅੰਦਰ ਅੰਦਰ 10 ਲੱਖ ਪੰਜਾਬੀ ਇਹਨਾਂ ਨੇ ਸਲੋਟਰ ਕਰ ਦਿੱਤਾ, ਕਤਲ ਕਰ ਦਿੱਤਾ। ਉਹਦੇ ਵਿੱਚ ਮੁੱਢਲਾ ਇਸ਼ੂ ਇਹ ਸੀ ਕਿ ਜਿਹੜਾ ਜ਼ੁਬਾਨ ਨੇ ਪਾਰਟ ਪਲੇ ਕੀਤਾ ਹੈ ਉਹ ਜਗ੍ਹਾ ਤੇ, ਪਾਕਿਸਤਾਨ ਤੋੜਨ ਵਿੱਚ ਵੀ ਉਰਦੂ ਦਾ ਹਿੱਸਾ ਹੈ ਤੇ ਪੰਜਾਬ ਦੀ ਵੰਡ ਵਿੱਚ ਉਰਦੂ ਦਾ ਬਹੁਤ ਹਿੱਸਾ। ਇਸ ਬਾਰੇ ਕਦੀ ਪੰਜਾਬੀ ਗੱਲ ਨਹੀਂ ਕਰਦੇ, ਸਮਝ ਨਹੀਂ ਆਉਂਦੀ ਕਿਉਂ ਨਹੀਂ ਕਰਦੇ। ਹੋਇਆ ਇਹ ਸੀ ਕਿ ਜਦੋਂ ਇਹ ਮੂਵਮੈਂਟ ਪਾਕਿਸਤਾਨ ਦੀ ਚੱਲੀ ਹੈ ਤੇ ਅਲੀਗੜ੍ਹ ਚ ਨਾਰਾ ਲੱਗਾ ਸੀ ਕਿ ਮੁਸਲਮਾਨਾਂ ਦੀ ਜ਼ੁਬਾਨ ਉਰਦੂ ਤੇ ਪੰਜਾਬੀ ਸਿੱਖਾਂ ਦੀ ਜ਼ੁਬਾਨ। ਠੀਕ, ਉਹ ਫਿਰਕਾ ਵਾਰੀਅਤ ਆਈ, ਫਿਰ ਜਦੋਂ ਪਾਰਟੀਸ਼ਨ ਹੋ ਗਈ ਪੰਜਾਬ ਦੀ ਤੇ ਪਾਕਿਸਤਾਨੀ ਪੰਜਾਬ ਦੀ ਜ਼ੁਬਾਨ ਇਹਨਾਂ ਨੇ, ਕਿਉਂ ਗਰਾਊਂਡ ਵਰਕ ਕਰ ਲਿਆ ਸੀ, ਹੇਟਰਡ ਜਿਹੜਾ ਸੀ, ਹੇਟ ਕੈਂਪੇਨ ਮੂਵਮੈਂਟ ਪਾਕਿਸਤਾਨ ਮੂਵਮੈਂਟ ਵਿੱਚ ਪੰਜਾਬੀ ਮਦਰ ਟੰਗ ਦੇ ਖਿਲਾਫ਼ ਪੰਜਾਬ ਵਿੱਚ ਹੀ ਚਲਾਇਆ, ਪੰਜਾਬੀ ਮੁਸਲਮਾਨਾਂ ਵਿੱਚ ਹੀ ਚਲਾਇਆ, ਉਸੇ ਹੇਟ ਕੈਂਪੇਨ ਨੂੰ ਇਹਨਾਂ ਨੇ ਵਰਤ ਕੇ ਐਜ਼ ਅ ਵੈਪਨ ਪੰਜਾਬ ਦੀ ਜ਼ੁਬਾਨ ਜਿਹੜੀ ਹੈ ਉਹ ਪਾਕਿਸਤਾਨੀ ਪੰਜਾਬ ਵਿੱਚ ਇਹਨਾਂ ਨੇ ਉਰਦੂ ਕਰ ਦਿੱਤੀ। ਇੱਕ ਤੇ ਉੱਥੇ ਵਾਰਦਾਤ ਹੋਈ, ਬਹੁਤ ਵੱਡਾ ਜ਼ੁਲਮ ਹੋਇਆ, ਇਹ ਮਤਲਬ ਮੈਂ ਇਹਨੂੰ ਕਹਾਂਗਾ ਕਿ ਜੈਨੋਸਾਈਡ ਤੋਂ ਘੱਟ ਇਹ ਐਥਨਿਕ ਲਿੰਗੁਇਸਟਿਕ ਕਲਿੰਜਿੰਗ ਕੀਤੀ ਗਈ ਸਟੇਟ ਇਸ ਪੋਸਟ ਪੰਜਾਬ ਵਿੱਚ। ਹੁਣ ਦੂਜੇ ਪਾਸੇ ਆਉਂਦੇ ਹਾਂ, ਜਿਹੜੀ ਕੈਨੇਡਾ ਦੀ ਮੈਂ ਗੱਲ ਮੈਂ ਇਸ਼ੂਅਰਸ ਕਰ ਰਿਹਾ ਕਿ 5 ਸਾਲ ਪਹਿਲੇ ਇਹਨਾਂ ਨੇ ਇੱਥੇ ਸ਼ੁਰੂ ਕੀਤਾ ਜੀ ਮੂਵਮੈਂਟ ਕਿ ਪੰਜਾਬੀ ਸਿੱਖਾਂ ਦੀ ਜ਼ੁਬਾਨ ਹੈ, ਗੈਰ ਮੁਸਲਿਮ ਜ਼ੁਬਾਨ ਹੈ, ਇਸ ਵਾਸਤੇ ਪਾਕਿਸਤਾਨੀ ਪੰਜਾਬੀ ਜਿਹੜੇ ਮੁਸਲਮਾਨ ਨੇ ਆਪਣੀ ਮਾਦਰੀ ਜ਼ੁਬਾਨ ਸੈਂਸਸ ਫਾਰਮ ਦੇ ਵਿੱਚ ਉਰਦੂ। ਇਹ ਅਖਬਾਰ ਮੇਰੇ ਸਾਹਮਣੇ ਪਿਆ ਸੀ, ਮੈਂ ਇੱਕ ਉੱਥੋਂ ਆਪਣਾ ਗਰੋਸਰੀ ਸਟੋਰ ਤੋਂ ਟੋਰਾਂਟੋ ਤੋਂ ਚੁੱਕਿਆ ਔਰ ਮੈਂ ਦੂਜੇ ਦਿਹਾੜੇ ਆਪਣਾ ਇੱਥੇ ਕੋਈ ਪੰਜਾਬੀ ਚੈਨਲ
ਕਾਨੂੰਨ ਕੀ ਆਂਦਾ ਉਹ ਸਾਰਾ ਫੇਵਰ ਵਿਚ ਸੀ। ਹੁਣ ਇਹ ਹੋਇਆ ਕਿ 2021 ਦੀ ਜਿਹੜੀ ਮਰਦਮਸ਼ੁਮਾਰੀ 11 ਮਈ ਨੂੰ ਇੱਥੇ ਸ਼ੁਰੂ ਹੋਈ ਕੈਨੇਡਾ ਵਿਚ, ਔਰ 21 ਮਾਰਚ ਨੂੰ ਜਿਹੜੀ ਇੰਗਲੈਂਡ ਦੀ ਕੈਨੇਡਾ ਵਿਚ ਹੋਈ, ਦੋਹਾਂ ਪਾਸੇ ਇਹੀ ਉਰਦੂ ਤੇ ਪੰਜਾਬੀ ਬੋਲਣ ਵਾਲੇ ਜਿਹੜਾ ਇਹ ਪ੍ਰੋ ਪੰਜਾਬ ਉਰਦੂ ਤੇ ਐਂਟੀ ਪੰਜਾਬੀ ਗੈਂਗ ਹੈਗਾ, ਇਹ ਮਾਫੀਆ ਹੈਗੀ ਹੈ ਪਾਕਿਸਤਾਨ ਵਿਚ ਜਿਹੜੀ ਕੈਨੇਡਾ ਤੇ ਇੰਗਲੈਂਡ ਤੇ ਸਾਰੀ ਦੁਨੀਆਂ ਚ ਬੈਠੀ ਹੈ। ਇਹਨਾਂ ਨੇ ਫਿਰ ਉਹੀ ਸੇਮ ਖਬਰ ਚੁੱਕ ਕੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ। ਇਹ ਉਰਦੂ ਅਖਬਾਰ ਨੇ ਖਬਰ ਚਲਾਤੀ, ਵੀਡੀਓ ਬਣਾਈ, ਉਸ ਅਖਬਾਰ ਦਾ ਜਿਹੜਾ ਐਡੀਟਰ ਪਬਲਿਸ਼ਰ ਹੈਗਾ ਉਸੇ ਦਾ ਇੱਕ ਉਰਦੂ ਚੈਨਲ ਹੈਗਾ, ਫਿਰ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਪਾਕਿਸਤਾਨੀ ਪੰਜਾਬੀਆਂ ਪਾਕਿਸਤਾਨੀ ਕੈਨੇਡੀਅਨਸ ਦੇ ਟੋਰੋਂਟੋ ਦਾ ਜਿਹੜਾ ਗਰੁੱਪ ਨੇ ਉਹਨਾਂ ਦੇ ਵਿੱਚ ਇਹ ਖਬਰ ਉਹਨਾਂ ਨੇ ਵੀਡੀਓ ਔਰ ਇਹ ਬਿਆਨਾਤ ਔਰ ਸਟੇਟਮੈਂਟਸ ਔਰ ਪ੍ਰੋਪਗੈਂਡਾ ਚਲਾਤਾ ਕਿ ਜਨਾਬ ਸਿੱਖਾਂ ਦੀ ਜ਼ੁਬਾਨ ਪੰਜਾਬੀ ਹੈ, ਮੁਸਲਮਾਨਾਂ ਦੀ ਜ਼ੁਬਾਨ ਨਹੀਂ ਹੈ, ਪੰਜਾਬੀਆਂ ਦੀ ਤੁਸੀਂ ਆਪਣੀ ਜ਼ੁਬਾਨ ਉਰਦੂ ਲਿਖੋ। ਇਹਦੇ ਪਿੱਛੇ ਕਹਾਣੀ ਇਹ ਵੇ ਕਿ ਉਰਦੂ ਇੱਥੇ ਆਪਣਾ ਕੈਨੇਡਾ ਵਿੱਚ 9ਵੇਂ ਨੰਬਰ ਤੇ ਇੱਕ ਮਾਈਨੋਰਿਟੀ ਠੀਕ ਹੈ, ਅਕਲੀਅਤੀ ਜ਼ੁਬਾਨ ਹੈ, ਇਹਦੇ ਬੋਲਣ ਵਾਲੇ ਬਹੁਤ ਘੱਟ ਨੇ। ਇੰਡੀਅਨ ਜਿਹੜੇ ਉਰਦੂ ਬੋਲਦੇ ਨੇ ਉਹ ਇਹਨੂੰ ਆਪਣੀ ਮਜਬੂਰੀ ਤੋਂ ਜਾਂ ਆਪਣੇ ਲੋ ਦੀ ਵਜ੍ਹਾ ਤੋਂ ਜਾਂ ਇੰਡੀਆ ਦੇ ਨਾਲ ਆਪਣੀ ਸ਼ਹਿਰੀਅਤ ਦੀ ਵਜ੍ਹਾ ਤੋਂ ਹਿੰਦੂ ਹਿੰਦੀ ਆਖਦੇ ਠੀਕ। ਪਾਕਿਸਤਾਨੀ ਪੰਜਾਬੀ ਪਾਕਿਸਤਾਨ ਚ ਬੇਸਿਕਲੀ ਇੰਡੀਅਨ ਲੈਂਗੁਏਜ ਹੈਗੀ, ਪਾਕਿਸਤਾਨੀ ਪਾਕਿਸਤਾਨ ਵਿੱਚ ਏਲੀਅਨ ਲੈਂਗੁਏਜ ਹੈ। ਲੇਕਿਨ ਕਿਉਂਕਿ ਮੈਂ ਦੱਸਿਆ ਦਾ ਪਿਛੋਕੜ ਬਿਆਨ ਕੀਤਾ ਕਿ ਪਾਕਿਸਤਾਨ ਵਿੱਚ ਈਸਟ ਇੰਡੀਆ ਕੰਪਨੀ ਲੈ ਕੇ ਆਈ ਜਦੋਂ ਐਨੈਕਸੇਸ਼ਨ ਆਫ ਪੰਜਾਬ ਹੋਈ 1849 ਵਿੱਚ। ਇਹਨਾਂ ਨੇ ਪੰਜਾਬੀ ਜ਼ੁਬਾਨ ਦੇ ਕਾਇਦੇ ਸਾਰੇ ਟਰੱਕ ਭਰ ਭਰ ਕੇ ਉਹ ਪੈਸੇ ਦਿੰਦੇ ਰਹੇ ਕਿ ਤੁਸੀਂ ਆਪਣਾ ਰੁਪਈਆ ਜਾਂ 14 ਆਨੇ ਲਵੋ ਇਹ ਲੈ ਕੇ, ਮਤਲਬ ਇੱਕ ਲੰਮੀ ਕਹਾਣੀ। ਈਸਟ ਇੰਡੀਆ ਕੰਪਨੀ ਨੇ ਪੰਜਾਬ ਵਿੱਚ ਪੰਜਾਬੀ ਲੈਂਗੁਏਜ ਨੂੰ ਚੇਲੀਆਂ ਵਾਲਾ ਦੇ ਮੈਦਾਨ ਜੰਗ ਚ ਇਹਨਾਂ ਦਾ ਈਸਟ ਇੰਡੀਆ ਕੰਪਨੀ ਨਾਲ ਜੋ ਵਾਪਰੀ ਉਹਦੀ ਵਜ੍ਹਾ ਤੋਂ ਇਹਨਾਂ ਨੇ ਕਿਹਾ ਕਿ ਇਹ ਕਿਉਂਕਿ ਅਣਖੀ ਲੋਕ ਨੇ, ਸੂਰਮੇ ਨੇ, ਰੈਜ਼ਿਸਟੈਂਸ ਇਹਨਾਂ ਵਿੱਚ ਮਜ਼ਾਮਤ ਬਹੁਤ ਹੈ, ਇਹਨੂੰ ਕੁਚਲ ਦਿਓ ਤੇ ਇਹਨਾਂ ਦੀ ਜ਼ੁਬਾਨ ਖਤਮ ਕਰੋ। ਇਹ ਕਹਾਣੀ ਦੇ ਪਿੱਛੇ ਉਹਨਾਂ ਹੈ ਕਿ ਜਿਹੜੀ 2021 ਦੀ ਮਰਦਮਸ਼ੁਮਾਰੀ ਕੈਨੇਡਾ ਵਿੱਚ ਹੋਈ ਇਹਦੇ ਵਿੱਚ ਫਿਰ ਇਹੀ ਮੂਵਮੈਂਟ ਚੱਲ ਗਈ। ਉਸ ਮੂਵਮੈਂਟ ਨੂੰ ਅਸੀਂ ਕਾਊਂਟਰ ਕੀਤਾ ਜੀ, ਠੋਕ ਕੇ, ਕਿੱਲਾ ਠੋਕ ਕੇ, ਡਟ ਕੇ ਮੁਕਾਬਲਾ ਕੀਤਾ ਉਹਦਾ। ਇਸ ਵਾਰੀ ਅਸੀਂ ਔਰਗਨਾਈਜ਼ ਸਾਹਿਬ, ਕਿਉਂਕਿ 5 ਸਾਲ ਕੰਮ ਕੀਤਾ, ਸਾਡੇ ਬਹੁਤ ਸਾਰੇ ਇੱਥੇ ਤਾਹਿਰ ਵੋਰਾ ਸਾਹਿਬ ਨੇ ਆਪਣਾ ਉਹਨਾਂ ਦਾ ਚੈਨਲ ਹੈਗਾ ਉੱਥੇ ਅਮੈਰੀਕਾ ਚ ਬੈਠੇ ਨੇ, ਸ਼ਹਿਜ਼ਾਦ ਨਾਸਿਰ ਸਾਹਿਬ ਬੈਠੇ ਨੇ, ਉਸ ਤੋਂ ਬਾਅਦ ਆਪਣਾ ਪਾਕਿਸਤਾਨੀ ਚੈਨਲ ਵਾਲੇ ਦੇ, ਦੁਨੀਆਂ ਵਾਲੇ ਦੇ ਬਹੁਤ ਸਾਰੇ ਸਾਡੇ ਦੋਸਤਾਂ ਨੇ, BBC ਉਹ ਪੰਜਾਬੀ ਸਰਵਿਸ ਹੈ, ਤੇ ਕੈਨੇਡੀਅਨ ਮੀਡੀਆ ਨੇ, ਖਾਸ ਕਰ ਹਫ ਪੋਸਟ ਨੇ, ਇਹਨਾਂ ਸਾਰਿਆਂ ਨੇ, ਤੇ ਨਾਲ ਸੋਸ਼ਲ ਮੀਡੀਆ ਦੇ ਜਿਹੜੇ ਸਾਡੇ ਪਾਕਿਸਤਾਨੀ ਇੰਡੀਅਨ ਪੰਜਾਬੀ, ਸਿੱਖ ਪੰਜਾਬੀ, ਪਾਕਿਸਤਾਨੀ ਪੰਜਾਬੀ, ਮੁਸਲਮਾਨ ਪੰਜਾਬੀ, ਹਿੰਦੂ ਪੰਜਾਬੀ, ਸਾਰਿਆਂ ਨੇ ਜਨਾਬ ਇੱਥੋਂ ਸਪੋਰਟ ਦਿੱਤੀ। ਸਾਧੂ ਬਿਨਿੰਗ ਬੈਠੇ ਨੇ ਇੱਥੇ ਆਪਣਾ ਕੈਨੇਡਾ ਵਿੱਚ। ਇਹ ਸਾਰੇ ਅਸੀਂ ਮਾਦਰੀ ਜ਼ੁਬਾਨ ਦੇ ਇਸ਼ੂ ਦੇ ਉੱਤੇ ਅਸੀਂ ਕੈਨੇਡਾ ਵਿੱਚ ਏਕਾ ਕਰਕੇ ਇਹ ਜਿਹੜੀ ਐਂਟੀ ਮਦਰ ਟੰਗ ਮੂਵਮੈਂਟ ਚੱਲੀ ਸੀ ਕਿ ਪੰਜਾਬੀ ਮੁਸਲਮਾਨ ਆਪਣੀ ਜ਼ੁਬਾਨ ਬਦਲ ਦੇਣ, ਖਤਰਨਾਕ ਵਾਰ ਸੀ, ਇਹਨੂੰ ਅਸੀਂ ਨਾਕਾਮ ਬਣਾਇਆ ਔਰ ਇਹ ਨਾਕਾਮ ਹੋ ਚੁੱਕੀ। ਇਹ ਸਾਰੇ ਅੰਡਰਗਰਾਊਂਡ ਹੋ ਚੁੱਕੇ। ਹੁਣ ਮੈਂ ਆ ਰਿਹਾ, ਗੱਲ ਲੰਮੀ ਹੋ ਗਈ, ਉਹ ਜਿਹੜਾ ਪਾਕਿਸਤਾਨ ਹਾਈ ਕਮਿਸ਼ਨ ਨੇ ਲੈਟਰ ਇਸ਼ੂ ਕੀਤਾ, ਮੈਂ ਉਹਦੀ ਗੱਲ ਕਰ ਰਿਹਾ। ਮੈਂ ਸਮਝਦਾ ਕਿ ਜਿਹੜਾ ਇਹ ਪਾਕਿਸਤਾਨ ਹਾਈ ਕਮਿਸ਼ਨ ਨੇ ਲੈਟਰ ਇਸ਼ੂ ਕੀਤਾ ਹੈ, ਇਹਦੇ ਦੋ ਸਾਨੂੰ ਸਾਡੇ ਵਾਸਤੇ ਇਹ ਬਲੈਸਿੰਗ ਹੋ ਗਿਆ। ਵਜ੍ਹਾ ਇਹ ਕਿ ਪਾਕਿਸਤਾਨ ਦੀ ਗੌਰਮੈਂਟ ਨੇ ਪਹਿਲੀ ਵਾਰੀ ਸਰਕਾਰੀ ਤੌਰ ਤੇ ਪੰਜਾਬੀ ਲੈਂਗੁਏਜ ਦਾ ਕਿਸੇ ਵੀ ਸ਼ੇਪ ਵਿੱਚ, ਕਿਸੇ ਵੀ ਸ਼ਕਲ ਵਿੱਚ ਰਾਈਟ, ਕੌਨਸਟੀਟਿਊਸ਼ਨਲ ਰਾਈਟ ਤਸਲੀਮ ਕੀਤਾ, ਮੰਨ ਲਿਆ ਕਿ ਪੰਜਾਬੀ ਵੀ ਪਾਕਿਸਤਾਨ ਦੀ ਜ਼ੁਬਾਨ ਹੈ। ਇਸ ਤੋਂ ਪਹਿਲਾਂ ਕੋਈ ਡਾਕੂਮੈਂਟ ਐਸਾ ਨਹੀਂ ਹੈ ਪੰਜਾਬ ਸਰਕਾਰ ਦੇ ਕੋਲ, ਪਾਕਿਸਤਾਨੀ ਪੰਜਾਬ ਵਿੱਚ, ਜਿਹੜਾ ਇਸ ਨੂੰ ਇਹ ਮੰਨੇ ਕਿ ਪੰਜਾਬੀ ਪਾਕਿਸਤਾਨ ਦੀ ਕੋਈ ਸਰਕਾਰੀ ਆਫੀਸ਼ੀਅਲ ਜਾਂ ਨੈਸ਼ਨਲ ਲੈਂਗੁਏਜ ਹੈ। ਓਕੇ, ਗੱਲ ਥੋੜੀ ਜਿਹੀ ਲੰਬੀ ਹੋ ਜਾਂਦੀ ਆ। ਮੈਂ ਪੁੱਛਣਾ ਸੀਗਾ ਇਹਦਾ ਨੁਕਸਾਨ ਕੀ ਆ, ਜੋ ਕੁਛ ਉਹ ਜਿਹੜੀ ਪ੍ਰੈਸ ਰਿਲੀਜ਼ ਉਹਨੇ ਕੀਤੀ ਆ ਤੇ ਉਹਦਾ ਨੁਕਸਾਨ ਕੀ ਹੈਗਾ? ਮੈਂ ਨਹੀਂ, ਨੁਕਸਾਨ ਉੱਕਾ ਕੋਈ ਨਹੀਂ ਹੈਗਾ। ਇਹਨਾਂ ਨੇ ਬੇਖਬਰੀ ਵਿੱਚ ਜਾਂ ਕਮ ਇਲਮੀ ਵਿੱਚ ਇਹਨਾਂ ਨੇ ਬਹੁਤ ਵੱਡਾ ਕੰਮ ਕੀਤਾ। ਇਹਨਾਂ ਨੇ ਉਰਦੂ ਤੇ ਪੰਜਾਬੀ ਨੂੰ ਦੋ ਵੱਖਰੀਆਂ ਜ਼ੁਬਾਨਾਂ ਡਿਕਲੇਅਰ ਕਰਕੇ ਗਵਰਨਮੈਂਟ ਆਫ ਕੈਨੇਡਾ ਨੂੰ ਰਿਕੁਐਸਟ ਕੀਤੀ ਕਿ ਦੋਨਾਂ ਜ਼ੁਬਾਨਾਂ ਨੂੰ ਵੱਖਰੀਆਂ ਜ਼ੁਬਾਨਾਂ ਤੁਸੀਂ ਮੰਨੋ, ਤਸਲੀਮ ਕਰੋ, ਰਿਕਗਨਾਈਜ਼ ਕਰੋ। ਇਹ ਬੈਨੀਫਿਟ ਮਿਲਿਆ ਜੀ ਇਸ ਦਾ। ਨਹੀਂ ਪਰ ਜੇ ਆਪਾਂ ਟੈਕਨੀਕਲੀ ਦੇਖਿਆ ਜਾਵੇ ਉਰਦੂ ਤੇ ਪੰਜਾਬੀ ਦਾ ਜ਼ੁਬਾਨਾਂ ਤਾਂ ਵੱਖਰੀਆਂ ਹੀ ਆ ਨਾ।
ਜੀ ਜੀ ਮੰਨਦੇ ਨਹੀਂ ਸੀ ਇਹ ਇਸੇ ਬੇਸ ਤੇ ਇਹ ਤਹਿਰੀਕ ਚਲਾ ਰਹੇ ਸੀ ਪਾਕਿਸਤਾਨੀ ਬੇਸਿਕਲੀ ਪਾਕਿਸਤਾਨ ਹਾਈ ਕਮਿਸ਼ਨ ਨੇ ਉਸ ਮੂਵਮੈਂਟ ਨੂੰ ਕੈਨੇਡਾ ਵਿੱਚ ਕਾਊਂਟਰ ਕਰ ਦਿੱਤਾ ਹੈ ਜਿਹੜੀ ਮੂਵਮੈਂਟ ਇਹ ਆਖ ਰਹੀ ਸੀ ਕੈਨੇਡਾ ਵਿੱਚ ਕਿ ਪੰਜਾਬੀਆਂ ਸਿੱਖਾਂ ਦੀ ਪੰਜਾਬੀ ਸਿੱਖਾਂ ਦੀ ਜ਼ੁਬਾਨ ਹੈ ਤੇ ਪੰਜਾਬੀ ਪਾਕਿਸਤਾਨੀ ਆਪਣੀ ਮਾਦਰੀ ਜ਼ੁਬਾਨ ਉਰਦੂ ਲਿਖਣ ਕੈਨੇਡੀਅਨ ਹਾਈ ਕਮਿਸ਼ਨ ਜਿਹੜਾ ਪਾਕਿਸਤਾਨ ਜਿਹੜਾ ਕੈਨੇਡਾ ਹਾਈ ਕਮਿਸ਼ਨ ਉਹਨੇ ਆਫੀਸ਼ਲੀ ਇਸ ਮੂਵਮੈਂਟ ਨੂੰ ਕਾਊਂਟਰ ਕਰਤਾ ਸੋ ਇਹ ਇਹ ਕੋਈ ਪੋਲੀਟੀਕਲ ਚਾਲ ਚੱਲ ਰਹੀ ਹੈਗੀ ਹੈ ਕਿ ਤੁਸੀਂ ਕਹਿੰਦੇ ਹੋ ਕਿ ਉਹ ਪੜ੍ਹਿਓ ਲਿਖਿਓ ਨਹੀਂ ਬੇ ਉਹ ਬੇਵਕੂਫ ਹੈ ਜਿਹੜੇ ਇਹ ਗੱਲਾਂ ਕਰ ਰਹੇ ਆ ਹਾਂਜੀ ਹਾਂਜੀ ਇਹਦੇ ਵਿੱਚ ਪੋਲੀਟੀਕਲ ਚਾਲ ਵੀ ਹੈ ਇਹ ਜਿਹੜੇ ਬਹੁਤ ਹੁਸ਼ਿਆਰ ਹੁੰਦੇ ਨੇ ਉਹ ਸਿਆਣੇ ਕਾਂ ਕੋਈ ਨਾ ਕੋਈ ਹਰਕਤ ਕਰ ਜਾਂਦੇ ਉਹਨਾਂ ਨੇ ਇੱਕ ਚੀਜ਼ ਦੋ ਸ਼ਿਕਾਰ ਕੀਤੇ ਇੱਕ ਪਾਸੇ ਉਹਨਾਂ ਨੇ ਪਾਕਿਸਤਾਨੀ ਉਰਦੂ ਨੂੰ ਪਾਕਿਸਤਾਨੀ ਕੌਮੀ ਜ਼ੁਬਾਨ ਆਖੇ ਕੈਨੇਡੀਅਨ ਗੌਰਮੈਂਟ ਨੂੰ ਆਖਿਆ ਕਿ ਤੁਸੀਂ ਇਹਨੂੰ ਮੰਨੋ ਜਿਸ ਤਰ੍ਹਾਂ ਤੁਸੀਂ ਉਹ ਲੈਟਰ ਪੜ੍ਹੋ ਮੇਰੇ ਸਾਹਮਣੇ ਪੇ ਜਿਸ ਤਰ੍ਹਾਂ ਹਿੰਦੀ ਤੇ ਆਪਣਾ ਉਰਦੂ ਚ ਫਰਕ ਹੈ ਉਰਦੂ ਪਾਕਿਸਤਾਨ ਦੀ ਨੈਸ਼ਨਲ ਲੈਂਗੁਏਜ ਤੇ ਹਿੰਦੀ ਇੰਡੀਆ ਦੀ ਲੈਂਗੁਏਜ ਦੋਨਾਂ ਦੇ ਸਕ੍ਰਿਪਟ ਵੱਖਰੇ ਨੇ ਤੁਸੀਂ ਉਹਨਾਂ ਦੋਨੋਂ ਸਕ੍ਰਿਪਟ ਵੱਖਰਿਆਂ ਕਰੋ ਇਸ ਦੇ ਬੇਸ ਦੇ ਉੱਤੇ ਅਸੀਂ ਪਾਕਿਸਤਾਨ ਗੌਰਮੈਂਟ ਨੂੰ ਕਹਿ ਸਕਦੇ ਹਾਂ ਕਿ ਜਨਾਬ ਸ਼ਾਹਮੁਖੀ ਸਕ੍ਰਿਪਟ ਨੂੰ ਪਾਕਿਸਤਾਨ ਵਿੱਚ ਵੀ ਰੈਗੂਲੇਸ਼ਨ ਦਿਓ ਜਿਹੜਾ ਕਿ ਜੋ ਆਫੀਸ਼ਲੀ ਮੰਨਿਆ ਨਹੀਂ ਗਿਆ ਹਾਂਜੀ ਸਾਡੇ ਰਿਟਾਇਰ ਪ੍ਰੋਫੈਸਰ ਪਟਿਆਲਾ ਤੋਂ ਆਏ ਸੀਗੇ ਡਾਕਟਰ ਜੋਗਾ ਸਿੰਘ ਵਿਰਕ ਤੇ ਉਹਨਾਂ ਨੇ ਕਿਹਾ ਕਿ ਜਦੋਂ 1947 ਦੀ ਵੰਡ ਹੋਈ ਆ ਉਦੋਂ ਜਦੋਂ ਸੰਵਿਧਾਨ ਲਿਖਿਆ ਗਿਆ ਤੇ ਉਹਦੇ ਵਿੱਚ ਜਿਹੜੀ ਨੈਸ਼ਨਲ ਲੈਂਗੁਏਜ ਪਾਕਿਸਤਾਨ ਦੀ ਦੱਸੀ ਗਈ ਸੀ ਉਹ ਉਰਦੂ ਦੱਸੀ ਗਈ ਸੀ ਜੀ ਬਿਲਕੁਲ ਬਿਲਕੁਲ ਉਹ ਲਿਖੀ ਗਈ ਸੀਗੀ ਠੀਕ ਹੈ ਸੋ ਜੇ ਆਪਾਂ ਜੇ ਉਹ ਸੰਵਿਧਾਨ ਦੇ ਨਾਲ ਚੱਲੀਏ ਨਾ ਸੋ ਜਿਹੜੀ ਤਾਂ ਨੈਸ਼ਨਲ ਲੈਂਗੁਏਜ ਪਾਕਿਸਤਾਨ ਦੀ ਆ ਉਹ ਤਾਂ ਉਰਦੂ ਹੈਗੀ ਆ ਠੀਕ ਹੈ ਪਰ ਜੇ ਆਪਾਂ ਰੀਜਨਲ ਲੈਂਗੁਏਜ ਦੀ ਗੱਲ ਕਰੀਏ ਤੇ ਉਹ ਤਾਂ ਫਿਰ ਜਿਹੜਾ ਪੰਜਾਬ ਆ ਉੱਥੇ ਪੰਜਾਬੀ ਆ ਜਿੱਥੇ ਸਿੰਧ ਆ ਉੱਥੇ ਸਿੰਧੀ ਆ ਗੱਲ ਇਹ ਵੇ ਕਿ ਮੈਂ ਪਾਕਿਸਤਾਨ ਰਾਈਟਰਸ ਇੰਟਰ ਪ੍ਰੋਵਿੰਸ਼ੀਅਲ ਡਾਇਲੋਗ ਫੋਰਮ ਦਾ ਸੈਕਟਰੀ ਜਨਰਲ ਜੀ ਹਾਂਜੀ ਤੇ ਅਸੀਂ ਅੱਜ ਤੋਂ ਕੋਈ ਤਕਰੀਬਨ 10 ਸਾਲ ਪਹਿਲਾਂ ਇਸਲਾਮਾਬਾਦ ਵਿੱਚ ਸਿੰਧੀ ਪੰਜਾਬੀ ਪਸ਼ਤੂਨ ਤੇ ਆਪਣਾ ਬਲੋਚ ਰਾਈਟਰਸ ਦੀਆਂ ਜਿਹੜੀਆਂ ਮਤਲਬ ਨੁਮਾਇੰਦਾ ਆਰਗਨਾਈਜੇਸ਼ਨ ਨੇ ਲੈਂਗੁਏਜ ਤੇ ਕਲਚਰ ਦੀਆਂ ਇਹਨਾਂ ਸਾਰਿਆਂ ਨੇ ਰਲ ਕੇ 15 ਮਾਰਚ 2010 ਨੂੰ ਇਸਲਾਮਾਬਾਦ ਵਿੱਚ ਇਸਲਾਮਾਬਾਦ ਪ੍ਰੈਸ ਕਲੱਬ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਗੌਰਮੈਂਟ ਆਫ ਪਾਕਿਸਤਾਨ ਨੂੰ ਇਹ ਅਪੀਲ ਕੀਤੀ ਸੀ ਇਹ ਡਿਮਾਂਡ ਕੀਤੀ ਸੀ ਕਿ ਉਰਦੂ ਦੇ ਨਾਲ ਨਾਲ ਪੰਜਾਬੀ ਸਿੰਧੀ ਬਲੋਚੀ ਤੇ ਪਸ਼ਤੋ ਚਾਰ ਕੌਮੀ ਇਨ ਚਾਰ ਜ਼ੁਬਾਨਾਂ ਨੂੰ ਵੀ ਕੌਮੀ ਜ਼ੁਬਾਨਾਂ ਦਾ ਦਰਜਾ ਦਿਓ ਵਜ੍ਹਾ ਕਿ ਉਰਦੂ ਪਾਕਿਸਤਾਨ ਚ ਅਕਲੀਅਤੀ ਜ਼ੁਬਾਨ ਹੈ ਅਸੀਂ ਇਸ ਮੰਨਦੇ ਨਹੀਂ ਹੈਗੇ ਸਾਡੀਆਂ ਜ਼ੁਬਾਨਾਂ ਨੂੰ ਵੀ ਨਾਲ ਤੁਸੀਂ ਕੌਮੀ ਜ਼ੁਬਾਨ ਬਣਾਓ ਇਹ ਰਿਕਾਰਡ ਦੇ ਉੱਤੇ ਮੌਜੂਦ ਹੈ ਔਰ ਇਹ ਮਾਮਲਾ ਤਕਰੀਬਨ ਪਰ ਇੱਕ ਮੁਲਕ ਦੇ ਵਿੱਚ ਸੋਰੀ ਤੁਹਾਨੂੰ ਰੋਕਦਾ ਇੱਥੇ ਇੱਕ ਮੁਲਕ ਦੇ ਵਿੱਚ ਇੱਕੋ ਨੈਸ਼ਨਲ ਲੈਂਗੁਏਜ ਤਾਂ ਇੱਕੋ ਹੋ ਸਕਦੀ ਹੈ ਰੀਜਨਲ ਲੈਂਗੁਏਜ ਤਾਂ ਹੋ ਸਕਦੀਆਂ ਹੈਗੀਆਂ ਤੇ ਇੱਕ ਦੇਸ਼ ਦੀਆਂ ਚਾਰ ਜਿਹੜੀਆਂ ਨੈਸ਼ਨਲ ਲੈਂਗੁਏਜ ਉਹ ਕਿਸ ਤਰ੍ਹਾਂ ਹੋ ਸਕਦੀਆਂ ਉਹ ਮੈਂ ਦੱਸ ਦਿਨਾ ਪਹਿਲੇ ਤੇ ਮੈਂ ਦੱਸ ਦਿੰਦਾ ਅਰਜ਼ ਕਰਦੇ ਕਿ ਜਿਹੜੀ ਨੈਸ਼ਨਲ ਲੈਂਗੁਏਜ ਦਾ ਇਹਨਾਂ ਨੇ ਇਹ ਫਿਤਨਾ ਖੜਾ ਕੀਤਾ ਹੈਗਾ ਇਹ 1973 ਦੇ ਕੌਨਸਟੀਟਿਊਸ਼ਨ ਵਿੱਚ ਇਹਨਾਂ ਨੇ ਉਰਦੂ ਨੂੰ ਕੌਮੀ ਜ਼ੁਬਾਨ ਬਣਾ ਦਿੱਤਾ ਠੀਕ ਹੈ ਦੂਜੀ ਗੱਲ ਇਹ ਵੇ ਕਿ ਚਾਰ ਜਿਹੜੀਆਂ ਕੌਮੀ ਜ਼ੁਬਾਨਾਂ ਦੀ ਗੱਲ ਹੈ ਚਾਰਾਂ ਕੌਮੀ ਜ਼ੁਬਾਨਾਂ ਚ 95% ਜਾਂ 90% ਜਿਹੜੀ ਆਬਾਦੀ ਹੈ ਸਿੰਧੀ ਪੰਜਾਬੀ ਪਸ਼ਤੋ ਬਲੋਚੀ ਬੋਲਣ ਵਾਲੀ ਉਹ ਉਰਦੂ ਨੂੰ ਸਮਝਦੀ ਹੀ ਨਹੀਂ ਠੀਕ ਹੈ ਉਰਦੂ ਲਿੰਗੁਆ ਫਰੰਕਾ ਹੈਗੀ ਹੈ ਪਾਕਿਸਤਾਨ ਚ ਸਿਰਫ ਰਾਬਤੇ ਦੀ ਜ਼ੁਬਾਨ ਹੈਗੀ ਹੈ ਮਤਲਬ ਮੀਡੀਅਮ ਆਫ ਕਮਿਊਨੀਕੇਸ਼ਨ ਹੈ ਕਮਿਊਨੀਕੇਸ਼ਨ ਹਾਂਜੀ ਬਿਲਕੁਲ ਇਸ ਤੋਂ ਇਲਾਵਾ ਉਰਦੂ ਮਤਲਬ ਉਹਨੂੰ ਇਸਲਾਮ ਨਾਲ ਪਾਕਿਸਤਾਨ ਨਾਲ ਉਮਾ ਨਾਲ ਜੋੜ ਕੇ ਜ਼ਬਰਦਸਤੀ ਇਹਨਾਂ ਨੇ ਇੱਕ ਹਰਕਤ ਕੀਤੀ ਕਿ ਜਿਹੜੀਆਂ ਜਿਹਨਾਂ ਨੂੰ ਤੁਸੀਂ ਇਲਾਕਾਈ ਜ਼ੁਬਾਨਾਂ ਕਹਿ ਰਹੇ ਹੋ ਅਸੀਂ ਇਹਦੇ ਉੱਤੇ ਇਤਜਾਜ ਕਰ ਰਹੇ ਹਾਂ ਤੁਸੀਂ ਜੋ ਕੰਮ ਵਰਤੀਏ ਅਸੀਂ ਇਹਦੇ ਉੱਤੇ ਮੱਛਰ ਜਾਂਦੇ ਹਾਂ ਪਾਕਿਸਤਾਨ ਕਿ ਸਾਡੀਆਂ ਇਲਾਕਾ ਸਾਡੀਆਂ ਜ਼ੁਬਾਨਾਂ ਇਲਾਕਾਈ ਹੋ ਗਈਆਂ ਨੇ ਤੇ ਜਿਹੜੀ ਇੰਡੀਆ ਚ ਜ਼ੁਬਾਨ ਆਈ ਉਹ ਕੌਮੀ ਤੇ ਮਕਾਮੀ ਹੋ ਗਈ ਨਾਲ ਇਹਨਾਂ ਨੇ ਇਹ ਕੀਤਾ ਕਿ ਜਿਹੜਾ ਇਹਨਾਂ ਨੇ ਇਹੀ ਹਰਕਤ ਇਹਨਾਂ ਨੇ ਈਸਟ ਪਾਕਿਸਤਾਨ ਚ ਬੰਗਲਾਦੇਸ਼ ਵਿੱਚ ਕੀਤੀ ਸੀ ਈਸਟ ਪਾਕਿਸਤਾਨ ਪ੍ਰੋਟੈਸਟ ਹੋਇਆ ਬੰਗਾਲੀਆਂ ਨੇ ਜਲੂਸ ਕੱਢਿਆ ਜਿਹੜਾ ਆਲਮੀ ਮਾਂ ਬੋਲੀ ਦਿਹਾੜੇ ਉੱਥੇ ਮੁੰਡੇ ਕਤਲ ਹੋਏ ਢਾਕਾ ਯੂਨੀਵਰਸਿਟੀ ਦੇ 5-7 ਮਾਰੇ ਗਏ ਸ਼ਹੀਦ ਹੋ ਗਏ ਸ਼ਹੀਦ ਮੀਨਾਰ ਬਣ ਗਿਆ ਢਾਕਾ ਉਹੀ ਚੱਲ ਕੇ ਅੱਗੇ
ਜਿਹਨੇ ਉਸੇ ਪੰਜਾਬੀ ਉਸੇ ਬੰਗਾਲੀ ਲੈਂਗੁਏਜ ਨੂੰ ਇਹਨਾਂ ਨੇ ਸੁਪਰੈਸ ਕਰਨ ਦੀ ਕੋਸ਼ਿਸ਼ ਕੀਤੀ, ਐਕਸਪਲੋਇਟ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਆਖਿਆ ਕਿ ਸਾਰੇ ਪਾਕਿਸਤਾਨ ਦੀ ਜ਼ੁਬਾਨ ਇੱਕ ਹੋਏਗੀ, ਮਤਲਬ ਬੇਸਿਕਲੀ ਰਿਆਸਤ ਪਾਕਿਸਤਾਨ ਦਾ, ਹਰ ਰਿਆਸਤ ਨੂੰ ਦੇਖੋ ਆਪਣਾ ਇੱਕ ਜਵਾਜ਼ ਵਜੂਦ ਕਾਇਮ ਰੱਖਣ ਲਈ। ਜੀ ਨਜ਼ੀਰ ਭਾਈ, ਥੋੜ੍ਹਾ ਟਾਈਮ, ਹਾਂਜੀ ਟਾਈਮ ਥੋੜ੍ਹਾ ਜਿਹਾ ਘੱਟ ਹੈਗਾ ਆਪਾਂ ਕੋਲ, ਤੇ ਜਿਹੜੀ ਇਹ ਮਰਦਮਸ਼ੁਮਾਰੀ ਹੋ ਰਹੀ ਹੈ ਕਿਹੜੇ ਮਹੀਨੇ ਹੋ ਰਹੀ ਹੈ? ਆਪਣੀ ਜਿਹੜੀ ਕਮਿਊਨਿਟੀ ਆ ਉਹਨੂੰ ਸਮਝਾ ਦਿਓ। ਨਹੀਂ ਉਹਦੇ ਨਹੀਂ, ਅਸੀਂ ਉਸ ਤੋਂ ਪਹਿਲਾਂ ਇਹ ਜਿਹੜੀ ਨਿਊਜ਼ ਲੀਕ ਹੋਈ ਹੈ, ਕਿਉਂਕਿ ਸੋਸ਼ਲ ਮੀਡੀਆ ਤੇ ਇਹਨਾਂ ਨੇ ਕੈਂਪੇਨ ਸ਼ੁਰੂ ਕੀਤਾ। ਕੈਂਡੀਡੇਟ, ਤੁਸੀਂ ਬੜਾ ਅਹਿਮ ਸਵਾਲ ਪੁੱਛਿਆ, ਇਹਨਾਂ ਨੇ ਸੋਸ਼ਲ ਮੀਡੀਆ ਤੇ ਕੈਂਪੇਨ ਸ਼ੁਰੂ ਕੀਤਾ 5 ਜਾਂ 6 ਤਾਰੀਖ ਨੂੰ ਜੀ, ਕਿ ਇਹ ਪੰਜਾਬੀ ਮਹੀਨੋ। ਜੀ ਹਾਂ, ਅਸੀਂ ਫੌਰਨ ਹੀ ਉਹਦੇ ਉੱਤੇ ਐਕਸ਼ਨ ਲਿਆ। ਅਸੀਂ ਪੂਰੇ ਤਕਰੀਬਨ 2-3 ਹਫ਼ਤੇ ਮੈਂ ਖੁਦ ਵੀਡੀਓਜ਼ ਕੀਤੀਆਂ, ਆਨਲਾਈਨ ਗਿਆ, ਕੈਨੇਡਾ ਪੋਸਟ ਸਾਹਮਣੇ ਖੜੇ ਹੋ ਕੇ ਮੈਂ ਵੀਡੀਓ ਕੀਤੀ ਟੋਰਾਂਟੋ। ਅਸੀਂ ਲੋਕਾਂ ਨੂੰ ਇੰਨਾ ਐਜੂਕੇਟ ਕੀਤਾ, ਨਾਲ 19 ਤਾਰੀਖ ਨੂੰ, ਮਤਲਬ 16-17 4-5 ਦਿਨ ਬਾਅਦ ਹੀ ਜਿਹੜਾ ਪਾਕਿਸਤਾਨ ਹਾਈ ਕਮਿਸ਼ਨ ਉਹਦਾ ਲੈਟਰ ਇਸ਼ੂ ਹੋ ਗਿਆ। ਅਸੀਂ ਆਪਣੀ ਕਮਿਊਨਿਟੀ ਨੂੰ ਐਜੂਕੇਟ ਕੀਤਾ, ਮੇਰੇ ਕੋਲ ਕਾਫੀ ਡਾਟਾ ਮੌਜੂਦ ਹੈ, ਲੋਕਾਂ ਨੇ ਨੋਟਿਸ ਲਿਆ ਤੇ ਬਹੁਤ ਸਾਰੇ ਲੋਕਾਂ ਨੇ ਦੱਸਿਆ ਇਹ ਗੱਲ ਕਰਕੇ, ਫੋਨ ਕਰਕੇ, ਈਮੇਲ ਮੈਸੇਜਿਸ ਰਾਹੀਂ, ਸੋਸ਼ਲ ਮੀਡੀਆ ਤੇ, ਕਿ ਨਹੀਂ ਵੇਲੇ ਸਿਰ ਪਤਾ ਲੱਗ ਗਿਆ ਅਸੀਂ ਆਪਣੀ ਮਾਦਰੀ ਜ਼ੁਬਾਨ, ਸੈਂਸਸ ਕੈਨੇਡਾ ਦੇ 2021 ਦੇ ਫਾਰਮ ਵਿੱਚ ਅਸੀਂ ਆਪਣੀ ਮਾਦਰੀ ਜ਼ੁਬਾਨ ਉਰਦੂ ਨਹੀਂ ਪੰਜਾਬੀ ਹੀ ਲਿਖ ਰਹੇ ਹਾਂ। ਇਹਨੂੰ ਅਸੀਂ ਕਾਊਂਟਰ ਕਰ ਲਿਆ ਜੀ ਵੇਲੇ ਸਿਰ। ਵੈਰੀ ਗੁੱਡ ਜੀ, ਬਹੁਤ ਘੱਟ ਹੈ। ਹਾਂਜੀ ਨਹੀਂ, ਬਹੁਤ ਵਧੀਆ ਹੋਇਆ ਕਿਉਂਕਿ ਜਿਹੜਾ ਵੇਲਾ ਆ ਉਹ ਸੰਭਾਲ ਲਿਆ ਸਾਰਿਆਂ ਨੇ। ਤੇ ਨਜ਼ੀਰ ਭਾਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਤੇ ਅਸੀਂ ਕਹਿੰਦੇ ਹਾਂ ਕਿ ਤੁਸੀਂ ਆਪਣੇ ਮਕਸਦ ਜੋ ਕਿ ਤੁਸੀਂ ਆਪਣੀ ਪੰਜਾਬੀ ਮਾਂ ਬੋਲੀ ਲਈ ਕਰ ਰਹੇ ਹੈਗੇ ਆ, ਤੇ ਪਰਮਾਤਮਾ ਤੁਹਾਨੂੰ ਕਾਮਯਾਬੀਆਂ ਬਖਸ਼ੇ ਤੇ ਇਸ ਤਰ੍ਹਾਂ ਤੁਸੀਂ ਚੜ੍ਹਦੀ ਕਲਾ ਚ ਰਹੋ। ਬਹੁਤ ਸ਼ੁਕਰੀਆ ਪੰਜਾਬ ਰੇਡੀਓ ਦਾ, ਤੇ ਇੰਗਲੈਂਡ ਬੈਠੇ ਸਾਰੇ ਪੰਜਾਬੀ ਭੈਣਾਂ ਭਰਾਵਾਂ ਨੂੰ ਬਹੁਤ ਸ਼ੁਕਰੀਆ, ਆਪਣੀ ਮਾਂ ਬੋਲੀ ਨਾਲ ਜੁੜੇ ਰਹੋ, ਪੰਜਾਬ ਜ਼ਿੰਦਾਬਾਦ। ਥੈਂਕ ਯੂ ਭਰਾ ਮੇਰਾ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਸਾਡੇ ਨਜ਼ੀਰ ਰਹੂਤ ਜਿਹੜੇ ਕਿ ਵੈਸੇ ਪਿੱਛੋਂ ਲਾਹੌਰ ਤੋਂ ਨੇ, ਤੇ ਇਸ ਵੇਲੇ ਉਹ ਕੈਨੇਡਾ ਬੈਠੇ ਨੇ, ਤੇ ਆਪਾਂ ਹੁਣ ਇਹਨਾਂ ਤੋਂ ਬਾਅਦ ਆਪਾਂ ਗੱਲ ਕਰਾਂਗੇ ਅਮਰ ਸ਼ਾਹ ਹੁਣਾਂ ਨਾਲ। ਪੰਜਾਬ ਦੀ ਮਹਿਕ ਵੰਡਦਾ ਪੰਜਾਬ ਰੇਡੀਓ, ਵੈਲਕਮ ਬੈਕ ਜੀ। ਤੇ ਸਾਡੇ ਇੱਕ ਹੋਰ ਆ ਸਾਡੇ ਵਰਗੇ ਹੀ ਜਿਹੜੇ ਪੰਜਾਬੀ ਮਾਂ ਬੋਲੀ ਦੇ ਸ਼ਦਾਈ ਆ, ਇਹ ਹੈਗੇ ਸਾਡੇ ਅਮਰ ਸ਼ਾਹੀ ਜੀ, ਇਸ ਵੇਲੇ ਪਾਕਿਸਤਾਨ ਚ ਬੈਠੇ ਨੇ, ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਭਰਾ ਮੇਰਾ ਕੀ ਹਾਲ ਚਾਲ ਆ? ਵੀਰ ਰੱਬ ਦੀ ਮਿਹਰ ਹੈ, ਮੇਰਾ ਨਾਮ ਪੂਰਾ ਅਮਾਰ ਸ਼ਾਹ ਹੈ ਜੀ, ਅਮਾਰ ਸ਼ਾਹ ਤੇ ਨਾਲ ਮੈਂ ਪੰਜਾਬੀ ਲਿਖਾਉਣਾ। ਅੱਛਾ, ਜਿਵੇਂ ਬੁੱਲੇ ਸ਼ਾਹ ਨਾ, ਮੈਂ ਬੁੱਲੇ ਦੇ ਸ਼ਹਿਰ ਤੋਂ ਆ। ਓਕੇ ਓਕੇ, ਅਮਾਰ ਸ਼ਾਹ ਪੰਜਾਬੀ, ਅਮਾਰ ਸ਼ਾਹ ਹੈਗਾ ਉਹ, ਠੀਕ ਹੈ। ਉਹ ਪ੍ਰੋਬਲਮ ਆ ਜਾਂਦੀ ਜਦੋਂ ਅੰਗਰੇਜ਼ੀ ਚ ਲਿਖਿਆ ਜਾਂਦਾ ਨਾ, ਤੇ ਫਿਰ ਉਹ ਅਮਾਰ ਦਾ ਅਮਰ ਬਣ ਜਾਂਦਾ, ਘੁੰਮਣ ਦਾ ਘੁਮਾਣ ਬਣ ਜਾਂਦਾ। ਤੁਹਾਡੇ ਪਾਸੇ ਅਮਰ ਜੋਖੇ ਹੁੰਦੇ ਨਾ? ਹਾਂ ਹਾਂ, ਇਹ ਕਰਕੇ ਤੁਹਾਡੇ ਮੂੰਹ ਤੇ। ਠੀਕ ਆ, ਹੋਰ ਸੁਣਾਓ ਸਿਹਤਾਂ ਕਿਦਾਂ? ਰੱਬ ਦੀ ਮਿਹਰ ਆ ਵੀ, ਸਭ ਠੀਕ ਹੈ। ਠੀਕ ਆ, ਤੇ ਸਭ ਕੈਰੀ ਮੈਰੀ? ਤੇ ਪਾਕਿਸਤਾਨ ਦਾ ਕੀ ਹਾਲ ਚਾਲ ਆ? ਕੋਰੋਨਾ ਪਾਕਿਸਤਾਨ ਵਧੀਆ ਵੀਰ? ਹਾਂਜੀ, ਕਦੇ ਟੀਕੇ ਧੜਾ ਧੜ ਲੱਗ ਰਹੇ ਨਾ ਹੁਣ? ਟੀਕੇ ਬਹੁਤ ਲੱਗ ਰਿਹਾ ਜੀ। ਹਾਂ ਹਾਂਜੀ, ਵੈਕਸੀਨੇਸ਼ਨ ਹੋ ਰਹੀ ਹੈ, ਉਹ ਤੁਹਾਡੀ ਯੂਕੇ ਵਾਲੀ ਵੀ ਹੋ ਰਹੀ ਹੈ, ਮੈਂ ਕਰਾਈ ਸੀ, ਉਹਦਾ ਮੈਨੂੰ ਤੇ ਰਿਐਕਸ਼ਨ ਹੋਇਆ ਕਾਫੀ। ਪਾਕਿਸਤਾਨ ਦੀ, ਕੈਨੇਡਾ ਦੀ ਖਬਰ ਸੁਣੀ ਲਈ ਹੋਣੀ ਆ, ਜਿਹੜਾ ਓਹਨਾ ਨੇ ਪ੍ਰੈਸ ਰਿਲੀਜ਼ ਕੀਤੀ ਹੈਗੀ ਆ ਪਾਕਿਸਤਾਨ ਹਾਈ ਕਮਿਸ਼ਨ ਨੇ, ਕਿ ਜਿਹੜੇ ਉੱਥੇ ਉਰਦੂ ਹੀ ਲਿਖਿਆ ਜਾਣਾ ਚਾਹੀਦਾ ਹੈ, ਤੁਹਾਡਾ ਕੀ ਉਹਦੇ ਬਾਰੇ ਖਿਆਲ ਆ? ਵੀਰ ਮੈਂ ਤਾਂ ਸਾਰਿਆਂ ਤੋਂ ਪਹਿਲਾਂ ਜਿਹੜੇ ਜਿੰਨੇ ਵੀ ਪੰਜਾਬੀ ਜੱਗ ਚ ਵੱਸਦੇ ਨੇ ਸਾਰਿਆਂ ਨੂੰ ਮੁਬਾਰਕ ਦੇਣੀ ਚਾਹਾਂਗਾ ਇਹਦੇ ਤੇ, ਕਿ ਇਹ ਸਾਡੀ ਪਹਿਲੀ ਜਿੱਤ ਹੈ ਜੀ। ਇਹਨੂੰ ਜਿਹੜੇ ਲੋਕ ਤਾਰੀਖ ਦੇ ਸਟੂਡੈਂਟ ਨੇ, ਤਾਰੀਖ ਦੇ ਤਾਲਬ ਇਲਮ ਨੇ, ਇਤਿਹਾਸ ਨੂੰ ਜਾਣਦੇ ਨੇ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਥੇ ਸ਼ਾਹਮੁਖੀ ਨੂੰ ਬਕਾਇਦਾ ਮਾਰਿਆ ਗਿਆ। ਹਾਂਜੀ, ਮਾਰਿਆ ਗਿਆ ਤੇ ਇੱਕ ਤਰ੍ਹਾਂ ਦਾ ਖੜ ਗਿਆ ਉਹ ਸਕ੍ਰਿਪਟ ਜਿਹੜਾ ਸੀ ਬਾਬੇ ਫਰੀਦ ਦਾ, ਠੀਕ ਹੈ, 10ਵੀਂ 11ਵੀਂ ਸਦੀ ਦਾ ਸਕ੍ਰਿਪਟ, ਤੇ ਫਿਰ ਫੋਰਟ ਵਿਲੀਅਮ ਕਾਲਜ ਚ ਜਾ ਕੇ ਇਹਨਾਂ ਉੱਥੋਂ ਉਰਦੂ ਉਹਨੂੰ ਡਿਵੈਲਪ ਕਰ ਲਿਆ ਉਹਦੇ ਤੋਂ ਜੀ। ਤੇ ਠੀਕ ਹੈ, ਹੁਣ ਇਗਨੋਰੈਂਸ ਇਹ ਆਲਾ, ਮੈਂ ਸਾਨੂੰ ਕਈ ਵਾਰੀ ਬੰਦੇ ਇੱਥੇ ਪੁੱਛਦੇ ਸਨ ਕਿ ਜੀ ਤੁਹਾਡਾ ਤਾਂ ਆਪਣਾ ਸਕ੍ਰਿਪਟ ਹੀ ਕੋਈ ਨੀ, ਹੁਣ ਉਹਨਾਂ ਨੂੰ ਇਹ ਨੀ ਪਤਾ ਅਸੀਂ ਸ਼ਾਹਮੁਖੀ ਲਿਖ ਰਹੇ ਹਾਂ ਕਿ ਉਰਦੂ ਲਿਖ ਰਹੇ ਹਾਂ, ਠੀਕ ਹੈ। ਉਹ ਇੰਨੀ ਜ਼ਿਆਦਾ ਇਗਨੋਰੈਂਸ ਹੋਣ, ਜਿਹੜੀ 17ਵੀਂ ਸਦੀ ਚ ਜੰਮੀ ਆ ਉਹਦਾ
ਸਕ੍ਰਿਪਟ ਬਣ ਗਿਆ, ਓਹਦੀ ਲਿਪੀ ਬਣ ਗਈ, ਤੇ ਜਿਹੜੀ ਸਾਡੀ ਲਿਪੀ 11ਵੀਂ ਸਦੀ ਬਾਬਾ ਫਰੀਦ ਵਰਤਦਾ ਪਿਆ ਸੀ ਉਹ ਲਿਪੀ ਕੋਈ ਨੀ, ਓਹਦੀ ਵਾਰੀ ਕਹਿ ਦਿੰਦੇ ਨੇ ਪਰਸ਼ੀਅਨ ਅਰੇਬਿਕ ਸਕ੍ਰਿਪਟ ਹੈ। ਹਾਲਾਂਕਿ ਸਭ ਤੋਂ ਪਹਿਲਾਂ ਦੇਵਨਾਗਰੀ ਤੋਂ ਬਾਅਦ ਜਿਹੜਾ ਸਕ੍ਰਿਪਟ ਇੱਥੇ ਆਮ ਆਇਆ ਨੋਨ ਹਿਸਟਰੀ ਚ ਉਹ ਇਹੀ ਸ਼ਾਹਮੁਖੀ ਸੀ, ਤੇ ਇਹ ਸ਼ਾਹਮੁਖੀ ਦੀ ਜਿੱਤ ਜਿਹੜੀ ਹੈ ਇਹਦੀ ਵਧਾਈ ਸਿੱਖ ਵੀਰਾਂ ਨੂੰ ਵੀ ਹੋਵੇ, ਕਿਉਂਕਿ ਗ੍ਰੰਥਾਂ ਦੇ ਵਿੱਚ ਬਾਬਿਆਂ ਦਾ ਕਲਾਮ ਮੌਜੂਦ ਹੈ, ਠੀਕ ਹੈ, ਤੇ ਸ਼ਾਹਮੁਖੀ ਜਿੰਨੀ ਸਾਡੀ ਪੰਜਾਬੀ ਕਲਾਸਿਕਸ ਨੇ ਉਹਦਾ ਸਮਝ ਲਓ ਕਿ 75-85% ਜਿਹੜਾ ਮਟੀਰੀਅਲ ਆ ਉਹ ਸ਼ਾਹਮੁਖੀ ਚ ਪਿਆ ਹੈ ਕਲਾਸਿਕਸ ਦਾ, ਤੇ ਉਹਦਾ ਜਿਉਂਦੇ ਰਹਿਣਾ ਜਿਹੜਾ ਬਹੁਤ ਜ਼ਰੂਰੀ ਹੈ, ਤੇ ਕੈਨੇਡਾ ਵਾਲਿਆਂ ਦੀ ਮਿਹਰਬਾਨੀ ਹੈ ਕਿ ਉਹਨਾਂ ਇਹਨੂੰ ਇੱਕ ਵਾਰੀ ਫਿਰ ਨਾ ਨਵੀਂ ਜ਼ਿੰਦਗੀ ਦੇ ਦਿੱਤੀ, ਕਿਉਂਕਿ ਰਿਆਸਤ ਤੇ ਪਾਕਿਸਤਾਨ ਚ ਸ਼ਾਹਮੁਖੀ ਦਾ ਜ਼ਿਕਰ ਹੀ ਨੀ ਸੀ ਹੁੰਦਾ। ਹੁਣ ਜਦੋਂ ਰਲਾ ਪਿਆ ਸਾਨੂੰ ਪਤਾ ਲੱਗਾ ਆਪਣੇ ਵੀਰਾਂ ਕੋਲੋਂ ਕਿ ਉੱਥੇ ਜੀ ਇੰਜ ਦੀ ਇੱਕ ਮੁਹਿੰਮ ਚੱਲ ਰਹੀ ਹੈ, ਔਰ ਇਹ ਮੁਹਿੰਮ ਜਿਹੜੇ ਇਤਿਹਾਸ ਦੇ ਸਟੂਡੈਂਟਸ ਜਾਣਦੇ ਨੇ ਇਹ ਮੁਹਿੰਮ ਪਹਿਲੇ ਵੀ ਚੱਲੀ, ਪਹਿਲੇ ਵੀ ਇੰਜੇ ਹੀ ਸਾਨੂੰ ਆਪਸ ਚ ਪੈੜਾ ਪਵਾ ਕੇ ਲੜਾਇਆ ਇਸੇ ਉਰਦੂ ਦੇ ਰਾਹੀਂ। ਹੁਣ ਫਿਰ ਉਹੀ ਗੱਲ ਕੀਤੀ ਕਿ ਜੀ ਉਹ ਤੇ ਸਿੱਖਾਂ ਦੀ ਜ਼ਬਾਨ ਹੈ, ਹੁਣ ਇਹਨਾਂ ਨੂੰ ਇਹ ਵੀ ਨੀ ਪਤਾ ਕਿ ਲਿਪੀ ਤੇ ਜ਼ਬਾਨ ਚ ਫਰਕ ਕੀ ਹੁੰਦਾ, ਠੀਕ ਹੈ, ਉਹਨਾਂ ਕਹਿ ਜੀ ਉਹ ਗੁਰਮੁਖੀ ਤਾਂ ਸਿੱਖਾਂ ਦੀ ਜ਼ਬਾਨ ਹੈ, ਫਿਰ ਅਸੀਂ ਉਹਨਾਂ ਨੂੰ ਦੱਸਿਆ ਉਹ ਖੁਦਾ ਦਾ ਕਹੋ ਕਰੋ ਇਹ ਲਿਪੀ ਹੈ ਇਹ ਜ਼ਬਾਨ ਨਹੀਂ ਹੈ, ਜ਼ਬਾਨ ਤਾਂ ਮਾਂ ਬੋਲੀ ਤਾਂ ਇੱਕੋ ਹੀ ਹੈ, ਉਹ ਤਾਂ ਸਿੱਖਾਂ ਦੀ ਵੀ ਉਹੀ ਮਾਂ ਬੋਲੀ ਆ ਤੇ ਸਾਡੀ ਵੀ ਮਾਂ ਬੋਲੀ ਉਹੀ ਆ ਤੇ ਹਿੰਦੂ ਪੰਜਾਬੀ ਦੀ ਵੀ ਮਾਂ ਬੋਲੀ ਉਹੀ ਹੈ, ਤੇ ਉਹ ਜ਼ਬਾਨ ਤਾਂ ਨੀ ਫਰਕ ਹੋਣ ਲੱਗੀ, ਲਿਪੀ ਫਰਕ ਹੈ। ਫਿਰ ਆ ਕੇ ਉਹਨਾਂ ਇਹ ਕੋਸ਼ਿਸ਼ ਕੀਤੀ ਕਿ ਜੀ ਨਹੀਂ ਉਹਦਾ ਫਾਇਦਾ ਜਿਹੜਾ ਹੈ ਉਹ ਹੋ ਜਾਏਗਾ, ਗੁਰਮੁਖੀ ਜੇ ਹੋ ਗਈ ਤੇ ਉਹਦਾ ਫਾਇਦਾ ਉਹਨਾਂ ਨੂੰ ਹੋ ਜਾਏਗਾ, ਠੀਕ ਹੈ, ਉਹ ਫਿਰ ਇੰਜ ਦੇ ਲੋਕ ਵਿੱਚ ਮੌਜੂਦ ਹੁੰਦੇ ਨੇ। ਫਿਰ ਅਸੀਂ ਇੱਕ ਸਲਾਹ ਦਿੱਤੀ ਇਸ ਕਰਕੇ ਕਿ ਇਹ ਕਿਸੇ ਤਰ੍ਹਾਂ ਫਿਰ ਕਿਤੇ 47 ਵਾਲੀ ਖੇਡ ਫਿਰ ਨਾ ਕਰ ਜਾਣ ਪੰਜਾਬੀ ਨਾਲ, ਫਿਰ ਅਸੀਂ ਉਹਨਾਂ ਨੂੰ ਦੱਸਿਆ ਕਿ ਯਾਰ ਤੁਸੀਂ ਸ਼ਾਹਮੁਖੀ ਕਰ ਲਓ, ਫਿਰ ਬਾਬਿਆਂ ਦੀ ਜਿਹੜਾ ਮੁਸਲਮਾਨ ਸੂਫੀ ਆਏ ਉਹਨਾਂ ਤਬਲੀਗ ਕੀਤੀ ਇੱਥੇ ਇਸਲਾਮ ਦੀ, ਉਹਨਾਂ ਪ੍ਰਚਾਰ ਕੀਤਾ, ਤੁਸੀਂ ਫਿਰ ਉਹ ਕਰ ਲਓ, ਉਰਦੂ ਕਿਉਂ ਲਿਖਾਣੀ ਆ, ਤੇ ਮਾਂ ਤਾਂ ਨੀ ਬਦਲ ਸਕਦੇ ਨਾ ਅਸੀਂ, ਮਾਂ ਤਾਂ ਸਾਡੀ ਉਹੀ ਪੰਜਾਬੀ ਹੈ ਨਾ, ਚਾਹੇ ਸਿੱਖ ਹੋਈਏ ਚਾਹੇ ਮੁਸਲਮਾਨ ਹੋਈਏ ਚਾਹੇ ਹਿੰਦੂ ਹੋਈਏ, ਤੇ ਲਿਪੀ ਦੀ ਗੱਲ ਹੈ ਤੇ ਲਿਪੀ ਉਹ ਬਾਬਿਆਂ ਵਰਤੀ ਹੈ, ਉਹ ਪੁਰਾਣੀ ਲਿਪੀ ਹੈ, ਤੇ ਇਸ ਤਾਂ ਕਰਕੇ ਇਹ ਜਿਹੜਾ ਉਹ ਇੱਥੋਂ ਵੀ ਪ੍ਰੈਸ਼ਰ ਪਿਆ, ਅਸੀਂ ਜਿੰਨਾ ਹੋ ਸਕਦਾ ਸੀ ਮੀਡੀਆ ਰਾਹੀਂ ਆਪਣੇ ਤੌਰ ਇਹ ਬਿਲਟ ਕੀਤਾ, ਪ੍ਰੈਸ਼ਰ ਉਧਰੋਂ ਵੀ ਆਇਆ ਅਸੀਂ, ਸੋ ਇੱਥੋਂ ਇਹ ਇੱਥੋਂ ਤੀਕਰ ਗੱਲ ਅਪੜੀ ਕਿ ਨਹੀਂ ਜੀ ਤੁਸੀਂ ਹੁਣ ਆਪਣੀ ਮਾਂ ਨਾ ਬਦਲੋ। ਅਸੀਂ ਤਾਂ ਇਹਨਾਂ ਨੂੰ ਇਹ ਕਿਹਾ ਸੀ ਵੀ ਇਹ ਤਾਂ ਬੜੀ ਸ਼ਰਮੀ ਵਾਲੀ ਗੱਲ ਹੈ ਕਿ ਕੋਈ ਬੰਦਾ ਆਪਣੀ ਮਾਂ ਬਦਲੇ, ਪਰ ਆਪਣੀ ਮਾਂ ਬੋਲੀ ਨਾ ਬਦਲੋ। ਪਰ ਲੇਕਿਨ ਅਮਾਰ ਭਾਈ ਹੋ ਜਾਣੀ ਸੀ ਸਾਜ਼ਿਸ਼, ਪਰ ਲੇਕਿਨ ਜੇ ਆਪਾਂ ਕਹੀਏ ਨਾ ਕਿਸੇ ਹੱਦ ਤੱਕ ਜਿਹੜਾ ਦੋਸ਼ ਆ ਉਹ ਸਾਡਾ ਵੀ ਹੈਗਾ। ਹੁਣ ਲਾਹੌਰ ਮੈਂ ਵੀ ਹਰ ਸਾਲ ਜਾਣਾ, ਠੀਕ ਆ, ਉੱਥੇ ਸਾਡੇ ਜਿਹੜੇ ਦੋਸਤ ਆ ਉਹਨਾਂ ਦਾ ਬੇਟਾ ਘਰ ਦੇ ਵਿੱਚ, ਬਾਕੀ ਦੇ ਸਾਰੇ ਜਿਹੜੇ ਆ ਉਹ ਪੰਜਾਬੀ ਬੋਲਦੇ ਆ, ਉਹ ਬੇਟਾ ਜਿਹੜਾ ਉਹਨੂੰ ਆਹੋ ਤੋਂ ਇਲਾਵਾ ਹੋਰ ਕੋਈ ਪੰਜਾਬੀ ਨੀ ਆਉਂਦੀ, ਤੇ ਉਹ ਉਰਦੂ ਬੋਲਦਾ, ਤੇ ਉਹਨੂੰ ਮੈਂ ਪੁੱਛਿਆ, ਕਹਿੰਦਾ ਅੰਕਲ ਕਿ ਸਕੂਲਾਂ ਵਿੱਚ ਇਹੀ ਕਿਹਾ ਜਾਂਦਾ ਕਿ ਤੁਸੀਂ ਉਰਦੂ ਬੋਲੋ, ਤੇ ਇਹ ਜਿਹੜੀ ਪੰਜਾਬੀ ਬੋਲੀ ਆ ਨਾ ਇਹ ਤਾਂ ਜਿਹੜੇ ਪਿੰਡ ਦੇ ਲੋਕ ਆ ਉਹ ਪੜ੍ਹਦੇ ਆ, ਸੋ ਉਹਦੇ ਤਾਂ ਉਹ ਸ਼ਾਨ ਆਪਣੀ ਸਮਝਦੇ ਆ ਕਿ ਉਰਦੂ ਬੋਲ ਕੇ ਪੰਜਾਬ ਦੇ ਵਿੱਚ ਹੀ। ਦੇਖੋ ਵੀਰ, ਮੈਂ ਪਰਸੋਂ ਮੈਨੂੰ ਇਹ ਸਵਾਲ ਹੋਇਆ, ਉੱਥੇ ਇੱਥੇ ਇੱਕ ਪ੍ਰੋਗਰਾਮ ਸੀ, ਸਾਡੀ ਆਬਾਦੀ ਇਹਨਾਂ 1.25 ਕਰੋੜ ਘੱਟ ਲਿਖਾ ਦਿੱਤੀ, 1.25 ਕਰੋੜ ਪੰਜਾਬੀ ਖਾ ਗਏ ਨੇ ਵਿੱਚੋਂ ਸੈਂਸਸ ਦੇ, ਠੀਕ ਹੈ, ਉਹ ਭਾਜੀ ਵੱਡੇ ਪੁਲ ਖਾ ਜਾਂਦੇ ਨੇ, ਤੇ ਉਹ ਵੱਡੇ ਪੁਲ ਖਾ ਜਾਂਦੇ ਆ, ਤੁਸੀਂ 2.5 ਕਰੋੜ ਦੀ ਗੱਲ ਕਰਦੇ ਹੋ, 11 ਲੱਖ ਆਬਾਦੀ ਘਟਾ ਦਿੱਤੀ, 7 ਐਨੇ ਦੀਆਂ ਸੀਟਾਂ ਘਟਾ ਦਿੱਤੀਆਂ, ਤੇ ਉਹਦੇ ਤੇ ਪ੍ਰੋਗਰਾਮ ਸੀ, ਤੇ ਇਹ ਜ਼ਬਾਨ ਤੇ ਸੀ ਕਿ ਜ਼ਬਾਨ ਬੋਲਣ ਵਾਲੇ ਜਿਹੜੇ ਨੇ ਉਹ 1.11 ਕਰੋੜ ਘੱਟ ਗਏ ਪਾਕਿਸਤਾਨੀ ਪੰਜਾਬ ਚ, ਤੇ ਉਹ ਮੈਨੂੰ ਕਹਿਣ ਲੱਗੇ ਜੀ ਕਿ ਉਹ ਹੋ ਸਕਦਾ ਜੀ ਉਹ ਲੋਕਾਂ ਨੇ ਉੱਥੇ ਉਰਦੂ ਲਿਖਾ ਦਿੱਤੀ ਹੋਵੇ, ਉਹ ਮੈਂ ਉਹਨਾਂ ਨੂੰ ਸਟੈਟਿਸਟਿਕਸ ਕੱਢ ਕੇ ਦਿੱਤੇ, ਸਰਕਾਰੀ ਦਾਦੋ ਸ਼ੁਮਾਰ ਜਿਹੜੇ ਹੈਗੇ ਸੀ ਸਰਕਾਰਾਂ ਨੇ, ਮੈਂ ਕਿਹਾ ਉਰਦੂ ਤਾਂ 7% 47 ਤੇ ਸੀ ਤੇ 7% ਤੇ ਹੀ ਅੱਜ ਖਲੋਤੀ ਹੈ, ਜਾਂ ਤਾਂ ਉਰਦੂ ਵਧੀ ਹੁੰਦੀ, ਉਰਦੂ ਤਾਂ ਆਪ ਘੱਟ ਗਈ ਹੈ, ਤੇ ਉਹ ਉਰਦੂ ਲਿਖਾਉਣ ਦਾ ਪੰਜਾਬੀ ਇੱਥੋਂ ਦਾ ਇਹ ਮਿਥ ਮੇਕਿੰਗ ਹੈ ਔਰ ਪ੍ਰੋਪੇਗੰਡਾ ਚੋਖਾ। ਤੁਸੀਂ ਪਾਕਿਸਤਾਨੀ ਪੰਜਾਬ ਚ ਆਓਗੇ ਤੇ ਤੁਹਾਨੂੰ ਜਿਵੇਂ ਤੁਸੀਂ ਲਵੋਗੇ ਥੋੜਾ ਜਿਹਾ ਸ਼ਹਿਰਾਂ ਤੋਂ ਜਾਂ ਆਮ ਦੁਕਾਨਾਂ ਤੇ ਜਾਓਗੇ ਤੇ ਸਿਰਫ ਇੰਨਾ ਹੈ ਕਿ ਤੁਸੀਂ ਗੱਡੀ ਤੇ ਨਾ ਜਾਓ, ਪੈਦਲ ਜਾਓ ਤੇ ਦੋਵਾਂ ਪੰਜਾਬੀ ਹੀ ਬੋਲਣਗੇ, ਠੀਕ ਹੈ। ਇੱਕ ਕ੍ਰੀਏਟ ਕੀਤਾ ਗਿਆ, ਇੱਕ ਕੰਪਲੈਕਸ ਕ੍ਰੀਏਟ ਕੀਤਾ ਗਿਆ ਬਾਈ ਡਿਜ਼ਾਈਨ ਕ੍ਰੀਏਟ ਕੀਤਾ ਗਿਆ, ਸਾਡੀ ਪੋਲੀਟੀਕਲ ਇਲੀਟ ਮੁਜਰਮ ਹੈ,
ਸਾਡੇ ਇੱਥੋਂ ਦੇ ਜਿਹੜੇ ਪੰਜਾਬ ਦੀਆਂ ਸਰਕਾਰਾਂ ਸਨ ਅੱਜ ਤੀਕਰ ਇਹ ਮੁਜਰਮ ਨੇ ਸਾਰੀਆਂ ਦੀਆਂ ਸਾਰੀਆਂ ਬਿਲਾ ਤੋਫੀਕ ਜਮਾਤ ਦੀਆਂ ਹੋਣ, ਜਦੋਂ ਤੁਹਾਡੀ ਅਸ਼ਰਾਫੀਆ ਬੋਲੇਗੀ ਨਾ ਇਲੀਟ ਬੋਲੇਗੀ ਜ਼ਬਾਨ, ਉਦੋਂ ਥੱਲੇ ਤੀਕਰ ਉਹ ਜ਼ਬਾਨ ਕਾਪੀ ਹੋਏਗੀ। ਜਦੋਂ ਪਤਾ ਲੱਗੇਗਾ ਨਹੀਂ ਯਾਰ ਇਲੀਟ ਨੀ ਬੋਲਦੀ, ਤੇ ਫਿਰ ਉਹ ਜੇ ਮੈਂ ਗੱਡੀ ਚੋਂ ਲੈਣਾ ਤੇ ਉਹਨੇ ਕਹਿਣਾ ਕਿ ਯਾਰ ਇਹ ਅਮੀਰ ਕਬੀਰ ਬੰਦਾ ਇਹਦੇ ਨਾਲ ਹੁਣ ਉਰਦੂ ਹੀ ਬੋਲੀ ਹੈ, ਠੀਕ ਹੈ। ਉਹਨੂੰ ਗਰੀਬ ਨੂੰ ਉਰਦੂ ਆਉਂਦੀ ਵੀ ਨੀ ਹੁੰਦੀ, ਗੁਲਾਬੀ ਉਰਦੂ ਬੋਲਦਾ ਝੱਕਦਾ ਹੋਇਆ, ਠੀਕ ਹੈ। ਜੇ ਥੋੜਾ ਜਿਹਾ ਹੌਸਲਾ ਦੇਵੇ ਮੇਰੇ ਜਿਹਾ ਬੰਦਾ ਤੇ ਉਸੇ ਵੇਲੇ ਖਿਲੇ ਮੂੰਹ ਨਾਲ ਪੰਜਾਬੀ ਬੋਲਦਾ ਔਰ ਚੰਗੀ ਬੋਲਦਾ। ਹਾਂਜੀ ਇਹ ਸਾਰਾ ਕੰਪਲੈਕਸ ਜਿਹੜਾ ਨਾ ਤਾਂ ਕਰਕੇ ਹੈ। ਇਹ ਦੇਖੋ ਨਾ ਨਵਾਜ਼ ਸ਼ਰੀਫ ਸੀ ਸਾਡਾ ਸਭ ਤੋਂ ਜ਼ਿਆਦਾ ਜਿਨ੍ਹਾਂ ਦੀ ਹਕੂਮਤ ਇੱਥੇ ਰਹੀ ਹੈ, PMLN ਦੀ ਰਹੀ ਹੈ, ਉਹ ਉਹਨਾਂ ਅਗਰ ਇਹਨੂੰ ਓਨ ਕੀਤਾ ਹੁੰਦਾ, ਪੰਜਾਬ ਦੀ ਮਾਂ ਬੋਲੀ ਨੂੰ ਮਾਨ ਸਨਮਾਨ ਦਿੱਤਾ ਹੁੰਦਾ ਤਕਰੀਰਾਂ ਚ, ਇੱਥੇ ਪੰਜਾਬ ਦੇ CM ਦਾ ਕੀ ਕੰਮ ਹੈ ਉਰਦੂ ਚ ਤਕਰੀਰ ਕਰੇ। ਜਦ ਸਿੰਧ ਦੀ ਕਾਰਵਾਈ ਸਿੰਧੀ ਚ ਹੁੰਦੀ ਹੈ, ਬਲੋਚਿਸਤਾਨ ਅਸੈਂਬਲੀ ਚ ਬਲੋਚੀ ਚ ਕਾਰਵਾਈ ਹੁੰਦੀ ਹੈ, ਪਸ਼ਤੂਨਖਵਾ ਚ ਪਸ਼ਤੋ ਚ ਕਾਰਵਾਈ ਹੁੰਦੀ ਹੈ, ਤੇ ਪੰਜਾਬ ਅਸੈਂਬਲੀ ਚ ਕਿਸ ਚੱਕਰ ਚ ਉਰਦੂ ਚ ਕਾਰਵਾਈ ਹੁੰਦੀ ਹੈ। 70 ਸਾਲ ਹੋ ਗਏ ਤੁਸੀਂ ਭਰਾਵਾ, ਫੇਰ ਤੁਸੀਂ ਵੀ ਫੇਰ ਵੀ ਲੱਕੀ ਆ ਕਿ ਤੁਹਾਡਾ ਪੰਜਾਬ ਦਾ ਜਿਹੜਾ ਚੀਫ ਮਿਨਿਸਟਰ ਆ ਉਹ ਜਿਹੜਾ ਤਕਰੀਰ ਕਰਦਾ ਹੈਗਾ ਉਰਦੂ ਚ ਕਰਦਾ ਹੈਗਾ। ਸਾਡਾ ਤਾਂ ਜਿਹੜਾ ਇੰਡੀਆ ਦੇ ਸਾਈਡ ਦਾ ਜਿਹੜਾ ਪੰਜਾਬ ਦਾ CM ਆ ਉਹਨੇ ਤਾਂ ਸੌ ਵੀ ਅੰਗਰੇਜ਼ੀ ਵਿੱਚ ਚੁੱਕੀ ਸੀਗੀ, ਹਿੰਦੀ ਚ ਨਹੀਂ ਸੀ ਚੁੱਕੀ। ਇਹਨਾਂ ਦਾ ਬੇੜਾ ਹੀ ਗਰਕ ਹੋਇਆ। ਜਦੋਂ 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 ਕੈਪਟਨ ਮੁੱਖ ਮੰਤਰੀ ਬਣਿਆ ਨਾ ਵੱਖੋ ਵੱਖ ਨੇ। ਹਾਂ ਤੁਹਾਡਾ ਮਸਲਾ ਜਿਹੜਾ ਨਾ ਉਹ ਹੋਰ ਹੈ, ਤੁਹਾਡਾ ਪੇਚਾ ਪਿਆ ਅੰਗਰੇਜ਼ੀ ਨਾਲ, ਸਾਡਾ ਅੰਗਰੇਜ਼ੀ ਨਾਲ ਕੋਈ ਟਾਕਰਾ ਨਹੀਂ। ਅਸੀਂ ਸਮਝਦੇ ਹਾਂ ਕਿ ਅੰਗਰੇਜ਼ੀ ਜਿਹੜੀ ਹੈ ਉਹ ਇੰਟਰਨੈਸ਼ਨਲ ਲੈਂਗੁਏਜ ਹੈ, ਉਹ ਸਾਇੰਸ ਐਂਡ ਟੈਕਨੋਲੋਜੀ ਦੀ ਜ਼ਬਾਨ ਹੈ, ਉਹ ਜਿਹੜੀ ਹੈ ਮਤਲਬ ਸਿੱਖਿਆ ਦੀ ਨੌਲੇਜ ਦੀ ਜ਼ਬਾਨ ਹੈ, ਠੀਕ ਹੈ। ਉਹਦੇ ਵਾਸਤੇ ਔਰ ਰੁਜ਼ਗਾਰ ਦੀ ਜ਼ਬਾਨ ਹੈ, ਇੰਪਲੋਇਮੈਂਟ ਦੀ ਲੈਂਗੁਏਜ ਹੈ। ਅਗਰ ਤੁਸੀਂ ਅੰਗਰੇਜ਼ੀ ਨੂੰ ਬਿਲਕੁਲ ਡਿਨਾਈ ਕਰੋਗੇ ਔਰ ਕਹੋਗੇ ਕਿ ਪੰਜਾਬੀ ਅੰਗਰੇਜ਼ੀ ਲਿਖਣੀ ਬੋਲਣੀ ਪੜ੍ਹਨੀ ਛੱਡ ਜਾਣ, ਤੇ ਉਹ ਫਿਰ ਅਸੀਂ ਆਪਣੀ ਕੌਮ ਦਾ ਨੁਕਸਾਨ ਕਰਾਂਗੇ, ਟੂ ਬੀ ਵੈਰੀ ਓਨੈਸਟਲੀ ਐਂਡ ਫਰੈਂਕਲੀ ਸਪੀਕਿੰਗ, ਠੀਕ ਹੈ। ਉਹ ਅਸੀਂ ਬਿਲਕੁਲ ਨਹੀਂ ਚਾਹੁੰਦੇ। ਅਸੀਂ ਚਾਹੁੰਦੇ ਹਾਂ ਕਿ ਜਿਹੜਾ ਇੱਥੇ ਪੰਜਾਬੀ ਉਰਦੂ ਤੇ ਲੱਗਾ ਖੜਾ ਹੈ ਉਹ ਆਪਣੀ ਮਾਂ ਬੋਲੀ ਤੇ ਆਵੇ ਔਰ ਉਰਦੂ ਨੂੰ ਮਾਨ ਸਨਮਾਨ ਦੇਵੇ, ਲੇਕਿਨ ਵਫਾਕੀ ਜ਼ਬਾਨ ਦੇ ਤੌਰ ਤੇ, ਫੈਡਰੇਸ਼ਨ ਦੀ ਲੈਂਗੁਏਜ ਦੇ ਤੌਰ ਤੇ ਆਪਣੀ ਕੌਮੀ ਜ਼ਬਾਨ। ਹੁਣ ਮੇਰੀ ਕੌਮ ਪੰਜਾਬੀ ਆ ਤਾਂ ਮੈਂ ਕਿਵੇਂ ਕਹਿ ਦਿਆਂ ਕਿ ਮੇਰੀ ਕੌਮੀ ਜ਼ਬਾਨ ਉਰਦੂ ਹੈ? ਨਹੀਂ, ਪਰ ਉਹ ਜਿਹੜੇ ਤੁਸੀਂ ਮਿਨਿਸਟਰ ਦੀ ਗੱਲ ਕਰਦੇ ਜੀ, ਹੋ ਸਕਦਾ ਕਿ ਵਿਚਾਰੇ ਨੂੰ ਅੰਗਰੇਜ਼ੀ ਨਾ ਆਉਂਦੀ ਹੋਵੇ, ਸ਼ਾਇਦ ਜੇ ਉਹਨੂੰ ਅੰਗਰੇਜ਼ੀ ਆਉਂਦੀ ਹੁੰਦੀ ਸ਼ਾਇਦ ਉਹ ਵੀ ਕੈਪਟਨ ਵਾਂਗਰ ਅੰਗਰੇਜ਼ੀ ਚ ਅੰਗਰੇਜ਼ੀ ਚ ਭਾਜਣ ਚੱਕਦਾ। ਇੰਜ ਹੀ ਹੈ ਉਹ ਜੇ ਉਹਨੂੰ ਅੰਗਰੇਜ਼ੀ ਆਉਂਦੀ ਹੋਏਗੀ ਤੇ ਉਹ ਅੰਗਰੇਜ਼ੀ ਦੀ ਬੋਲੇਗਾ ਨਾ। ਉਹ ਅੰਗਰੇਜ਼ ਨੇ ਤਾਂ ਆ ਕੇ ਵਾਅਦੇ ਕਰ ਦਿੱਤਾ ਸੀ ਨਾ 1849 ਤੋਂ ਬਾਅਦ ਕਿ ਅਮੀਰਾਂ ਦੇ ਬੱਚਿਆਂ ਵਾਸਤੇ ਨਿਆਣਿਆਂ ਵਾਸਤੇ ਅੰਗਰੇਜ਼ੀ ਸਕੂਲ, ਤੇ ਜਿਹੜੇ ਮਾੜੇ ਸੀ ਮਰੇੜੇ ਸਨ ਉਹਨਾਂ ਦੇ ਨਿਆਣਿਆਂ ਵਾਸਤੇ ਉਰਦੂ ਮੀਡੀਅਮ ਸਕੂਲ, ਠੀਕ ਹੈ। ਪੰਜਾਬੀ ਸਕੂਲ ਤਾਂ ਬੰਦ ਕਰਤੇ ਸੀ ਨਾ, ਦੋ ਜ਼ਬਾਨਾਂ ਮਸੱਲਤ ਕੀਤੀਆਂ ਗਈਆਂ ਸਨ 1849 ਤੋਂ ਬਾਅਦ, 1881 ਚ ਉਰਦੂ ਲਾਗੂ ਕਰਤੀ ਗਈ ਸੀ ਇੱਥੇ, ਤੇ ਉਹ ਉਹ ਵਾਅਦੇ ਹੈ ਚੀਜ਼ ਕੇ ਸਾਡੇ ਤੇ ਜਿਹੜੇ ਵੈਲ ਆਫ ਨੇ, ਜਿਹੜੇ ਸੌਖੇ ਨੇ ਉਹਨਾਂ ਵਾਸਤੇ ਅੰਗਰੇਜ਼ੀ ਹੈ, ਤੇ ਜਿਹੜੇ ਮਰੇੜੇ ਨੇ ਉਹਨਾਂ ਵਾਸਤੇ ਉਰਦੂ ਹੈ। ਲੇਕਿਨ ਇਹ ਹੈ ਕਿ ਹੁਣ ਤੁਸੀਂ ਇਹਨਾਂ ਦੋਵਾਂ ਭਾਸ਼ਾ ਦੇ, ਅੰਗਰੇਜ਼ੀ ਦੀ ਆਪਣੀ ਇੱਕ ਸਟੈਂਡਿੰਗ ਹੈ ਇੰਟਰਨੈਸ਼ਨਲ ਲੈਂਗੁਏਜ ਦੇ ਤੌਰ ਤੇ, ਇੰਪਲੋਇਮੈਂਟ ਦੀ ਲੈਂਗੁਏਜ ਦੇ ਤੌਰ ਤੇ, ਸਾਇੰਸ ਐਂਡ ਟੈਕਨੋਲੋਜੀ ਦੀ ਲੈਂਗੁਏਜ ਦੇ ਤੌਰ ਤੇ। ਅਸੀਂ ਇਹ ਨਹੀਂ ਕਹਿੰਦੇ, ਅਸੀਂ ਇਹ ਕਹਿੰਦੇ ਹਾਂ ਕਿ ਅੰਗਰੇਜ਼ੀ ਨੂੰ ਐਜ਼ ਅ ਲੈਂਗੁਏਜ ਪੜ੍ਹਾਓ, ਮੀਡੀਅਮ ਆਫ ਇੰਸਟਰਕਸ਼ਨ ਦੇ ਤੌਰ ਤੇ ਨਾ ਪੜ੍ਹਾਓ। ਅਸੀਂ ਕਹਿੰਦੇ ਪੰਜਾਬੀ ਜਿਹੜੀ ਹੈ ਇਹਨੂੰ ਮੀਡੀਅਮ ਆਫ ਇੰਸਟਰਕਸ਼ਨ ਦੇ ਤੌਰ ਤੇ ਪੜ੍ਹਾਓ, ਤੁਹਾਡੀ ਐਵਰੇਜ ਇੰਟੈਲੀਜੈਂਸ ਵਧਗੀ ਉਹਦੇ ਨਾਲ। ਹਾਂਜੀ ਹਾਂਜੀ ਵਧੀਆ, ਪਰ ਇਹ ਗੱਲ ਤਾਂ ਸਮਝ ਆਉਂਦੀ ਆ। ਤੇ ਅਮਾਰ ਭਾਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਤੇ ਇੱਕ ਵਾਰੀ ਫੇਰ ਅਸੀਂ ਉੱਪਰ ਅੱਗੇ ਉੱਪਰ ਵਾਲੇ ਅੱਗੇ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਜਿਹੜੀ ਸਾਡੀ ਪੰਜਾਬੀ ਮਾਂ ਬੋਲੀ ਆ ਅਸੀਂ ਪ੍ਰਚਾਰ ਕਰਦੇ ਰਹੀਏ ਤੇ ਇਹਨੂੰ ਪ੍ਰਫੁੱਲਿਤ ਕਰਦੇ ਰਹੀਏ। ਤੇ ਬਾਕੀਆਂ ਡਾਕੂਆਂ ਦਾ ਕੰਮ ਹੁੰਦਾ ਲੁੱਟਣਾ, ਤੇ ਲੇਕਿਨ ਆਪਾਂ ਡਾਕੂਆਂ ਤੋਂ ਆਪਣੇ ਆਪ ਨੂੰ ਬਚਾਉਣਾ ਹੈਗਾ, ਆਪਣੀ ਮਾਂ ਬੋਲੀ ਨੂੰ ਬਚਾਉਣਾ ਹੈਗਾ। ਬੇਸ਼ੱਕ ਬੇਸ਼ੱਕ ਵੀਰ, ਅਸੀਂ ਇਕੱਠੇ ਹਾਂ ਇਸ ਜਦੋਜਹਿਦ ਚ, ਮਾਂ ਬੋਲੀ ਵਾਸਤੇ ਅਸੀਂ ਇਕੱਠੇ ਹਾਂ। ਥੈਂਕ ਯੂ ਵੈਰੀ ਭਰਾਦਾ, ਰੱਬ ਰਾਖਾ ਜੀ। ਇਹ ਸਾਡੇ ਅਮਾਰ ਸ਼ਾਹ ਪੰਜਾਬੀ ਜਿਹੜੇ ਗੱਲ ਕਰਦੇ ਸੀ, ਤੇ ਵੈਸੇ ਜੇ ਦੇਖਿਆ ਜਾਵੇ ਤਾਂ ਆਪਾਂ ਸਾਰੇ ਹੈਗੇ ਆਪਣੀ ਪੰਜਾਬੀ ਮਾਂ ਬੋਲੀ ਦੇ ਸ਼ਿਦਾਈ ਹੈਗੇ ਆ, ਤੇ ਰਹਿਣਾ ਵੀ ਹੈਗਾ। ਤੁਹਾਡੇ ਹਰ ਮਨ ਪਿਆਰੇ ਗੀਤਾਂ ਦੀ ਇੱਕੋ ਇੱਕ ਮੰਜ਼ਿਲ, ਪੰਜਾਬ ਰੇਡੀਓ।
ਪੰਜਾਬੀ ਦੀ ਆਵਾਜ਼ ਪੰਜਾਬ ਰੇਡੀਓ ਸਕਾਈ ਚੈਨਲ 0130 DAB ਡਿਜੀਟਲ ਰੇਡੀਓ ਤੇ ਧੰਨਵਾਦ ਕਰਦੇ ਜਾਈਏ ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂਕੇ ਵਾਲਿਆਂ ਦਾ ਤੇ ਖਾਸ ਕਰਕੇ ਸਾਡੇ ਭਾਜੀ ਹਰਮੀਤ ਸਿੰਘ ਭਖਣਾ ਉਹਨਾਂ ਦਾ ਜਿਹਨਾਂ ਨੇ ਅੱਜ ਦਾ ਪ੍ਰੋਗਰਾਮ ਸਪੋਂਸਰ ਕਰਾਇਆ ਹੈਗਾ ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਸਾਡੇ ਕੁਲਦੀਪ ਸਿੰਘ ਹੈਗੇ ਆ ਕੈਨੇਡਾ ਦੇ ਵਿੱਚ ਉਹਨਾਂ ਨਾਲ ਕੰਟੈਕਟ ਕਰਨ ਲਈ ਪਰ ਲੇਕਿਨ ਉਹਨਾਂ ਦਾ ਕੰਟੈਕਟ ਨਹੀਂ ਹੋ ਰਿਹਾ ਤੇ ਜਿੰਨਾ ਚਿਰ ਜਿੱਦਾਂ ਮੈਨੂੰ ਇੱਥੇ ਸਪੇਅਰ ਆ ਰੱਖਿਆ ਹੁੰਦਾ ਤੇ ਸਾਡੇ ਹਰਮੀਤ ਸਿੰਘ ਭਖਣਾ ਉਹਨਾਂ ਨੂੰ ਵੀ ਟਿੱਪਣੀ ਦੇ ਵਜੋਂ ਯੂਜ਼ ਕਰ ਲੈਂਦੇ ਜਿੰਨਾ ਚਿਰ ਉਹ ਕੁਲਦੀਪ ਸਿੰਘ ਸਾਡਾ ਮੈਸੇਜ ਨਹੀਂ ਦੇਖਦੇ ਤੇ ਵੀਰ ਜੀ ਸਤਿ ਸ੍ਰੀ ਅਕਾਲ ਜੀ ਇੱਕ ਵਾਰੀ ਫਿਰ ਕੀ ਹਾਲ ਚਾਲ ਹੈ ਜੀ ਠੀਕ ਠਾਕ ਬਿਲਕੁਲ ਵਧੀਆ ਜੀ ਅੱਛਾ ਵੀਰ ਜੀ ਇੱਦਾਂ ਕਿ ਇੰਡੀਆ ਅਕੋਰਡਿੰਗ ਟੂ ਇੰਡੀਆ ਲਾਅ ਜਿਹੜੀ ਇੰਡੀਆ ਦੀ ਆਫੀਸ਼ੀਅਲ ਲੈਂਗੁਏਜ ਆ ਉਹ ਹਿੰਦੀ ਆ ਤੇ ਇੰਡੀਆ ਦੀ ਨੈਸ਼ਨਲ ਲੈਂਗੁਏਜ ਜਿਹੜੀਆਂ ਵਾ ਉਹ 22 ਆ 22 ਲੈਂਗੁਏਜ ਆ ਨੈਸ਼ਨਲ ਲੈਂਗੁਏਜ ਠੀਕ ਹੈ ਜੀ ਨਹੀਂ ਜਿਹੜੀ 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 ਇੰਡੀਆ ਦੀ ਜਿਹੜੀ ਜੇ ਤੁਸੀਂ ਕਿਤੇ ਵੀ ਜਾ ਕੇ ਦੇਖੋ ਨਾ ਨੈਸ਼ਨਲ ਲੈਂਗੁਏਜ ਆਫ ਇੰਡੀਆ ਠੀਕ ਹੈ ਜੀ ਉਹ ਉੱਥੇ ਦੱਸਦੇ ਆ ਇੰਗਲਿਸ਼ ਤੇ ਹਿੰਦੀ ਨਹੀਂ ਜੀ ਇਹੀ ਫਰਕ ਮੈਂ ਤੁਹਾਨੂੰ ਦੱਸ ਰਿਹਾ ਮੈਂ ਲਾਅ ਉਹ ਜਿਹੜਾ ਲਿਖਿਆ ਜਿੱਥੇ ਤੇ ਪੜਿਆ ਵਾ ਹਾਂਜੀ ਜਿਹੜਾ ਜਿਹੜੇ ਜਿਹੜਾ ਸੋਰੀ ਸੋਰੀ ਕਲੀਅਰ ਕਰ ਦਈਏ ਜਿਹੜਾ ਇੰਡੀਆ ਆ ਨਾ ਜਿਹੜਾ ਵਿਕੀਪੀਡੀਆ ਕਹਿ ਰਿਹਾ ਹੈਗਾ ਕਿ ਇੰਡੀਆ ਦੀ ਕੋਈ ਨੈਸ਼ਨਲ ਲੈਂਗੁਏਜ ਨਹੀਂ ਪਰ ਉੱਥੇ ਦੋ ਅਫੀਸ਼ੀਅਲ ਲੈਂਗੁਏਜਿਸ ਆ ਯੂਨੀਅਨ ਗਵਰਨਮੈਂਟ ਆਫ ਇੰਡੀਆ ਹਿੰਦੀ ਤੇ ਇੰਗਲਿਸ਼ ਬਿਲਕੁਲ ਠੀਕ ਹੈ ਬਿਲਕੁਲ ਸੋ ਜੇ ਆਪਾਂ ਗੱਲ ਕਰੀਏ ਉੱਥੇ ਜਿਹੜੀਆਂ ਰੀਜਨਲ ਲੈਂਗੁਏਜਿਸ ਆ ਨਾ ਉਹ ਬਹੁਤ ਹੈਗੀਆਂ ਪਰ ਲੇਕਿਨ ਜਿਹੜੀਆਂ ਅਫੀਸ਼ੀਅਲ ਲੈਂਗੁਏਜਿਸ ਆ ਇੰਡੀਆ ਦੀਆਂ ਉਹ ਹਿੰਦੀ ਤੇ ਇੰਗਲਿਸ਼ ਆ ਇੰਗਲਿਸ਼ ਹਾਂਜੀ ਇਹ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਸੀਗਾ ਜਦੋਂ ਸੰਵਿਧਾਨ ਲਾਗੂ ਕੀਤਾ ਗਿਆ ਕਿ 10 ਸਾਲ ਬਾਅਦ ਜਿਹੜੀ ਅੰਗਰੇਜ਼ੀ ਖਤਮ ਹੋ ਜੂਗੀ ਤੇ ਕੱਲੀ ਹਿੰਦੀ ਰਹਿ ਜੂਗੀ ਲੇਕਿਨ ਉਹ ਖਤਮ ਹੋਈ ਨਹੀਂ ਅਜੇ ਤੱਕ ਉਹ ਐਕਸਟੈਂਡ ਹੋਈ ਜਾ ਰਹੀ ਹੈ ਹਾਂਜੀ ਠੀਕ ਹੈ ਜੀ ਅੱਛਾ ਆਫੀਸ਼ੀਅਲ ਲੈਂਗੁਏਜ ਤੇ ਨੈਸ਼ਨਲ ਲੈਂਗੁਏਜ ਦੇ ਵਿੱਚ ਫਰਕ ਹੁੰਦਾ ਵਾ ਆਫੀਸ਼ੀਅਲ ਲੈਂਗੁਏਜ ਹੁੰਦੀ ਹੈ ਜਿਹੜੀ ਦਫ਼ਤਰੀ ਭਾਸ਼ਾ ਨੈਸ਼ਨਲ ਲੈਂਗੁਏਜ ਜਿਹੜੀ ਹੁੰਦੀ ਹੈ ਕੌਮੀ ਭਾਸ਼ਾ ਨੈਸ਼ਨਲ ਨੇਸ਼ਨ ਦੀ ਲੈਂਗੁਏਜ ਹੈ ਨਾ ਜੀ ਤੇ ਪਾਕਿਸਤਾਨ ਦੇ ਵਿੱਚ ਪ੍ਰੋਬਲਮ ਇਹ ਆ ਕਿ ਅਕੋਰਡਿੰਗ ਟੂ ਪਾਕਿਸਤਾਨ ਲਾਅ ਪਾਕਿਸਤਾਨ ਦੀ ਆਫੀਸ਼ੀਅਲ ਲੈਂਗੁਏਜ ਵੀ ਉਰਦੂ ਆ ਤੇ ਨੈਸ਼ਨਲ ਲੈਂਗੁਏਜ ਵੀ ਉਰਦੂ ਆ ਜੀ ਹਾਂਜੀ ਠੀਕ ਹੈ ਜੀ ਹਾਂਜੀ ਇਸ ਕਰਕੇ ਉਹਨਾਂ ਨੇ ਬਾਕੀ ਜਿਹੜੀਆਂ ਲੈਂਗੁਏਜ ਆ ਉਹਨਾਂ ਨੂੰ ਪ੍ਰੈਫਰੈਂਸ ਸੰਵਿਧਾਨ ਦੇ ਵਿੱਚ ਦਿੱਤੀ ਨਹੀਂ ਆ ਤੇ ਬੰਗਲਾਦੇਸ਼ ਚ ਇਹੀ ਪ੍ਰੋਬਲਮ ਖੜੀ ਹੋਈ ਸੀ ਤੇ ਹੁਣ ਵੀ ਉੱਥੇ ਪਾਕਿਸਤਾਨ ਦੇ ਵਿੱਚ ਇਹੋ ਹੀ ਪ੍ਰੋਬਲਮ ਖੜੀ ਹੋ ਰਹੀ ਆ ਤੇ ਕੈਨੇਡਾ ਦੇ ਵਿੱਚ ਜਿਹੜੀ ਆ ਉੱਥੇ ਵੀ ਇਹੀ ਪ੍ਰੋਬਲਮ ਚੱਲ ਰਹੀ ਆ ਕਿਉਂਕਿ ਉਹ ਜਿਹੜੇ ਕੈਨੇਡਾ ਦਾ ਜਿਹੜਾ ਸਿਸਟਮ ਹੈ ਸਾਰਾ ਜਿਸ ਤਰ੍ਹਾਂ ਹਾਈ ਕਮਿਸ਼ਨ ਜਾਂ ਹੋਰ ਬਾਕੀ ਜਿਹੜੇ ਕੈਨੇਡਾ ਦੇ ਵਿੱਚ ਪਾਕਿਸਤਾਨੀ ਭਰਾ ਰਹਿੰਦੇ ਆ ਉਹ ਕਹਿੰਦੇ ਆ ਕਿ ਪੰਜਾਬੀਆਂ ਨੂੰ ਵੀ ਤੁਹਾਡੀ ਜਿਹੜੀ ਨੈਸ਼ਨਲ ਲੈਂਗੁਏਜ ਆ ਉਹ ਅਕੋਰਡਿੰਗ ਟੂ ਪਾਕਿਸਤਾਨ ਲਾਅ ਜਿਹੜੀ ਆ ਉਹ ਉਰਦੂ ਆ ਤੇ ਤੁਸੀਂ ਉਰਦੂ ਲਿਖਾਓ ਹਨਾ ਜੀ ਬਸ ਇਹ ਇੱਕ ਜਿਹੜਾ ਬੜਾ ਵੱਡਾ ਐਰਰ ਆ ਇਹਨੂੰ ਆਪਾਂ ਪਾਕਿਸਤਾਨ ਦਾ ਲਾਅ ਐਰਰ ਕਹਿ ਸਕਦੇ ਹਾਂ ਹਾਂਜੀ ਇਹ ਅਜੇ ਤੱਕ ਠੀਕ ਪਹਿਲਾਂ ਤੇ 1972 ਤੱਕ ਉਹਨਾਂ ਦਾ ਸੰਵਿਧਾਨ ਉਹਨਾਂ ਦਾ ਬਣਾਇਆ ਨੀ ਗਿਆ ਨਾ ਜੀ ਆਈਨੇ ਪਾਕਿਸਤਾਨ 72 ਤੱਕ ਉਹਨਾਂ ਦਾ ਬਣਿਆ ਨੀ 73 ਦੇ ਵਿੱਚ ਸੰਵਿਧਾਨ ਉਹਨਾਂ ਦਾ ਬਣਿਆ ਬਿਲਕੁਲ ਜੀ ਹਾਂਜੀ ਉਹਨਾਂ ਦੇ ਤੱਕ ਉਹ ਮਤਲਬ ਬਣਾ ਨੀ ਸਕੇ ਇੰਡੀਆ ਵਾਲੇ ਤੇ ਚਲੋ ਛੇਤੀ ਉਹਨਾਂ ਨੇ ਕੰਮ ਨਬੇੜ ਲਿਆ ਸੀਗਾ ਹਨਾ ਤੇ ਮਤਲਬ ਨੈਸ਼ਨਲ ਲੈਂਗੁਏਜ ਦੇ ਵਿੱਚ ਤੇ ਆਫੀਸ਼ੀਅਲ ਲੈਂਗੁਏਜ ਦੇ ਵਿੱਚ ਜਿਹੜਾ ਫਰਕ ਆ ਉਹਨੂੰ ਸਮਝਣ ਦੀ ਲੋੜ ਆ ਤੇ ਜਿਹੜੇ ਜੋਗਾ ਸਿੰਘ ਹੁਣੀ ਗੱਲ ਕਰ ਰਹੇ ਸੀਗੇ ਉਹ ਵੀ ਇਹੋ ਹੀ ਕਰ ਰਹੇ ਸੀਗੇ ਕਿ ਜਿਹੜੀਆਂ ਇੰਡੀਆ ਦੇ ਵਿੱਚ ਆ ਉਹ 22 ਲੈਂਗੁਏਜ ਤੇ ਹੈਗੀਆਂ ਵਾ ਜਿਹੜੀਆਂ ਅਕੋਰਡਿੰਗ ਟੂ ਇੰਡੀਅਨ ਲਾਅ ਆ ਇਸ ਤੋਂ 22 ਤੋਂ ਵੱਧ ਕੇ ਜਿਹੜੀਆਂ ਭਾਸ਼ਾਵਾਂ ਵਾ ਉਹਨੂੰ ਉਹਨਾਂ ਨੂੰ ਵੀ ਇਨਕਲੂਡ ਕਰਨਾ ਚਾਹੀਦਾ ਸੰਵਿਧਾਨ ਦੇ ਵਿੱਚ ਉਹ ਇੱਥੋਂ ਤੱਕ ਉਹ ਥੋੜਾ ਅੱਗੇ ਦੀ ਗੱਲ ਕਰ ਰਹੇ ਸੀ ਹਾਂਜੀ ਜਿਹੜੀ ਜਿਹੜੀ ਇੰਡੀਆ ਦੀ ਗੱਲ ਆ ਨਾ ਜਿਹੜੀਆਂ 22 ਬੋਲੀਆਂ ਦੀ ਤੁਸੀਂ ਗੱਲ ਕਰਦੇ ਹੋ ਨਾ ਉਹ ਉਹ ਜਿਹੜਾ ਇੰਡੀਆ ਦਾ ਕੰਸਟੀਟਿਊਸ਼ਨ ਹੈ ਨਾ ਉਹ ਜਿਹੜੀਆਂ 22 ਬੋਲੀਆਂ ਹੈਗੀਆਂ 22 ਰੀਜਨ ਉਹਨਾਂ ਨੂੰ ਰੀਜਨਲ ਲੈਂਗੁਏਜਿਸ ਦੱਸਿਆ ਗਿਆ ਹੈਗਾ ਨਾ ਕਿ ਨੈਸ਼ਨਲ ਹਨਾ ਜਿਹੜੀ ਜਿਹੜੀ ਆਪਾਂ ਗੱਲ ਕਰਦੇ ਹਾਂ ਹਾਂਜੀ ਹਨਾ ਲੇਕਿਨ ਹਾਂਜੀ ਪਰ ਨੈਸ਼ਨਲ ਲੈਂਗੁਏਜ ਉਹ ਜਿਸ ਤਰ੍ਹਾਂ ਜੋਗਾ ਸਿੰਘ ਹੁਣ ਕਹਿ ਰਹੇ ਕੋਈ ਵੀ ਨਹੀਂ ਆ 22 ਜਿਹੜੀਆਂ ਵਾ ਪੰਜਾਬੀ ਜਿਹੜੀ ਵਿੱਚ ਉਹਨਾਂ ਨੇ ਸੰਵਿਧਾਨ ਦੇ ਵਿੱਚ ਇਨਕਲੂਡ ਕੀਤੀ ਆ ਇਹਦਾ ਮਤਲਬ ਹੈ ਪੰਜਾਬੀ ਇੱਕ ਨੇਸ਼ਨ ਹੈ ਵੱਖਰੀ ਅਕੋਰਡਿੰਗ ਟੂ ਇੰਡੀਅਨ ਲਾਅ ਹਾਂਜੀ ਗੁਜਰਾਤੀ ਇਨਕਲੂਡ ਕੀਤੀ ਆ ਤਾਂ ਮਤਲਬ ਗੁਜਰਾਤੀ ਜਿਹੜੇ ਆ ਉਹ ਇੱਕ ਅਲੱਗ ਨੇਸ਼ਨ ਹੈ ਨੇਸ਼ਨ ਹੈ ਰਹਿ ਰਿਹਾ ਯੂਨੀਅਨ ਦੇ ਵਿੱਚ ਰਹਿ ਰਿਹਾ ਹਾਂਜੀ ਹਨਾ ਜੀ ਹਾਂਜੀ ਹਾਂਜੀ ਤੇ ਇਹ ਜਿਹੜਾ ਇੰਡੀਆ ਵਾ ਇਹ ਇੱਕ ਦੇਸ਼ ਨਹੀਂ ਆ ਇਹ ਇੱਕ ਅੱਡ ਅੱਡ ਨੇਸ਼ਨ ਨੂੰ ਇੱਕ ਯੂਨੀਅਨ ਦੇ ਤੌਰ ਤੇ ਆ ਇਹਦਾ ਨਾਂ ਯੂਨਾਈਟਿਡ ਸਟੇਟ ਆਫ ਅਮਰੀਕਾ ਆ ਇਸ ਤਰ੍ਹਾਂ ਯੂਨਾਈਟਿਡ ਸਟੇਟ ਆਫ ਇੰਡੀਆ ਨਾਂ ਨਹੀਂ ਆ ਨਾਂ ਇੰਡੀਆ ਹੀ ਆ ਲੇਕਿਨ
ਇਹਦੇ ਵਿੱਚ ਜਿਹੜੇ ਆ ਉਹ ਜਿਹੜੀਆਂ ਵਾ ਨੇਸ਼ਨ ਜਿਹੜੀਆਂ ਅੱਡ ਅੱਡ ਰਹਿੰਦੀਆਂ ਉਹਨਾਂ ਦੀਆਂ ਅੱਡ ਅੱਡ ਬੋਲੀਆਂ ਵਾ ਤੇ ਸਰਦਾਰ ਜੋਗਾ ਸਿੰਘ ਹੁਣੀ ਇਹੀ ਕਹਿ ਰਹੇ ਸੀਗੇ ਕਿ 22 ਤੋਂ ਵੀ ਸਾਨੂੰ ਅੱਗੇ ਤੁਰਨਾ ਚਾਹੀਦਾ ਵਾ ਤਾਂ ਕਿ ਕੋਈ ਜਿਹੜੀ ਗੱਲ ਆ ਉਹ ਉੱਥੇ ਹੀ ਨਾ ਜਿਹੜਾ ਇਹ ਪੁਆੜਾ ਹੀ ਨਾ ਖੜਾ ਹੋਵੇ। ਭਾਜੀ ਗੱਲ ਤਾਂ ਇਹ ਆ ਜਿਹੜੀਆਂ 22 ਦੀਆਂ 22 ਇਹੀ ਸਾਰੇ ਆਪਣੇ ਆਪਣੇ ਰੀਜਨ ਵਿੱਚ ਬੋਲਣ ਲੱਪਣ ਤੇ ਹੋਰ ਐਡ ਕਰਨੇ ਦੀ ਕੀ ਲੋੜ ਆ। ਹੁਣ ਤੁਸੀਂ ਐਡ ਤਾਂ ਚਲੋ ਜੇ ਆਪਾਂ ਸੇ ਟੈਕਨੀਕਲੀ ਦੇਖੀਏ 22 ਹੈਗੀਆਂ ਠੀਕ ਆ, ਪੰਜਾਬ ਦੇ ਵਿੱਚ ਵੀ ਪੰਜਾਬੀ ਨਾਲੋਂ ਅੰਗਰੇਜ਼ੀ ਨੂੰ ਜ਼ਿਆਦਾ ਤੇ ਹਿੰਦੀ ਨੂੰ ਜ਼ਿਆਦਾ ਮੂੰਹ ਮਾਰਿਆ ਜਾਂਦਾ ਹੈਗਾ ਤੇ ਤੁਸੀਂ ਪਹਿਲਾਂ ਆਪਣੀਆਂ ਜਿਹੜੀਆਂ 22 ਹੈਗੀਆਂ ਉਹਨੂੰ ਤਾਂ ਅਸੀਂ ਸੰਭਾਲ ਲਈਏ, ਬਾਕੀ ਦੀਆਂ ਫਿਰ ਬਾਅਦ ਚ ਐਡ ਕਰਦੇ ਰਹਾਂਗੇ। ਤੁਹਾਡੀ ਗੱਲ ਠੀਕ ਆ, ਜਿਹੜੀਆਂ ਇਸੇ ਕਰਕੇ ਆ ਪ੍ਰੋਬਲਮ ਆ ਜਿੰਨੀਆਂ ਆਪਾਂ ਨੂੰ ਯੂਕੇ ਦੇ ਵਿੱਚ ਵੀ ਪ੍ਰੋਬਲਮ ਆਈ ਸੀਗੀ ਤੇ ਹੁਣ ਇੰਡੀਆ ਦੇ ਵਿੱਚ ਵੀ ਇਹੀ ਆ ਰਹੀ ਆ, ਕਿਉਂਕਿ ਜਿਹੜੀਆਂ ਭਾਸ਼ਾਵਾਂ ਹੁੰਦੀਆਂ ਵੱਡੀ ਮੱਛੀ ਛੋਟੀਆਂ ਮੱਛੀਆਂ ਨੂੰ ਖਾ ਜਾਂਦੀਆਂ, ਜਿਹੜੀ ਭਾਸ਼ਾ ਦੇ ਵਿੱਚ ਰੋਜ਼ਗਾਰ ਮਿਲਦਾ ਹੋਵੇ ਆਸਾਨੀ ਦੇ ਨਾਲ ਤੇ ਖੋਜਾਂ ਹੁੰਦੀਆਂ ਹੋਣ, ਉਹ ਭਾਸ਼ਾ ਜਿਹੜੀ ਆ ਦੂਸਰੀਆਂ ਭਾਸ਼ਾ ਨੂੰ ਹੜੱਪ ਕਰ ਜਾਂਦੀ। ਸੰਸਕ੍ਰਿਤ ਸੀਗੀ, ਹੁਣ ਸੰਸਕ੍ਰਿਤ ਨੂੰ ਬੋਲਣ ਵਾਲੇ ਤਾਂ ਬਹੁਤ ਥੋੜੇ ਰਹਿ ਗਏ ਆ, ਥੋੜੇ ਰਹਿ ਗਏ, ਇਹ ਵੀ ਘੱਟ ਜਾਣੇ ਆ ਜੇ ਇਹਨੂੰ ਨਾ ਸੰਭਾਲਿਆ ਗਿਆ। ਤੇ ਹੁਣ ਸੰਸਕ੍ਰਿਤ ਆ ਜਿਹੜੀ ਉਹਦੇ ਵਿੱਚ ਇੰਨਾ ਜ਼ਿਆਦਾ ਲਿਟਰੇਚਰ ਆ, ਇੰਨਾ ਜ਼ਿਆਦਾ ਉਹਦਾ ਮਹਾਨ ਵਿਰਸਾ ਵਾ, ਕਿਉਂਕਿ ਸੰਸਕ੍ਰਿਤ ਖਤਮ ਹੋਜੂਗੀ ਤੇ ਉਹ ਫਿਰ ਸਾਰਾ ਕੁਝ ਹੀ ਖਤਮ ਹੋਜੂਗਾ ਨਾ ਜੀ। ਉਹ ਜਿਹੜਾ ਆਪਣੇ ਕਿੰਨੀਆਂ ਮੁਨੀਆਂ ਨੇ ਜੇ ਦੇਖਿਆ ਜਾਵੇ, ਅੱਜ ਕੱਲ ਕਦੇ ਸੁਣਿਆ ਨੀ ਕਿਉਂਕਿ ਸੰਸਕ੍ਰਿਤ ਪੜ੍ਹਦਾ ਆ। ਬਿਲਕੁਲ, ਹੁਣ ਦੇਖੋ ਰਿਸ਼ੀਆਂ ਮੁਨੀਆਂ ਨੇ ਕਈ ਕਈ 100 ਸਾਲ ਲਾ ਕੇ ਖੋਜਾਂ ਕੀਤੀਆਂ, ਉਹ ਖੋਜਾਂ ਜਿਹੜੀਆਂ ਉਹਨਾਂ ਨੇ ਸੰਸਕ੍ਰਿਤ ਲਿਖੀਆਂ ਹੈ ਨਾ ਜੀ, ਤੇ ਸਾਰਾ ਕੁਛ ਹੀ ਖਤਮ ਹੋ ਜੂਗਾ। ਬੋਲੀ ਕੋਈ ਵੀ ਨੀ ਖਤਮ ਹੋਣੀ ਚਾਹੀਦੀ ਤੇ ਜਿਹੜੀਆਂ ਸਾਰੀਆਂ ਬੋਲੀਆਂ ਉਹਨਾਂ ਨੂੰ ਜਿਹੜਾ ਅਧਿਕਾਰ ਮਿਲਣੇ ਚਾਹੀਦੇ ਆ, ਪੰਜਾਬ ਦੇ ਵਿੱਚ ਪੰਜਾਬੀ, ਗੁਜਰਾਤ ਦੇ ਵਿੱਚ ਗੁਜਰਾਤੀ, ਇਸੇ ਤਰ੍ਹਾਂ ਸਾਰੀਆਂ ਸਟੇਟਾਂ ਦੇ ਵਿੱਚ ਆਪਣੀ ਆਪਣੀ ਭਾਸ਼ਾਵਾਂ ਜਿਹੜੀਆਂ ਜਿਉਂਦੀਆਂ ਰਹਿਣੀਆਂ ਚਾਹੀਦੀਆਂ। ਲੇਕਿਨ ਹਿੰਦੀ ਜਿਹੜੀ ਆ ਉਹ ਇੱਕ ਆਫੀਸ਼ੀਅਲ ਲੈਂਗੁਏਜ ਆ, ਕਨੈਕਟਿੰਗ ਲੈਂਗੁਏਜ ਆ, ਤੇ ਉਹ ਵੀ ਰਹਿਣੀ ਚਾਹੀਦੀ ਜੇ ਉਹਨਾਂ ਨੇ ਸੰਵਿਧਾਨ ਦੇ ਵਿੱਚ ਲਿਖਿਆ ਤਾਂ ਠੀਕ ਆ। ਉਹੀ ਆ, ਪਰ ਲੇਕਿਨ ਮੰਨਦੇ ਨੀ ਨਾ ਲੋਕੀ, ਲੋਕੀ ਦੂਸਰੇ ਪਾਸੇ ਨੂੰ ਜ਼ਿਆਦਾ ਹੋਏ ਵਾ। ਮੈਨੂੰ ਪਤਾ ਵਾਕਿਆ ਮੇਰਾ ਹੋਇਆ ਸੀ, ਅੰਮ੍ਰਿਤਸਰ ਹੋਇਆ ਸੀ, ਮੈਂ ਉੱਥੇ ਗਿਆ ਤੇ ਉਹ ਸਰਦਾਰਾਂ ਦਾ ਮੁੰਡਾ ਤੇ ਮੇਰੇ ਨਾਲ ਹਿੰਦੀ ਬੋਲਦਾ ਸੀਗਾ ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਕਾਕਾ ਤੂੰ ਪੰਜਾਬੀ ਕਿਉਂ ਨੀ ਬੋਲਦਾ, ਪੰਜਾਬ ਦੇ ਵਿੱਚ ਹੈਗਾ। ਕਹਿੰਦਾ ਸਰ ਜੇ ਮੈਨੇਜਰ ਨੇ ਸਾਨੂੰ ਦੇਖ ਲਿਆ ਨਾ ਤੇ ਉਹਨੇ ਸਾਨੂੰ ਸੈਕ ਕਰ ਦੇਣੀ ਆ, ਕਾਕੇ ਸਾਨੂੰ ਪਿੱਛੋਂ ਹੁਕਮ ਆ ਕਿ ਤੁਸੀਂ ਹਿੰਦੀ ਜਾਂ ਅੰਗਰੇਜ਼ੀ ਬੋਲਣੀ ਹੈਗੀ ਆ। ਆਹ ਉੱਥੇ ਹਾਲਾਤ ਆ, ਕੀ ਕਰੀਏ ਹੁਣ। ਪੜ੍ਹੇ ਲਿਖੇ ਕਿੰਨੇ ਆ, ਇਹੀ ਪਤਾ ਲੱਗਦਾ ਕਿ ਪੜ੍ਹੇ ਲਿਖੇ ਕਿੰਨੇ ਆ, ਜਿਹਨਾਂ ਨੂੰ ਪਤਾ ਹੀ ਨੀ ਕਿ ਉਹਨੇ ਪ੍ਰੈਸ ਰਿਲੀਜ਼ ਵਿੱਚ ਲਿਖਿਆ ਕੀ ਹੈਗਾ। ਹਾਂਜੀ, ਇਹ ਗੱਲ ਬਿਲਕੁਲ ਸਾਬਤ ਕਰਦੀ ਹੈ ਕਿ ਨਜ਼ੀਰ ਕਾਹੂਰ ਸਾਹਿਬ ਜਿਹੜੇ ਉਹਨਾਂ ਦੀ ਸਾਰੀ ਜ਼ਿੰਦਗੀ ਲੰਘ ਗਈ ਆ, ਲੈਂਗੁਏਜ ਮੂਵਮੈਂਟ ਚਲਾਉਂਦਾ 35-40 ਸਾਲ ਤੋਂ ਚਲਾ ਰਿਹਾ। ਉਹ ਜਿਹੜੀ ਗੱਲ ਕਹਿ ਰਹੇ ਸੀ ਉਹ ਗੱਲ ਠੀਕ ਆ ਵੀ ਇਹਨਾਂ ਨੇ ਅਣਜਾਣੇ ਦੇ ਵਿੱਚ ਗਲਤੀ ਕਰ ਦਿੱਤੀ ਆ, ਔਰ ਇਹ ਗਲਤੀ ਦਾ ਜਿਹੜਾ ਪੰਜਾਬੀਆਂ ਨੂੰ ਫਾਇਦਾ ਹੋ ਰਿਹਾ ਵਾ। ਇੱਕ ਤਾਂ ਜਿਹੜੇ ਪੰਜਾਬੀਆਂ ਦੇ ਵਿੱਚ ਇਹ ਗੱਲ ਤੁਰੀ ਆ ਵੀ ਸਾਡੀ ਲੈਂਗੁਏਜ ਜਿਹੜੀ ਆ ਉਹ ਥੱਲੇ ਜਾ ਰਹੀ ਆ ਤੇ ਸਾਡੀ ਸ਼ਾਹਮੁਖੀ ਸਕ੍ਰਿਪਟ ਆ ਤੇ ਸਾਡੀ ਗੁਰਮੁਖੀ ਸਕ੍ਰਿਪਟ ਆ, ਰੋਲ ਰੱਪਾ ਪੈਂਦਾ ਵਾ, ਪੋਲੀਟੀਕਲ ਇਸ਼ੂ ਬਣਦਾ ਵਾ ਤੇ ਫੇਰ ਹੀ ਜਿਹੜਾ ਵਾ ਉਹ ਸਾਰਿਆਂ ਨੂੰ ਪਤਾ ਲੱਗਦਾ ਆ ਨਾ ਜੀ। ਅੱਛਾ, ਦੂਸਰਾ ਉਹਨਾਂ ਨੇ ਜਿਹੜਾ ਕਿਹਾ ਵਾ ਕਿ ਅਣਜਾਣੇ ਦੇ ਵਿੱਚ ਇਹਨਾਂ ਨੇ ਗਲਤੀ ਕਰ ਦਿੱਤੀ ਆ ਤੇ ਇਹ ਮੰਨ ਗਿਆ, ਹੁਣ ਇੱਕ ਡਾਕੂਮੈਂਟ ਆ ਕਿ ਪੰਜਾਬੀ ਸ਼ਾਹਮੁਖੀ ਜਿਹੜੀ ਆ ਉਹ ਪਾਕਿਸਤਾਨ ਦੇ ਜਿਹੜੀ ਲੈਂਗੁਏਜ ਆ ਉਹਨੂੰ ਤੁਸੀਂ ਇੱਥੇ ਰਿਕੋਗਨਾਈਜ਼ ਕਰੋ। ਪਹਿਲਾਂ ਤੇ ਇਹ ਬਿਲਕੁਲ ਮੰਨਦੇ ਨਹੀਂ ਸੀ, ਕੋਈ ਡਾਕੂਮੈਂਟ ਹੀ ਇੱਕ ਵੀ ਡਾਕੂਮੈਂਟ ਕਹਿੰਦੇ ਸਾਡੇ ਕੋਲ ਹੈ ਨਹੀਂ ਸੀਗਾ ਪਹਿਲਾਂ, ਤੇ ਹੁਣ ਇੱਕ ਡਾਕੂਮੈਂਟ ਆਫੀਸ਼ੀਅਲ ਬਣ ਗਿਆ ਵਾ ਕਹਿੰਦੇ। ਤੇ ਮਤਲਬ ਇਹ ਕਿ ਪਾਕਿਸਤਾਨ ਹਾਈ ਕਮਿਸ਼ਨ ਨੇ ਜਿਹੜੀ ਚਿੱਠੀ, ਕੋਈ ਆਮ ਬੰਦਾ ਕੋਈ ਚਿੱਠੀ ਪਾਉਂਦਾ ਨਾ ਜੀ ਆਪਣੇ ਤੁਹਾਡੇ ਵਰਗਾ ਮੇਰੇ ਵਰਗਾ ਉਹ ਵੱਖਰੀ ਗੱਲ ਆ, ਲੇਕਿਨ ਹਾਈ ਕਮਿਸ਼ਨ ਜਿਹੜਾ ਉਹ ਤੇ ਇੱਕ ਅਥਾਰਟੀ ਹੋ ਗਈ ਨਾ ਜੀ, ਉਹ ਜਿਹੜੀ ਚਿੱਠੀ ਪਾਉਂਦੇ ਆ ਉਹਦਾ ਕੋਈ ਮੀਨਿੰਗ ਹੋਣਾ ਚਾਹੀਦਾ ਨਾ, ਤੇ ਉਹਦੇ ਐਵੇਂ ਕਿਸੇ ਨੇ ਲਿਖ ਦੇਣਾ ਤੇ ਫਿਰ ਉਹਦਾ ਉਹਦਾ ਫਿਰ ਮਤਲਬ ਉਹਦੇ ਨਾਲ ਇਹੀ ਗੱਲ ਜਿਹੜੀ ਤੁਸੀਂ ਕਹੀ ਆ ਕਿ ਇੰਨਾ ਪਤਾ ਲੱਗਦਾ ਵੀ ਕਿੰਨੇ ਕੁ ਪੜ੍ਹੇ ਲਿਖੇ ਆ। ਨਹੀਂ, ਜੇ ਆਪਾਂ ਦੇਖਿਆ ਜਾਵੇ ਨਾ ਉੱਥੇ ਹੁੰਦਾ ਕੀ ਹੈਗਾ, ਜਿਹੜੇ ਜਿਹੜਾ ਤਾਂ ਆਪਣੇ ਐਜੂਕੇਸ਼ਨ ਮਿਨਿਸਟਰ ਆ ਤੇ ਉਹ ਤਾਂ ਸਾਰਾ ਆਪ ਅੱਠ ਪੜਿਆ ਹੁੰਦਾ ਆ,
ਉਹ ਵੇ ਉਹ ਗੱਲ ਆ ਕਿ ਜਦੋਂ ਪੈਸੇ ਦੇ ਕੇ ਭਾਜੀ ਸੀਟਾਂ ਲੈਣੀਆਂ ਹੈਗੀਆਂ ਜਾਂ ਟਿਕਟਾਂ ਲੈਣੀਆਂ ਹੈਗੀਆਂ ਪੈਸੇ ਦੇ ਕੇ ਤੇ ਫਿਰ ਉੱਦਾਂ ਦੇ ਮੋਹਰੇ ਹੋਣੇ ਆ, ਸੋ ਇਹ ਮੋਹਰੇ ਰੱਖਿਓ ਵੀ ਉੱਦਾਂ ਦੇ ਹੁੰਦੇ ਕਿ ਸਿਫਾਰਿਸ਼ ਪਾਈ ਹੋਣੀ ਕਿਸੇ ਨੇ ਵੀ ਸਾਡਾ ਬੰਦਾ ਰੱਖ ਲਾ। ਵੀਰ ਜੀ ਜਿਹੜੇ ਜਿਹੜੀ ਮਿਨਿਸਟਰਾਂ ਦੀ ਜਾਂ ਪੋਲੀਟੀਕਲ ਬੰਦਿਆਂ ਦੀ ਗੱਲ ਵੱਖਰੀ ਹੁੰਦੀ ਹੈ ਕੁਛ, ਪਰ ਇਹ ਜਿਹੜੇ ਹਾਈ ਕਮਿਸ਼ਨ ਚ ਬੈਠੇ ਹੁੰਦੇ ਬੰਦੇ ਇਹ ਬਹੁਤ ਪੜ੍ਹੇ ਲਿਖੇ ਹੁੰਦੇ ਆ, ਉਹ ਕਰੀਮ ਹੁੰਦੀ ਹੈ ਇੱਕ ਕੰਟਰੀ ਦੀ। ਭਾਜੀ ਇੱਕ ਮਿੰਟ ਮਿੰਟ ਗੱਲ ਸੁਣੋ, ਤੁਸੀਂ ਆਪ ਇਹ ਤਾਂ ਕਹਿ ਖੜੇ, ਤੁਸੀਂ ਮੈਨੂੰ ਕਹਿੰਦੇ ਆ ਕਿ ਉਹ ਬਹੁਤ ਪੜ੍ਹੇ ਲਿਖੇ ਹੋ, ਤੁਸੀਂ ਮੈਨੂੰ ਦੱਸ ਦਿਓ ਵੀ ਜਿਹੜੇ ਪ੍ਰੈਸ ਰਿਲੀਜ਼ ਦੇ ਵਿੱਚ ਗਲਤੀ ਕੀਤੀ ਉਹ ਕਿੰਨੇ ਕੁ ਪੜ੍ਹੇ ਲਿਖੇ ਹੋਣਗੇ? ਹਾਂ ਇਹ ਤਾਂ ਕਹਿਣ ਦੀਆਂ ਗੱਲਾਂ ਨਾ ਵੀ ਹੁੰਦੇ ਆ ਪੜ੍ਹੇ ਲਿਖੇ ਹੋ, ਪਰ ਨਹੀਂ ਹੈਗੇ ਨਾ, ਜੇ ਉਹ ਗਲਤੀ ਕੀਤੀ ਆ ਤਾਂ ਕਿੱਥੋਂ ਕਰਨ ਲੱਗੇ ਕੋਈ ਧਿਆਨ ਨਹੀਂ ਕੀਤਾ ਉਹਨਾਂ ਨੇ, ਸਿਫਾਰਿਸ਼ ਦੇ ਕੇ ਰੱਖੇ ਹੋਣ ਨਹੀਂ ਭੇਜਦਾ ਸੀ ਗੱਲਾਂ ਕੱਢੀਆਂ। ਹਾਂਜੀ ਅੱਛਾ, 2011 ਦੇ ਵਿਚ ਜਿਹੜਾ ਕੈਨੇਡਾ ਦੇ ਵਿਚ ਸੈਂਸਸ ਹੋਇਆ ਸੀਗਾ ਉੱਥੇ 4,59,990 ਲੋਕਾਂ ਨੇ ਲਿਖਾਇਆ ਸੀਗਾ ਕਿ ਸਾਡੀ ਜਿਹੜੀ ਮਦਰ ਲੈਂਗੁਏਜ ਆ ਉਹ ਪੰਜਾਬੀ ਪੰਜਾਬੀ ਬੋਲਦੇ ਆ ਜੀ, ਤੇ ਯੂਕੇ ਦੇ ਵਿੱਚ ਜਿਹੜਾ 2011 ਦੇ ਵਿੱਚ ਹੋਇਆ ਸੀਗਾ ਉਹ 2,73,000 ਲੋਕਾਂ ਨੇ ਲਿਖਾਇਆ ਸੀਗਾ ਕਿ ਸਾਡੇ ਘਰਾਂ ਚ ਬੋਲੀ ਜਾਣ ਵਾਲੀ ਭਾਸ਼ਾ ਪੰਜਾਬੀ ਆ, ਸਾਡੀ ਮਦਰ ਲੈਂਗੁਏਜ ਪੰਜਾਬੀ। ਮਤਲਬ ਜਿਹੜਾ ਫਰਕ ਹੋਣਾ ਨਾ ਜ਼ਮੀਨ ਅਸਮਾਨ ਦਾ ਫਰਕ ਹੋਣਾ, ਕਿਉਂਕਿ 2011 ਦੇ ਵਿਚ ਭਾਜੀ ਜੋ ਕੁਛ ਐਤਕੀ ਸਾਰੇ ਆਪਣੇ ਚੈਨਲਾਂ ਨੇ ਸਟੇਸ਼ਨਾਂ ਨੇ ਜਿੰਨਾ ਕੁਛ ਕੀਤਾ ਹੈਗਾ ਨਾ ਉਹਦਾ ਤੁਸੀਂ ਜਿਹੜਾ ਅਸਰ ਆ ਨਾ ਉਹ ਤੁਹਾਨੂੰ ਹੁਣ ਜਦੋਂ ਸਾਰੀ ਡੇਟਾ ਬਾਹਰ ਆਊਗਾ ਨਾ ਉਦੋਂ ਪਤਾ ਲੱਗਣਾ ਹੈਗਾ। ਇੱਥੇ ਵੀ ਏਦਾਂ ਹੀ ਹੋਣੀ ਆ, ਕਿਉਂਕਿ 2011 ਪ੍ਰਚਾਰ ਹੀ ਨਹੀਂ ਸੀ ਹੋਇਆ ਸੈਂਸਸ ਦਾ, ਪ੍ਰਚਾਰ ਹੀ ਨਹੀਂ ਸੀ ਹੈਗਾ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਉਦੋਂ ਤੇ ਇੱਥੇ ਜ਼ਿਆਦਾ ਇਹਦਾ ਮਤਲਬ ਸੁਸਤੀ ਸੀਗੀ, ਤੇ ਲੇਕਿਨ ਕੈਨੇਡਾ ਦੇ ਵਿੱਚ ਉਦੋਂ ਜ਼ਿਆਦਾ ਅਵੇਅਰਨੈਸ ਸੀਗੀ, ਉਦੋਂ ਕੈਨੇਡਾ ਚ ਅਵੇਅਰਨੈਸ ਇਸੇ ਤਰ੍ਹਾਂ ਹੁੰਦੀ, ਖਿੱਚੋਤਾਣ ਉੱਥੇ 5 ਸਾਲ ਬਾਅਦ ਖਿੱਚੋਤਾਣ ਸ਼ੁਰੂ ਹੋ ਜਾਂਦੀ ਆ। ਹਾਂਜੀ ਹਾਈ ਕਮਿਸ਼ਨ ਵਾਲੇ ਡਾਇਰੈਕਟਲੀ ਇਨਡਾਇਰੈਕਟਲੀ ਇਨਵੋਲਵ ਹੁੰਦੇ, ਇੰਡੀਆ ਵਾਲੇ ਵੀ ਤੇ ਪਾਕਿਸਤਾਨ ਵਾਲੇ ਵੀ ਜਦੋਂ ਵੀ ਸੈਂਸਸ ਆਉਂਦਾ ਵਾ। ਪਿਛਲੀ ਵਾਰੀ ਜਿਹੜੀ 2011 ਦੇ ਵਿਚ ਭਾਜੀ ਓਰਗਨਾਈਜੇਸ਼ਨ ਵੀ ਨਹੀਂ ਸੀ ਕੋਈ ਉੱਠੀਆਂ ਆ, ਮੈਨੂੰ ਇੰਨਾ ਪਤਾ ਕਿ ਪੰਜਾਬ ਤੇ ਜ਼ਰੂਰ ਇਹਦਾ ਪ੍ਰਚਾਰ ਹੋਇਆ ਸੀਗਾ, ਪਰ ਲੇਕਿਨ ਬਹੁਤ ਹੀ ਜਿੰਨਾ ਇਸ ਵਾਰੀ ਹੋਇਆ ਹੈ ਨਾ ਪਿਛਲੇ 2011 ਦੇ ਵਿਚ ਨੀ ਹੋਇਆ, ਤੁਸੀਂ ਦੇਖਿਓ ਜਿਹੜਾ ਡੇਟਾ ਐਤਕੀ ਆਉਣਾ ਉਹ ਬਹੁਤ ਫਰਕ ਹੋਣਾ। ਜੀ ਬਿਲਕੁਲ ਬਿਲਕੁਲ, ਐਤਕੀ ਤੇ ਆਪਾਂ ਨੂੰ ਪੂਰੀ ਆਸ ਹੈ ਕਿ ਆਪਾਂ ਜਿਹੜਾ ਪੋਲਿਸ਼ ਨੂੰ ਜਿਦਾਂ ਤੁਸੀਂ ਕਰ ਰਹੇ ਆ, ਬਾਕੀ ਸਾਰਾ ਜਿਹੜਾ ਆਪਣਾ ਪੰਜਾਬੀ ਦਾ ਮੀਡੀਆ ਕਰ ਰਿਹਾ ਹੈਗਾ, ਸੋ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਰੱਖੇ। ਤੁਹਾਡੀ ਬਹੁਤ ਬਹੁਤ ਮਿਹਰਬਾਨੀ, ਪੰਜਾਬ ਰੇਡੀਓ ਦੀ ਸਮੁੱਚੀ ਟੀਮ ਦੀ ਬੜੀ ਮਿਹਰਬਾਨੀ, ਤੁਸੀਂ ਮੌਕਾ ਦਿੰਦੇ ਰਹਿੰਦੇ। ਥੈਂਕ ਯੂ ਮੇਰੇ ਭਰਾ ਦਾ, ਓਕੇ ਜੀ, ਹੈਵ ਅ ਨਾਈਸ ਵੀਕਐਂਡ। ਥੈਂਕ ਯੂ ਜੀ।